ਟੀਚਿੰਗ ਐਪਟੀਟਿਊਡ ਜਾਂ ਟੀਚਿੰਗ ਪੋਟੈਂਸ਼ੀਅਲ ਦਾ ਪਾਰਟ ਬੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਅੰਮ੍ਰਿਤਸਰ ਦੁਆਰਾ ਲਿਆ ਗਿਆ ਇਹ ਟੈਸਟ ਹੈ 2023 ਵਿੱਚ। 30 ਕੁਐਸਚਨ ਨੇ ਇਹਦੇ ਵਿੱਚ। ਮੇਰੇ ਖਿਆਲ 'ਚ ਜੇ ਇੰਡੀਆ ਦੇ ਬੀਐਡ ਐਂਟਰੈਂਸ ਟੈਸਟ 'ਚੋਂ ਇਹ ਦੇਖਿਆ ਜਾਵੇ ਕਿ ਟੀਚਿੰਗ ਪੋਟੈਂਸ਼ੀਅਲ ਦੇ ਸਭ ਤੋਂ ਅੱਛੇ ਕ੍ਰਿਟੀਕਲ ਕੁਐਸਚਨ ਜਿਹੜੇ ਤੁਹਾਨੂੰ ਚੈਲੰਜ ਕਰਦੇ ਨੇ ਉਹਨਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਹ ਪੇਪਰ ਰੱਖਿਆ ਜਾ ਸਕਦਾ ਹੈ। ਅਤੇ ਮੁਬਾਰਕ ਦਿੰਦਾ ਹਾਂ ਜਿਨ੍ਹਾਂ ਨੇ ਇਹ ਕੁਐਸਚਨ ਬਣਾਏ ਨੇ, ਕਿਉਂਕਿ ਤੁਹਾਨੂੰ ਸੋਚਣ 'ਤੇ ਮਜਬੂਰ ਕਰਦੇ ਨੇ। ਅਦਰਵਾਈਜ਼ ਲਾਰਜ ਨੰਬਰ ਆਫ ਕੁਐਸਚਨ ਹੁੰਦੇ ਨੇ, ਤੁਹਾਨੂੰ ਸੋਚਣ 'ਤੇ ਮਜਬੂਰ ਨਹੀਂ ਕਰਦੇ, ਸਿੱਧੇ ਰਾਈਟ ਆਂਸਰ ਪਏ ਹੁੰਦੇ ਨੇ। ਫਸਟ ਕੁਐਸਚਨ ਸਾਡੇ ਕੋਲ ਹੈ, ਏ ਟੀਚਰ ਇੰਟੈਂਡ ਟੂ ਪ੍ਰਮੋਟ ਦਾ ਮੈਂਟਲ ਹੈਲਥ ਆਫ ਸਟੂਡੈਂਟ। ਇੱਕ ਅਧਿਆਪਕ ਹੈ, ਉਹ ਬੱਚਿਆਂ ਦੀ ਮੈਂਟਲ ਹੈਲਥ ਨੂੰ ਪ੍ਰਮੋਟ ਕਰਨਾ ਚਾਹੁੰਦਾ ਹੈ। ਮੈਂਟਲ ਹੈਲਥ ਦਾ ਮਤਲਬ ਹੈ ਕਿ ਬੱਚਾ ਜਲਦੀ ਡਿਪਰੈਸ਼ਨ ਵਿੱਚ ਨਾ ਚੱਲ ਜਾਵੇ, ਆਪਣੇ ਇੰਟਰਸਟ ਦੀਆਂ ਚੀਜ਼ਾਂ ਨੂੰ ਨਾ ਛੱਡ ਦੇਵੇ, ਰੋਟੀ ਖਾਣਾ ਪਾਣੀ ਇਸ ਤਰ੍ਹਾਂ ਚੀਜ਼ਾਂ ਛੱਡ ਕੇ ਇਕੱਲਾ ਨਾ ਹੋ ਜਾਵੇ, ਹੈ ਨਾ। ਇਹ ਅਤੇ ਜੋ ਮੇਨ ਸਿੱਖਣ ਵਾਲੀਆਂ ਚੀਜ਼ਾਂ ਹਨ ਉਹਨਾਂ ਤੋਂ ਭਟਕ ਨਾ ਜਾਵੇ, ਹੈ ਨਾ, ਉਹਨਾਂ ਤੋਂ ਸਟ੍ਰੈਸ ਦੇ ਕਾਰਨ ਭਟਕ ਨਾ ਜਾਵੇ। ਜਦੋਂ ਵੀ ਮੈਂਟਲ ਹੈਲਥ ਦੀ ਗੱਲ ਆਉਣੀ ਹੈ ਤਾਂ ਸਟ੍ਰੈਸ ਦੀ ਗੱਲ, ਚਿੰਤਾ ਦੀ ਗੱਲ ਆਉਣੀ ਹੈ, ਅਤੇ ਇਹ ਇੱਕ ਕੋਮਨ ਫੈਕਟਰ ਹੈ। ਤੁਸੀਂ ਡਾਕਟਰ ਕੋਲ ਵੀ ਜਾਂਦੇ ਹਾਂ ਤਾਂ ਕੋਮਨ ਫੈਕਟਰ ਹੈ ਉਸਨੂੰ। ਉਸ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ, ਇੰਨਾ ਮਹੱਤਵਪੂਰਨ ਕੁਐਸਚਨ ਹੈ। ਹੀ ਸ਼ੁੱਡ ਫੋਕਸ ਔਨ ਡਿਵੈਲਪਿੰਗ ਆਲ ਆਫ ਫੋਲੋਇੰਗ ਐਕਸੈਪਟ। ਉਹਨੂੰ ਸਾਰੀਆਂ ਅਧਿਆਪਕ ਨੂੰ ਚੀਜ਼ਾਂ ਡਿਵੈਲਪ ਕਰਨੀਆਂ ਚਾਹੀਦੀਆਂ ਹਨ, ਪਰ ਇੱਕ ਚੀਜ਼ ਨਹੀਂ ਕਰਨੀ ਚਾਹੀਦੀ, ਕਿਹੜੀ ਨਹੀਂ ਕਰਨੀ ਚਾਹੀਦੀ। ਜੇ ਇੰਗਲਿਸ਼ 'ਚ ਪੜ੍ਹਦੇ ਹਾਂ ਮੀਨਿੰਗ ਕੁਛ ਹੋਰ ਨਿਕਲਦਾ ਹੈ, ਪੰਜਾਬੀ 'ਚ ਵੱਖਰਾ ਹੋ ਜਾਂਦਾ ਹੈ, ਇਸ ਲਈ ਇੰਗਲਿਸ਼ 'ਚ ਪ੍ਰੈਫਰ ਕਰਨਾ ਚਾਹੀਦਾ ਹੈ ਇੰਗਲਿਸ਼ ਵਿੱਚ, ਕਿਉਂਕਿ ਪੇਪਰ ਬਣਦਾ ਹੈ ਬਾਅਦ ਵਿੱਚ, ਟ੍ਰਾਂਸਲੇਸ਼ਨ ਹੁੰਦੀ ਹੈ। ਲਰਨਿੰਗ ਨੋਟ ਅਲਾਇੰਗ ਟੂ ਸਟ੍ਰੈਸ ਗਰੋ। ਦੂਸਰਾ ਹੈ ਲਰਨਿੰਗ ਹਾਊ ਟੂ ਡੀਲ ਵਿਦ ਸਟ੍ਰੈਸ, ਲਰਨਿੰਗ ਹਾਊ ਟੂ ਅਵੋਇਡ ਸਟ੍ਰੈਸ, ਲਰਨਿੰਗ ਟੂ ਰਿਵਰਟ ਬੈਕ ਆਫਟਰ ਸਟ੍ਰੈਸ। ਥੋੜ੍ਹਾ ਟਾਈਮ ਇਸ 'ਤੇ ਲੱਗੇਗਾ ਲੇਕਿਨ ਸਮਝਣਾ ਪਏਗਾ। ਸਿਖਲਾਈ ਜੋ ਤਣਾਅ ਨੂੰ ਵਧਣ ਨਾ ਦੇਵੇ, ਤਣਾਅ ਨਾਲ ਨਜਿੱਠਣਾ ਸਿੱਖਣਾ, ਤਣਾਅ ਤੋਂ ਬਚਣ ਦਾ ਤਰੀਕਾ ਸਿੱਖਣਾ, ਤਣਾਅ ਤੋਂ ਬਾਅਦ ਇਸ ਤੋਂ ਮੁਕਤ ਹੋਣ ਦਾ ਸਿੱਖਣਾ। ਜੇ ਅੱਛੀ ਤਰ੍ਹਾਂ ਇਸ ਉਹਦਾ ਐਨਾਲਿਸਿਸ ਕੀਤਾ ਜਾਵੇ ਕੁਐਸਚਨ ਦਾ ਕਿ ਸਟ੍ਰੈਸ ਹੈ, ਇੱਥੇ ਮੈਂ ਸਟ੍ਰੈਸ ਲਿਖ ਲਿਆ ਹੈ, ਅਤੇ ਉਸ ਦੀਆਂ ਤਿੰਨ ਸਟੇਜਿਸ ਹਨ, ਨੋਰਮਲੀ ਤਿੰਨ ਸਟੇਜਿਸ ਹੀ ਹੁੰਦੀਆਂ ਹਨ, ਇੱਕ ਸਟ੍ਰੈਸ ਤੋਂ ਪਹਿਲਾਂ ਪਹਿਲਾਂ ਔਰ ਇੱਕ ਸਟ੍ਰੈਸ ਦੇ ਦੌਰਾਨ ਡਿਊਰਿੰਗ ਔਰ ਤੀਸਰਾ ਹੈ ਸਟ੍ਰੈਸ ਤੋਂ ਬਾਅਦ ਆਫਟਰ ਓਕੇ। ਜਿਹੜਾ ਸਟ੍ਰੈਸ ਤੋਂ ਪਹਿਲਾਂ ਹੈ ਉਹ ਪ੍ਰੀਕੋਸ਼ਨਰੀ ਹੁੰਦਾ ਹੈ ਕਿ ਸਟ੍ਰੈਸ ਇੱਦਾਂ ਦੇ ਕੰਮ ਕਰਨੇ ਹੈ, ਫੋਰ ਐਗਜ਼ਾਮਪਲ ਟਾਈਮ ਮੈਨੇਜਮੈਂਟ ਕਰਕੇ ਤੁਸੀਂ ਚੱਲਦੇ ਹੋ, ਬੱਚਾ ਟੀਚਰ ਇਹ ਸਿਖਾਉਂਦਾ ਹੈ ਕਿ ਟਾਈਮ ਬੇਟਾ ਐਗਜ਼ਾਮ ਤੋਂ ਪਹਿਲਾਂ ਇਸ ਤਰ੍ਹਾਂ ਮੈਨੇਜ ਕਰਨਾ ਹੈ, ਅਤੇ ਉਹ ਸਟ੍ਰੈਸ ਆਉਂਦਾ ਹੀ ਨਹੀਂ ਹੈ। ਇਟ ਮੀਨਸ ਜਿਹੜਾ ਪਹਿਲਾ ਹੈ ਇਹ ਬਿਲਕੁਲ ਠੀਕ ਹੈ ਕਿ ਅਧਿਆਪਕ ਨੂੰ ਇਹ ਕਰਨਾ ਚਾਹੀਦਾ ਹੈ। ਇਹ ਲਰਨਿੰਗ ਨੋਟ ਅਲਾਊਡ ਟੂ, ਪੰਜਾਬੀ ਵਿੱਚ ਬੜੀ ਸਿਖਲਾਈ ਜੋ ਤਣਾਅ ਨੂੰ ਵਧਣ ਨਾ ਦੇਵੇ, ਇਹ ਚਾਹੀਦੀ ਹੈ, ਇਸ ਲਈ ਇੱਥੇ ਅਸੀਂ ਗਲਤ ਵਾਲਾ ਲੱਭਣਾ ਹੈ। ਦੂਸਰਾ ਇਹ ਲਾਸਟ ਵਾਲਾ ਹੈ ਕਿ ਲਰਨਿੰਗ ਟੂ ਰਿਵਰਟ ਬੈਕ ਆਫਟਰ ਸਟ੍ਰੈਸ, ਹੋ ਗਈ ਹੈ ਸਟ੍ਰੈਸ ਆ ਚੁੱਕੀ ਹੈ ਹੁਣ ਮੈਨੂੰ ਪਹੁੰਚ ਚੁੱਕੀ ਮੇਰੇ ਅੰਦਰ, ਉਸ ਨੂੰ ਉਸ ਤੋਂ ਮੁਕਤ ਹੋਣ ਦਾ ਤਰੀਕਾ, ਇਹ ਵੀ 100% ਹੈ ਜੇ ਆ ਚੁੱਕੀ ਉਸ ਤੋਂ ਮੁਕਤ ਹੋਣਾ ਹੀ ਹੈ। ਹੁਣ ਦੋ ਇਹ ਵਿਚਲੇ ਬਚਦੇ ਨੇ, ਇੱਕ ਅਤੇ ਦੋ, ਇਹ ਡਿਊਰਿੰਗ ਵਾਲੇ ਨੇ ਔਰ ਆਪਸ 'ਚ ਬਿਲਕੁਲ ਕਲੋਜ਼ਲੀ ਰਿਲੇਟਡ ਨੇ। ਹੁਣ ਤੁਸੀਂ ਕੀ ਕਰਨਾ ਚਾਹੋਗੇ ਕਿ ਬੱਚੇ ਨੂੰ ਇਹ ਸਿਖਾਓਗੇ ਕਿ ਸਟ੍ਰੈਸ ਨਾਲ ਡੀਲ ਕਿੱਦਾਂ ਕਰਨਾ ਹੈ, ਜਦੋਂ ਸਟ੍ਰੈਸ ਆ ਗਈ ਹੈ ਤਾਂ ਡੀਲ ਕਿੱਦਾਂ ਕਰਨਾ ਹੈ, ਇਹ ਸਿਖਾਓਗੇ ਕਿ ਜਾਂ ਇਹ ਕਹੋਗੇ ਕਿ ਸਟ੍ਰੈਸ ਤੋਂ ਭੱਜਣਾ ਕਿੱਦਾਂ ਹੈ। ਸੋ ਇਹ ਭੱਜਣਾ ਜਿਹੜਾ ਹੈ ਇਹ ਇਸ ਨੂੰ ਨੈਗੇਟਿਵ ਬਣਾਉਂਦਾ ਹੈ ਕਿ ਅਸੀਂ ਭੱਜਣਾ ਨਹੀਂ ਹੈ, ਕਿਉਂਕਿ ਲਾਈਫ ਦਾ ਪਾਰਟ ਸਟ੍ਰੈਸ ਹੈ, ਅਤੇ ਜੇ ਸਟ੍ਰੈਸ ਕੋਈ ਵੀ ਆ ਰਹੀ ਹੈ ਉਸ ਨਾਲ ਡੀਲ ਕਰਨਾ ਕਿਸ ਤਰ੍ਹਾਂ ਸਿਖਾਉਣਾ ਹੈ ਇਹ ਜ਼ਿਆਦਾ ਜ਼ਰੂਰੀ ਹੈ। ਸੋ ਇਹ ਵੀ ਚਾਹੀਦਾ ਹੈ, ਇਹ ਵੀ ਚਾਹੀਦਾ ਹੈ, ਇਸ ਨੂੰ ਅਸੀਂ ਰਾਈਟ ਆਂਸਰ ਦੇ ਤੌਰ 'ਤੇ ਲੈ ਕੇ ਚੱਲ ਰਹੇ ਹਾਂ।
ਆਪਸ਼ਨ ਸੀ ਕਿ ਅਸੀਂ ਉਹਨੂੰ ਇਹ ਨਹੀਂ ਸਿਖਾਵਾਂਗੇ ਕਿ ਅਵੋਇਡ ਕਰਨਾ ਹੈ, ਪਰ ਜਦੋਂ ਤੁਸੀਂ ਤੁਹਾਡੀ ਕੌਂਸਲਿੰਗ, ਕਿਉਂਕਿ ਮੈਂ ਕੌਂਸਲਰ ਹਾਂ, ਜਦੋਂ ਅਸੀਂ ਪਰਸਨਲ ਕੌਂਸਲਿੰਗ, ਇਮੋਸ਼ਨਲ ਕੌਂਸਲਿੰਗ ਕਰਦੇ ਹਾਂ, ਤਾਂ ਕਿਸੇ ਵੇਲੇ ਜਦੋਂ ਤੁਹਾਡੀ ਹਾਲਤ ਬੱਚੇ ਦੀ ਬਹੁਤ ਜ਼ਿਆਦਾ ਮਾੜੀ ਹੁੰਦੀ ਹੈ, ਬਹੁਤ ਜ਼ਿਆਦਾ ਜਲਦੀ ਉਹ ਸਟ੍ਰੈਸ ਵਿੱਚ ਆ ਜਾਂਦਾ ਹੈ ਕੋਈ ਬੱਚਾ, ਅਤੇ ਉਸਨੂੰ ਇਹ ਨੁਕਤੇ ਵੀ ਸਿਖਾਏ ਜਾਣੇ ਹਨ ਕਿ ਤੂੰ ਅਵੋਇਡ ਕਿੱਦਾਂ ਕਰਨਾ ਹੈ ਸਟ੍ਰੈਸ ਨੂੰ. ਸੋ ਇਹ ਕੇਸ ਬੇਸਡ ਹੋ ਸਕਦਾ ਹੈ, ਉਹ ਵੀ ਹੁੰਦੇ ਹੈ. ਵਿੱਚ ਵਨ ਆਫ ਦੀ ਫੋਲੋਇੰਗ ਆਪਸ਼ਨ ਸ਼ੋ ਇਹ ਮੈਂਟਲੀ ਹੈਲਦੀ ਸਟੂਡੈਂਟ, ਇਹਨਾਂ ਵਿੱਚੋਂ ਕਿਹੜਾ ਹੈ? ਇਹ ਸਟੂਡੈਂਟ ਹੂ ਹੈਜ਼ ਫੇਲਡ ਇਨ ਐਗਜ਼ਾਮੀਨੇਸ਼ਨ ਐਂਡ, ਹੇਠ ਕੇ ਚਾਰ ਆਪਸ਼ਨ ਨੇ, ਉਹਨਾਂ ਚਾਰ ਆਪਸ਼ਨ 'ਚੋਂ ਇਹ ਦੱਸਣਾ ਹੈ ਕਿ ਕਿਹੜੀ ਆਪਸ਼ਨ ਇਹ ਦੱਸ ਰਹੀ ਹੈ ਕਿ ਬੱਚਾ ਮੈਂਟਲੀ ਹੈਲਦੀ ਹੈ. ਇੱਕ ਬੱਚਾ ਜਿਹੜਾ ਕਿ ਆਪਣੇ ਐਗਜ਼ਾਮ 'ਚੋਂ ਫੇਲ ਹੋ ਗਿਆ ਹੈ, ਫੇਲ ਹੋ ਗਿਆ ਹੈ, ਨੰਬਰ ਇੱਕ ਏ ਆਪਸ਼ਨ ਹੈ, ਫੀਲ ਡਿਪਰੈਸਡ ਫੋਰ 3-4 ਡੇਜ਼ ਐਂਡ ਅਗੇਨ ਪ੍ਰਪੇਅਰ ਫੋਰ ਇਟ. ਉਹ ਆਪਣੇ ਐਗਜ਼ਾਮ 'ਚ ਫੇਲ ਹੋਣ ਤੋਂ 3-4 ਦਿਨ ਉਦਾਸ ਰਹਿੰਦਾ ਹੈ, ਮਾਯੂਸ ਰਹਿੰਦਾ ਹੈ, ਅਤੇ ਦੁਬਾਰਾ ਫਿਰ ਐਗਜ਼ਾਮ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ. ਇਹ ਚੀਜ਼ ਠੀਕ ਹੈ. ਫੀਲ ਸੈਡ ਫੋਰ ਏ ਵੀਕ ਐਂਡ ਪੇਰੈਂਟਸ ਕੰਸੋਲ ਹਿਮ ਟੂ ਅਗੇਨ ਪ੍ਰਪੇਅਰ ਫੋਰ ਦ ਸੇਮ. ਹੁਣ ਧਿਆਨ ਨਾਲ ਦੇਖੋ ਕਿ ਇੱਥੇ ਕੀ ਹੈ ਕਿ ਹਫ਼ਤਿਆਂ ਲਈ ਉਦਾਸ ਰਹਿੰਦਾ ਹੈ. ਪਹਿਲੀ ਗੱਲ ਹੈ ਕਿ ਜ਼ਿਆਦਾ ਦੇਰ ਉਦਾਸ ਰਹਿਣਾ ਮੈਂਟਲ ਹੈਲਥ ਅੱਛੀ ਨਹੀਂ ਹੁੰਦੀ. ਇੱਕ ਬੰਦਾ ਹੈ ਇੰਨੇ ਦਿਨ ਉਦਾਸ ਰਿਹਾ, ਠੀਕ ਹੋਣਾ ਸ਼ੁਰੂ ਹੋ ਗਿਆ. ਇੱਕ ਬੰਦਾ ਹੈ ਇੰਨੇ ਦਿਨ ਉਦਾਸ ਰਿਹਾ, ਠੀਕ ਹੋਣਾ ਸ਼ੁਰੂ ਹੋ ਗਿਆ. ਇੱਕ ਬੰਦਾ ਹੈ ਇੰਨਾ ਚਿਰ ਉਦਾਸ ਰਹਿ ਰਿਹਾ ਹੈ, ਇਟ ਮੀਨਸ ਲਾਈਫ ਦੀ ਐਨਰਜੀ ਖਰਾਬ ਕਰ ਰਿਹਾ ਹੈ, ਦੂਜਿਆਂ ਦੇ ਬੋਝ ਬਣ ਰਿਹਾ ਹੈ. ਇਹ ਬੰਦਾ ਮੈਂਟਲੀ ਹੈਲਦੀ ਨਹੀਂ ਹੈ ਜਾਂ ਘੱਟ ਹੈ. ਸੋ ਜਲਦੀ 'ਚੋਂ ਜਲਦੀ ਤੁਸੀਂ ਵਾਪਸ ਆਉਣਾ ਹੁੰਦਾ ਹੈ, ਇਸਨੂੰ ਰੈਜ਼ੀਲੈਂਸ ਕਹਿੰਦੇ ਹਨ. ਸੋ ਹਫ਼ਤਿਆਂ ਲਈ ਉਦਾਸ ਰਹਿੰਦਾ ਹੈ. ਦੂਸਰਾ ਹੈ ਮਾਪੇ ਕਹਿ ਰਹੇ ਹਨ ਉਸਨੂੰ ਕਿ ਤੂੰ ਦਿਲਾਸਾ ਦੇ ਰਹੇ ਹਨ, ਉਹ ਖੁਦ ਨਹੀਂ ਠੀਕ ਹੋਇਆ. ਇੱਥੇ ਕਿ ਉਹ 3-4 ਦਿਨ ਉਦਾਸ ਰਿਹਾ ਹੈ, ਇੱਕ ਪੀਰੀਅਡ ਛੋਟਾ ਹੈ. ਦੂਸਰਾ ਕਿ ਦੁਬਾਰਾ ਤਿਆਰੀ ਕਰਨੀ ਉਹਨੇ ਸ਼ੁਰੂ ਕਰ ਦਿੱਤੀ ਹੈ. ਇੱਥੇ ਪੇਰੈਂਟਸ ਅਜੇ ਕਹਿ ਰਹੇ ਆ ਉਸਨੇ ਸ਼ੁਰੂ ਨਹੀਂ ਕੀਤੀ. ਦੈਟ ਇਜ਼ ਵਾਈ ਦੂਸਰੀ ਆਪਸ਼ਨ ਜਿਹੜੀ ਹੈ ਉਹ ਵੀਕ ਹੈ, ਇਸ ਨੂੰ ਅਸੀਂ ਰਿਜੈਕਟ ਕਰਾਂਗੇ. ਸੀ ਡਜ਼ ਨੋਟ ਕੇਅਰ ਆਫ ਇਜ਼ ਫੇਲੀਅਰ ਐਂਡ ਕੀਪ ਇੰਜੋਇੰਗ ਲਾਈਫ ਐਜ਼ ਬਿਫੋਰ. ਉਹ ਕੋਈ ਪਰਵਾਹ ਨਹੀਂ ਕਰਦਾ ਕਿ ਅਸਫਲ ਹੋ ਗਿਆ ਹੈ, ਜ਼ਿੰਦਗੀ ਨੂੰ ਉਸੇ ਤਰ੍ਹਾਂ ਮਾਣਦਾ ਹੈ. ਇਸ ਇਟ ਮੀਨਸ ਕਿ ਉਹ ਲਾਈਫ ਜਾਂ ਐਗਜ਼ਾਮ ਲਈ ਸੀਰੀਅਸ ਨਹੀਂ ਹੈ. ਇਹ ਵੀ ਕਾਂਟਾ ਵੱਜ ਗਿਆ. ਸੋ ਇਹ ਵੀ ਕਾਂਟਾ ਵੱਜ ਗਿਆ, ਇਹ ਵੀ ਕਾਂਟਾ ਵੱਜ ਗਿਆ. ਇਹ ਸਟਰੋਂਗ ਬਣ ਰਹੀ ਹੈ ਹਜੇ ਤੱਕ. ਆਪਣੇ ਆਪ ਨੂੰ ਅਸਫਲਤਾ ਦਾ ਦੋਸ਼ੀ ਮਹਿਸੂਸ ਕਰਦਾ ਹੈ ਅਤੇ ਘਰ ਰਹਿਣ ਦਾ ਫੈਸਲਾ ਕਰਦਾ ਹੈ. ਪਹਿਲੀ ਗੱਲ ਹੈ ਕਿ ਦੋਸ਼ ਆਪਣੇ ਆਪ ਨੂੰ ਦੇ ਦਿੱਤਾ ਹੈ. ਕਾਰਨ ਬਾਹਰ ਦੇ ਅੰਦਰ ਦੇ ਦੋਨੇ ਹੋ ਸਕਦੇ ਹਨ. ਦੋਸ਼ ਆਪਣੇ ਆਪ ਨੂੰ ਦੇਣਾ ਵੈਸੇ ਇੰਟਰਿੰਸਿਕ ਇੱਕ ਥਿਊਰੀ ਹੈ, ਐਟਰੀਬਿਊਸ਼ਨਲ ਥਿਊਰੀ, ਇੰਟਰਨਲ ਐਟਰੀਬਿਊਸ਼ਨ, ਕਿ ਜੇ ਫੇਲ ਹੋਣਿਆ ਹਾਂ ਤਾਂ ਮੈਂ ਮੇਰਾ ਕਾਰਨ ਹੈ ਕਿਉਂਕਿ ਮੈਂ ਪੜ੍ਹਿਆ ਘੱਟ ਸੀ, ਮੈਂ ਟਾਈਮ ਮੈਨੇਜਮੈਂਟ ਨਹੀਂ ਕੀਤੀ ਸੀ, ਮੈਂ ਇੱਦਾਂ ਇੱਦਾਂ ਕੀਤੀ ਸੀ. ਉਹਨੂੰ ਐਨਾਲਾਈਜ਼ ਪਰ ਨਾਲ ਕਰਦੇ ਹੈ. ਇੱਥੇ ਕੀ ਹੈ, ਡਿਸੀਜ਼ਨ ਗਲਤ ਲੈ ਰਿਹਾ ਕਿ ਮੈਂ ਘਰ ਹੀ ਲੈਣਾ, ਪੜ੍ਹਨਾ ਹੀ ਨਹੀਂ ਹੈ. ਇਹਦੇ ਵਿੱਚ ਉਹ ਤਿਆਰੀ ਕਰ ਰਿਹਾ ਹੈ. ਦੈਟ ਇਜ਼ ਵਾਈ ਬੈਸਟ ਆਂਸਰ ਏ ਇਹਦੇ ਵਿੱਚ ਹੋਏਗਾ. ਮੈਂਟਲੀ ਹੈਲਦੀ ਪਰਸਨ ਉਹ ਹੁੰਦਾ ਹੈ. ਨੈਕਸਟ ਕੁਐਸਚਨ ਹੈ, ਫੋਰ ਦ ਸਕੂਲ ਟੀਚਰ ਟੀਚਿੰਗ ਦ ਅਡੋਲਸੈਂਟ ਸਟੂਡੈਂਟ, ਇਟ ਇਜ਼ ਗੁੱਡ ਦੈਟ ਟੀਚਰ ਕਿਸ਼ੋਰ ਉਮਰ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਹਿੱਤ ਸਕੂਲ ਦਾ ਅਧਿਆਪਕ ਲਈ ਚੰਗਾ ਹੋਏਗਾ ਕਿ ਅਧਿਆਪਕ? ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਕਿਸ਼ੋਰ ਇਸ 'ਤੇ, ਕਿਉਂਕਿ ਹੋਰ ਕੁਐਸਚਨ ਆ ਸਕਦੇ ਨੇ. ਇੰਪੋਰਟੈਂਟ ਕਿਉਂ ਹੈ ਕਿਸ਼ੋਰ? ਇੱਥੇ ਲਿਖ ਲਿਆ ਕਿਸ਼ੋਰ ਨੂੰ ਅਸੀਂ ਅਡੋਲਸੈਂਟ ਵੀ ਕਹਿੰਦੇ ਹਾਂ, ਅਡੋਲੇਸੈਂਟਸ ਵੀ ਕਹਿੰਦੇ ਹਾਂ. ਔਰ ਇਹਨਾਂ ਦੀ ਉਮਰ ਕਿਹੜੀ ਹੁੰਦੀ ਹੈ? ਇਸਨੂੰ ਟੀਨ ਏਜਰ ਵੀ, ਟੀਨ ਏਜਰਸ ਵੀ ਕਿਹਾ ਜਾਂਦਾ ਹੈ, ਏਜਰਸ ਵੀ ਕਿਹਾ ਜਾਂਦਾ ਹੈ. ਉਹ ਉਮਰ ਕਿਹੜੀ ਹੋ ਗਈ? 12 ਤੋਂ 18-19 ਸਾਲ. ਅੱਛਾ, ਬੀ ਐੱਡ ਲਈ ਇਹ ਕਿਉਂ ਜ਼ਿਆਦਾ, ਇਹਤੇ ਕੁਐਸਚਨ ਕਿਉਂ ਆਉਂਦੇ ਹਨ? ਇਸ ਦਾ ਲੌਜਿਕ ਦੇਣ ਲੱਗਾ ਹਾਂ. ਬੀ ਐੱਡ ਜਿਹੜਾ ਕੋਰਸ ਹੈ, ਸੈਕੰਡਰੀ ਕੋਰਸ ਹੈ, ਤੁਸੀਂ ਪੜ੍ਹਾਉਣਾ ਹੁੰਦਾ ਹੈ ਕਿਹਨੂੰ? 10ਵੀਂ ਕਲਾਸ ਨੂੰ, 10th ਤੋਂ ਲੈ ਕੇ
सॉरी गलत हो गया, छेवीं तो लैके टेंथ तक है ना, जां 12वीं तक। हुण जे छेवीं क्लास च बच्चा है उसकी उम्र कढ़नी होवे तो उसनों 6 नाल प्लस कर दो, उसदे विच 6 प्लस कर दो, उहदी उम्र आ जाएगी लगभग। तो 12 साल, इट मीनस 12 साल के बच्चों नूं तुसीं पढ़ाउणा शुरू करना है। 12, 13, 14, 15, 16 आ गया, 17, 18, ये 19 तक तुहाडा प्लस टू हो रही है लगभग। सो 12 तो 19 साल लई तुहानूं बी एड कोर्स कराया जा रहा है, इसलिए बनता है कि तुहानूं टीन एजर्स नाल संबंधित क्वेश्चन ही पूछे जाण, इसलिए मैं ये जानकारी दे रहा हाँ। सो नैक्सट होर क्वेश्चन की बन सकता है कि अडोलसेंट इज़ ए पीरियड ऑफ स्ट्रैस एंड स्ट्रेन, स्ट्रॉम एंड स्ट्राइफ। ये किसने कोटेशन दी, ये किसकी डेफिनेशन है, ये अडोलसेंट की डेफिनेशन है, किसने दी? उत्तर होएगा ये तुहाडे बी एड कोर्स विच भी करना है, टेट विच भी करना है, और तुसी एंट्रेंस टेस्ट विच भी करना है। आंसर है स्टैन ले हाल इस दा, जिसने ये कोटेशन दी सी, है ना। सो क्योंकि तुसी इस उम्र नाल डील करना है, स्ट्रेस, स्ट्रॉम, स्ट्रेन, स्ट्राइफ नाजुक अवस्था है, तूफान वाली अवस्था है, मतलब तूफान व्यवहार विच भी है ते सोच विच भी है, बड़ी जल्दी टेंशन विच जाणगे, बड़ी डीप टेंशन च बड़ी जल्दी चल जाते हैं। दैट इज़ वाई इन्हां नाल ट्रीट किद्दां कीता जावे। दूसरी गल जिहड़ी मोस्ट इंपॉर्टेंट है, एक जिहड़े अडोलसेंट ने इन्हां दा करैक्टरिस्टिक्स है कि इंडिपेंडेंस चाहुंदे ने, इंडिपेंडेंस किहना तो, पेरेंट्स तो, पेरेंट्स तो, पेरेंट्स तो किस तरह इंडिपेंडेंस चाहते हैं कि सानू पेरेंट्स नाल घट जोड़िया जाए, असी अपने डिसीजन खुद ले सकीए, सानू बार बार पेरेंट्स तो पुछना ना पवे, असी फ्री ज़्यादा रहीए। दैट इज़ वाई तुसी देखना कि गर्ल्स ते बॉयज़ च फर्क है कि बच्चे ज़्यादा वक्त बाहर गुजारना चाहते अडोलसेंट, और प्ले ग्राउंड च लड़के नॉर्मली पेरेंट्स तो थोड़ा दूर जाके वक्त गुजारते हैं। सो इंडिपेंडेंस चाहते क्यों ने, क्योंकि ये एक पीरियड चो गुजर रहे होंगे है, जिहड़ी एरिकसन की थ्यूरी बी एड पढ़नी भी है, वो पंजवीं स्टेज है यह आइडेंटिटी क्राइसिस, आइडेंटिटी क्राइसिस, क्राइसिस चो गुजर के जाते हैं, किहड़ी आइडेंटिटी बनाना चाहते हैं, अपनी ऑक्यूपेशनल आइडेंटिटी, मैं किसी किते ना जुड़ सकता कि मैं आप बनना है, बन सकता, इस डिसीजन लैन विद कन्फ्यूजन चल रहे होंगे, इसनों आइडेंटिटी क्राइसिस कह रहे हैं। दूजा सैक्सुअल आइडेंटिटी के पार्टनर नूं इह लभ रहे हुंदे हन। सो आइडेंटिटी क्राइसिस दी एज किहड़ी है, अडोलसेंट है, और इस नाल सीधे संबंधित क्वेश्चन पुछे जांदे ने, ते इह मैं जिहड़ा विवरण दित्ता है एरिकसन दी साइकोसोशल डिवेलपमेंट दी थ्यूरी चों है। हुण देखिए इस संदर्भ च असीं इह क्वेश्चन नूं समझण दी कोशिश करांगे कि अच्छा टीचर उन्होंने किद्दां ट्रीट करेगा। हुण इह इक होर गल समझ लो, जे उह इंडिपेंडेंस चाहुंदे आ, जे इह इंडिपेंडेंस चाहुंदे आ, इत्थे वापस चलदे हाँ, जे इंडिपेंडेंस चाहते हैं तो कि उन्होंने छोटे बच्चों वाग ट्रीट किया जाए, पेरेंट्स हमेशा छोटे बच्चों वाग ट्रीट करेंगे, इट मीनस वो नहीं चाहे कि उन्होंने छोटे बच्चों वाग ट्रीट किया जाना, उन्होंने ये लगे कि हाँ वो वड्डे हो चुके हैं। इंडिपेंडेंस शब्द तो यह निकल रहा है कि वह अपना काम कर सकते हैं, अपनी आज़ादी माण सकते, अपने डिसीजन लै सकते हैं, अपने जोड़े है प्रॉब्लम सॉल्व कर सकते हैं। दैट इज़ वाई उन्होंने व्डा समझा जाए, ਜਦੋਂ ਜਿਹੜਾ ਪਰਸਨ ਉਹਨਾਂ ਨੂੰ ਉਹਨਾਂ ਤੋਂ ਵੱਡਾ ਸਮਝੇਗਾ, ਤੂੰ ਤਾਂ ਹਾਂ ਵੱਡਿਆਂ ਵਾਂਗ ਟ੍ਰੀਟ ਕਰੇਗਾ, ਉਹ ਉਸ ਨਾਲ ਜ਼ਿਆਦਾ ਰਿਸ਼ਤਾ ਬਣਾਉਣਗੇ, ਇਹ ਸਾਈਕੋਲੋਜੀ ਹੈ। ਸੋ ਇਸ 'ਚੋਂ ਆਂਸਰ ਅਸੀਂ ਲੱਭ ਸਕਦੇ ਹਾਂ, ਟ੍ਰੀਟ ਅਡੋਲਸੈਂਟ ਲਾਈਕ ਏ ਚਾਈਲਡ, ਇੱਥੇ ਗਲਤ ਹੋ ਗਿਆ, ਹਾਂ ਲਵ ਲਾਈਕ ਏ ਚਾਈਲਡ ਤਾਂ ਹੋ ਸਕਦਾ ਹੈ, ਪਰ ਟ੍ਰੀਟ ਨਹੀਂ ਕਰਨਾ।
आइडेंटिफाई अडोलसेंट लाइक ए चाइल्ड स्टूडेंट लाइक ए चाइल्ड गलत हो गया, ये भी गलत हो गया, ये भी गलत हो गया। किशोर विद्यार्थी बच्चे वांग व्यवहार करता है, बच्चे वांग व्यवहार करना गलत हो गया। किशोर बच्चे वांग पहचानता है, बच्चे गलत हो गया। वह किशोर विद्यार्थियों नाल बालग वांग व्यवहार करता है अते एक बालग वांग ही उसका आदर करता है। हुण इत्थे बालग वाला तो बिल्कुल ठीक बन रहा है कि उन्हें बालग वांग समझना है। दूसरा देख लीए आइडेंटिफाई अडोलसेंट लाइक एन अडल्ट, बिल्कुल ठीक है, इतने ठीक है, इतने दोनों ठीक चल रहे हैं। बट लव लाइक ए चाइल्ड या रिस्पैक्ट लाइक अडल्ट, इतने फर्क पै गया। हुण जिहड़ा प्यार है वह बच्चे वांग ही चाहते ने, जिहड़ा प्यार है असी हमेशा ही, और अडोलसेंट नू कंट्रोल करन लई लगभग इको एक तरीका जिहड़ा है वह प्यार, और अच्छे टीचर बनन दा इको एक तरीका है वह है प्यार। हाँ रिस्पैक्ट उहदा एक पार्ट है, पर जो प्यार असी लैंदे हाँ जो छोटिया वांग किया जाता है तो असी जल्दी ज़्यादा गल मनते हाँ। जदों सानू जड़ा है सिर्फ रिस्पैक्ट दिती जाती है, रिस्पैक्ट दे विच एक दूरी बनी रहेगी, इत्थे जिहड़ी दूरी वो खत्म हो जाती है, जो परसनल केयर भी की जाती है। हुण प्यार दे विच की है प्लस केयर भी आ जाएगी, है ना। रिस्पैक्ट विच सिर चुकेगा, तुहानू मैं उच्चा समझांगा, समझ रहा हाँ, इत्थे केयर जिहड़ी है वह प्यार दा एक अंश है जिहड़ी कि इस रिस्पोंस नू देखो कितना क्रिटिकल क्वेश्चन बन रहा है। तो असी राइट चूज़ कर रहे हाँ इहदे विच्चों कि वह किशोर विद्यार्थी नू बालग वांग वड्डियां वांग पछाणदा है पर बच्चियां वांग प्यार करता है, ये राइट रिस्पोंस इहदा बन रहा है। बहुत घट बच्चे होणगे जिन्हां दा ठीक होया होएगा। नैक्सट है टीचिंग इज़ एन, कि यह सेवा है, वैसे दिल दे पद्धर ते कि सेवा करन जा रहे हैं, मतलब मैं कुछ नहीं लवांगा, मैं फ्री विच करांगा, ये भी एक इहदा मीनिंग बनता है। दूसरा है कि मैं श्रद्धा रख रहा हाँ कि मैं एक अच्छा टीचर बनना है, ठीक, रिटर्न विच कुछ नहीं सोचता। जॉब बिल्कुल नहीं है, ऑक्यूपेशन बिल्कुल नहीं है, ऑक्यूपेशन तो प्रोफेसन थोड़े मैच करते हैं। प्रोफेसन ये हर हालत विच है, प्रोफेसन की हुंदा है कोई भी चीज़ जो प्रोफेसन की डेफिनेशन करवाई जाती है, प्रोफेसन वो मिनीम एजुकेशनल क्वालिफिकेशन जरूरी है, क्वालिफिकेशन जरूरी है, और प्रोफेसनल प्रोफेसनल शब्द ट्रेनिंग TRAI ट्रेनिंग जरूरी है। ट्रेनिंग की करती है, स्किल डिवेलप करती है। सो तुम BEd MEd DLEd करते हो तो टीचिंग स्किल्स डिवेलप करने लिए इंटर्नशिप लगती है, तो मतलब ट्रेनिंग लगती है। मिनिमम क्वालिफिकेशन तुम्हारी ग्रेजुएशन या कोई भी रखी जाती है वो है। इट मीनस ये प्रोफेसन है और इस दे कुछ प्रोफेसनल एथिक्स होंगे ने, और इस ट्रेनिंग जी है इस दूसरे प्रोफेसन नालों वक्रा करती है। जे कोई भी कम कोई भी कर सकता है तो वह प्रोफेसन नहीं गिणिया जाता। इट मीनस प्रोफेसन दसदा है कि हर कोई बंदा पढ़ा नहीं सकता, उसनों ट्रेनिंग लेगा, स्किल डिवेलप करेगा, फिर वो अच्छा पढ़ा सकता है, है ना। स्किल केड़ियां हैं, ब्लैकबोर्ड पर लिखना है, क्वेश्चन पूछना है, लैसन प्लान करना है, बड़े तरह दियां ने। सो जिहड़ा मोस्ट साइंटिफिक उत्तर इहदा बन रहा है वो प्रोफेसन बन रहा है कि टीचिंग एक प्रोफेसन है, जिदा कि डॉक्टर इंजीनियर हाँ उन्हां दी लायर जो एडवोकेट है उन्हां दी यूनिफॉर्म है। अजे तक वर्ल्ड विच टीचर दी कोई यूनिफॉर्म निर्धारित नहीं हुई, स्कूल दी बेशक हो चुकी है। हाँ लायर दी देखो तुसी ब्लैक, डॉक्टर देखो वाइट, और लेकिन टीचर दी कोई यूनिफॉर्म नहीं है, वो स्कूल दी यूनिफॉर्म हुंदी है, स्कूल दे कॉमन यूनिफॉर्म वर्ल्ड वाइड नहीं है। नैक्सट क्वेश्चन है मिस्टर विनोद टीच मैथ्स
टू क्लास एट्थ विच वन ऑफ द फॉलोइंग इज मोस्ट सैटिस्फैक्टरी आउटकम फॉर मिस्टर विनोद। अब हुण सब तो ज़्यादा जिहड़ी चीज़ केड़ी होएगी जिहड़ी मिस्टर विनोद नूं अच्छा टीचर साबित करेगी। इनक्रीज़ द स्टूडेंट एनरोलमेंट इन स्कूल इन विच मिस्टर विनोद इज़ टीचिंग। जिस स्कूल विच विनोद जी पढ़ा रहे हैं उस स्कूल दे विच विद्यार्थियों के दाखले का वाधा। देखो गल कादी हो रही है, मैथ की स्पैसीफिक सबजैक्ट की। इत्थे स्कूल च बिना किसी सबजैक्ट तो वाधा हो रहा, सानू की पता विनोद जी करके हो रहा या किसी होर करके हो रहा, इसलिए उन्हें डिलीट करते हैं। बेशक लंबी स्टेटमेंट है। गणित सीखण विच विद्यार्थियों की सरगर्म भागीदारी द मोस्ट इंपॉर्टेंट वर्ड, इसनों मैं अंडरलाइन कर लिया। मैं अलग तो एक वीडियो बनावांगा जिद विच टीचिंग पोटेंशियल के कुछ नुकते दसांगा। उन्हां नुकतियां विचों एक नुकता यह होएगा एक्टिव एक्टिव पार्टिसिपेशन। सो इनू राइट आंसर के तौर पर शक के तौर पर देख लें, पर अगले भी देख लिए। मैक्सिमम अटेंडेंस ऑफ स्टूडेंट इन दी मैक्स मैथ। हुण अटेंडेंस वध रही है, इहदे मोस्ट क्लोजली रिलेटेड है भी ठीक है, लेकिन एक्टिव पार्टिसिपेशन फंडामेंटल कंस्ट्रक्टिविस्ट थ्यूरीज जो है जीन पियाजे ब्रूनर वैगोस्की जॉन डेवी तुसीं अगे जाके पढ़ोगे टेट विच भी वह एक्टिव पार्टिसिपेशन की गल करते हैं। जो एक्टिवली पार्टिसिपेशन है एक्टिव लर्निंग होनी होनी है, बच्चा इंजॉय भी करता, सोचता भी है, दिल तो भी फील करता, सोशली भी इंट्रैक्शन करता, सारा कुछ हुंदा है। दैट इज़ वाई इसका टिक थोड़ा वड्डा हो गया, सो इसका छोटा रह गया। राइट आंसर ए भी है, अटेंडेंस वध रही है, पर अटेंडेंस का वधन का कारण ए भी हो सकता है ना। अटेंडेंस वधन का कारण कोई नेगेटिव पनिशमेंट भी तो हो सकती है, पॉजिटिव भी हो सकता नेगेटिव, इसलिए डाउटफुल है। पार्टिसिपेशन फंडामेंटल है, लर्निंग होएगी होएगी। इनक्रीज पास परसेंटेज, साढ़े स्कूलिंग का परपज बच्चों पास या मार्क्स दवाना नहीं है, उसका ये क्वेश्चन पूछा जाएगा, उसका एको एक परपज़ जो सेंट्रल आइडिया लेना है लर्निंग लर्निंग एंड लर्निंग है ना। उत्थे जे कोई होर क्वेश्चन आ जाता है तो वड्डी गल है एथिक्स या एजुकेशन, लेकिन लर्निंग सेंट्रल है। इत्थे लर्निंग एक्टिव पार्टिसिपेशन ना होएगी, दैट इज़ वाई राइट आंसर ए दसिया जा रहा है। नैक्सट क्वेश्चन है, संजय जो एक 14 साल का लड़का है उसनों कुछ हालातों करके स्कूल विच दाखला नहीं करवाया गया सी, माड़ी गल है पर उस कोल लिखन अते गणितात्मक दे लोड़ींदे हुनर ने। इसनों अंडरलाइन किया जाए क्योंकि इसने हल करना है लिखन दे लोड़ींदे गुण हन। इंग्लिश विच है बट ही हैज़ रिक्विजिट राइटिंग एंड कंप्यूटेशनल स्किल्स एंड इंटेंड टू एनरोल इन स्कूल टू लर्न। तो सीखण लई स्कूल विच दाखला लैण दा इरादा रखता है, इस तो की पता चलता है। सो इरादा जदों रखता है वो एटीट्यूड रवैया बनता है रवैया, पर मेन गल इसे रवैये की नहीं दसी गई। इत्थे मेन गल दसी गई है कि उहदे कोल राइटिंग ते कंप्यूट करन वालियां स्किल्स हन जिहड़ियां कि स्पैसिफिक रिक्वायरमेंट हन। सो जदों भी इस तरह का क्वेश्चन आता है तुसीं ये देखना है उसनों कोगनेटिव अफेक्टिव कोनेटिव डोमेन ते देखना है। कोगनेटिव हुंदा है कोगनेटिव थिंकिंग नाल संबंधित, थिंकिंग नाल संबंधित। अफेक्टिव हुंदा है अफेक्टिव हुंदा है, अफेक्टिव पूरा नहीं लिखिया मैं, ये इमोशंस जां फीलिंग नाल संबंधित। इस डोमेन ते फीलिंग नाल संबंधित दो चीज़ां ने, एक इंटरस्ट अफेक्टिव डोमेन च है मतलब दिल नाल फीलिंग नाल मैच करता है, इंटरस्ट तुहाडा
ਤੁਹਾਨੂੰ ਕੀ ਕਰਨਾ ਚੰਗਾ ਲੱਗਦਾ ਹੈ ਨਾ, ਲਾਈਕਸ ਭੇਜਦੇ ਨਾ ਤੁਸੀਂ। ਦੂਸਰਾ ਐਟੀਟਿਊਡ ਵੀ ਡੋਮੀਨੇਟ ਇਫੈਕਟਿਵ ਡੋਮੇਨ 'ਤੇ ਕਰ ਰਿਹਾ ਹੈ। ਸੋ ਇੱਥੇ ਸਕਿੱਲਸ ਦੀ ਗੱਲ ਕੀਤੀ ਗਈ ਹੈ, ਸੋ ਇਹ ਦੋ ਚੀਜ਼ਾਂ ਰਿਜੈਕਟ ਹੋ ਜਾਂਦੀਆਂ ਹਨ ਕਿ ਦਿਲ ਦੀ ਪੱਧਰ 'ਤੇ ਗੱਲ ਹੋ ਰਹੀ ਹੈ, ਇੱਥੇ ਦਿਮਾਗ ਦੀ ਪੱਧਰ 'ਤੇ ਕੋਗਨੇਟਿਵ ਥਿੰਕਿੰਗ ਪੱਧਰ 'ਤੇ ਗੱਲ ਹੋ ਰਹੀ ਹੈ। ਔਰ ਇਹਨੇ ਵਿੱਚ ਥਿੰਕਿੰਗ ਪੱਧਰ 'ਤੇ ਦੋ ਆਪਸ਼ਨ ਨੇ, ਇੱਕ ਹੈ ਐਪਟੀਟਿਊਡ, ਇੱਕ ਹੈ ਐਬਿਲਿਟੀ ਟੂ ਲਰਨ। ਇਹ ਦੋਨੇ ਹੀ ਦਿਮਾਗ ਦੀ ਪੱਧਰ 'ਤੇ ਗੱਲ ਹੋ ਰਹੀਆਂ ਹਨ। ਸੋ ਐਬਿਲਿਟੀ ਅਤੇ ਐਪਟੀਟਿਊਡ 'ਚ ਕੀ ਫਰਕ ਹੈ? ਜਿਹੜਾ ਹੈ ਐਪਟੀਟਿਊਡ, ਇੱਥੇ ਐਪਟੀਟਿਊਡ ਲਿਖ ਦੇਣਾ ਹੈ, ਐਪਟੀਟਿਊਡ ਹੈ ਨਾ, ਅਬਿਲਿਟੀ, ਅਬਿਲਿਟੀ ਦੋਨੇ ਕਿਹਦੇ ਲਈ? ਲਰਨ ਲਈ ਆ ਰਹੀਆਂ ਹਨ। ਐਪਟੀਟਿਊਡ ਹਮੇਸ਼ਾ ਹੀ ਸਪੈਸੀਫਿਕ ਹੁੰਦਾ ਹੈ, ਸਪੈਸੀਫਿਕ ਫੀਲਡ ਵਿੱਚ ਸਕਸੈਸ ਹਾਸਲ ਕਰਨ ਲਈ ਕੁਛ ਇੱਕ ਐਬਿਲਿਟੀਜ਼ ਜਾਂ ਸਕਿੱਲਸ ਚਾਹੀਦੀਆਂ ਹਨ। ਇੱਥੇ ਸਕਿੱਲਸ ਲਿਖ ਦਿੰਦਾ ਹਾਂ, ਕਨਫਿਊਜ਼ਨ ਨਹੀਂ। ਸਪੈਸੀਫਿਕ ਸਕਿੱਲਸ ਨਾਲ ਰਿਲੇਟਡ ਹੈ ਕਿ ਸਪੈਸੀਫਿਕ ਸਕਿੱਲਸ ਜਾਂ ਸਪੈਸੀਫਿਕ ਸਕਿੱਲਸ ਨੂੰ ਲਰਨ ਕਰਨ ਦੀ ਤੁਹਾਡੇ ਵਿੱਚ ਪੋਟੈਂਸ਼ੀਅਲ ਹੈ। ਸ਼ਬਦ ਪੋਟੈਂਸ਼ੀਅਲ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਅਬਿਲਿਟੀ ਜਨਰਲ ਹੈ, ਇੱਥੇ ਸਪੈਸੀਫਿਕ ਆ ਗਿਆ, ਇਹ ਜਨਰਲ ਹੈ, ਜਨਰਲ ਹੈ। ਸੋ ਇੱਥੇ ਜਾ ਕੇ ਅਸੀਂ ਦੇਖੀਏ ਤਾਂ ਸਾਨੂੰ ਦਿਖਾਈ ਸਾਫ ਦਿੰਦਾ ਹੈ ਕਿ ਇੱਥੇ ਹੈਜ਼ ਰਿਕੁਇਜ਼ਿਟ ਰਾਈਟਿੰਗ ਕੰਪਟੀਸ਼ਨ ਸਕਿੱਲਸ, ਇਹ ਸਪੈਸੀਫਿਕ ਨੇ, ਸਪੈਸੀਫਿਕ। ਸੋ ਦੈਟ ਇਜ਼ ਵਾਇਰ ਐਪਟੀਟਿਊਡ ਵਾਲਾ ਆਨਸਰ ਜ਼ਿਆਦਾ ਬਿਹਤਰ ਹੈ। ਦੋ ਪੱਕਾ ਰਿਜੈਕਟ ਹੁੰਦੇ ਨੇ, ਇਹ ਦੋ ਕ੍ਰਿਟੀਕਲ ਨੇ, ਦੈਟ ਇਜ਼ ਵਾਈ ਮੈਂ ਕਹਿ ਰਿਹਾ ਬੜੇ ਹੀ ਟੀਚਿੰਗ ਐਪਟੀਟਿਊਡ ਦੇ ਕ੍ਰਿਟੀਕਲ ਕੁਐਸਚਨ ਨੇ। ਈਜ਼ੀਲੀ ਰਾਈਟ ਆਨਸਰ ਤੱਕ ਤੁਸੀਂ ਨਹੀਂ ਪਹੁੰਚ ਸਕਦੇ, ਤੁਹਾਨੂੰ ਟੀਚਿੰਗ ਲਰਨਿੰਗ ਦੇ ਬੇਸ ਅਤੇ ਥਿਊਰੀਜ਼ ਨੂੰ ਸਮਝਣਾ ਪਏਗਾ। ਵਿੱਚ ਵਨ ਆਫ ਦੀ ਫੋਲੋਇੰਗ ਇਜ਼ ਮੋਸਟ ਐਪਰੋਪਰੀਏਟ ਟੀਚਿੰਗ ਲਰਨਿੰਗ ਸਿਨੈਰੀਓ ਇਨ ਦੀ ਕਲਾਸਰੂਮ, ਕਲਾਸਰੂਮ ਵਿੱਚ ਸਭ ਤੋਂ ਅੱਛਾ ਟੀਚਿੰਗ ਲਰਨਿੰਗ ਵਾਲਾ ਕਿਹੜਾ ਮਾਹੌਲ ਹੈ? ਜਦੋਂ ਅਧਿਆਪਕ ਵਿਦਿਆਰਥੀਆਂ ਨੂੰ ਕੁਝ ਸਵਾਲ ਪੁੱਛਦਾ ਹੈ ਤਾਂ ਉਹਨਾਂ ਦੀ ਆਵਾਜ਼ ਆਉਂਦੀ ਹੈ, ਇਟ ਮੀਨਸ ਉਸ ਤੋਂ ਬਿਨਾਂ ਉਹਨਾਂ ਦੀ ਆਵਾਜ਼ ਨਹੀਂ ਆਉਂਦੀ। ਇਹ ਜਦੋਂ ਕੁਸ਼ਚਨ ਪੁੱਛਦਾ ਹੈ, ਇਹ ਠੀਕ ਹੈ ਗੱਲ, ਉਦੋਂ ਆਵਾਜ਼ ਆਉਂਦੀ ਹੈ, ਡਿਸਿਪਲਿਨ ਹੈ, ਗੁੱਡ ਹੈ। ਟੀਚਰ ਦ ਟੀਚਰ ਇਜ਼ ਟੀਚਿੰਗ ਐਂਡ ਦੇਅਰ ਇਜ਼ ਨੋ ਨੋਇਸ ਬਾਏ ਦ ਸਟੂਡੈਂਟ ਇਨ ਕਲਾਸ, ਮਤਲਬ ਕਿ ਇੱਥੇ ਟੀਚਰ ਟੀਚ ਕਰ ਰਿਹਾ ਹੈ। ਇੱਥੇ ਆ ਜਾਈਏ, ਆਪਾਂ ਦੇਖ ਲਈਏ ਕਿ ਇਹ ਟੀਚਰ ਟੀਚ ਕਰ ਰਿਹਾ ਹੈ ਇਹ, ਔਰ ਬੱਚਿਆਂ ਦੀ ਕੋਈ ਆਵਾਜ਼ ਨਹੀਂ ਹੈ। ਇਟ ਮੀਨਸ ਹੈ, ਨਾ ਤਾਂ ਬੱਚੇ ਆਪਸ 'ਚ ਗੱਲ ਕਰ ਰਹੇ ਹਨ ਔਰ ਨਾ ਹੀ ਬੱਚੇ ਇਹਨਾਂ ਨੂੰ ਸਵਾਲ ਕਰ ਰਹੇ ਹਨ। ਸੋ ਇਹ ਪੈਸਿਵ ਹਨ, ਪੈਸਿਵ ਜਿੱਥੇ ਲਰਨਰ ਹਨ ਉਹ ਅੱਛੀ ਕਲਾਸਰੂਮ ਟੀਚਿੰਗ ਨਹੀਂ ਹੁੰਦੀ। ਦੇਅਰ ਇਜ਼ ਵਾਇਸ ਆਫ ਸਟੂਡੈਂਟਸ ਵੈਨ ਦੇਅਰ ਇਜ਼ ਸਮ ਡਿਸਕਸ਼ਨ ਇਨ ਕਲਾਸਰੂਮ। ਹੁਣ ਸਭ ਤੋਂ ਅੱਛਾ ਜਿਹੜਾ ਨੁਕਤਾ ਹੈ ਟੀਚਿੰਗ ਪੋਟੈਂਸ਼ੀਅਲ ਵਿੱਚ, ਕਿ ਅਲਾਓ ਕਰਦਾ ਹੈ, ਇਹ ਖੁਦ ਵੀ ਬੋਲਦੇ ਹਨ, ਇਹਨਾਂ ਨੂੰ ਬੋਲਣ ਲਈ ਵੀ ਅਲਾਓ ਕਰਦਾ ਹੈ ਜਦੋਂ ਡਿਸਕਸ਼ਨ ਅਲਾਓ ਕੀਤੀ ਜਾਂਦੀ ਹੈ। ਡਿਸਕਸ਼ਨ ਦੇ ਵਿੱਚ ਇਹ ਬੱਚਾ ਇਹਦੇ ਨਾਲ ਵੀ ਬੋਲੇਗਾ, ਇਹ ਇਹਦੇ ਨਾਲ ਵੀ ਬੋਲੇਗਾ, ਇਹ ਇਹਦੇ ਨਾਲ ਵੀ ਬੋਲੇਗਾ, ਇਹ ਇਹਦੇ ਨਾਲ ਵੀ ਬੋਲੇਗਾ, ਟੀਚਰ ਨੂੰ ਵੀ ਪੁੱਛਿਆ ਜਾਏਗਾ, ਟੀਚਰ ਵੀ। ਸੋ ਡਿਸਕਸ਼ਨ ਵਿੱਚ ਵਿਚਾਰ ਦਿੱਤੇ ਜਾਂਦੇ ਨੇ, ਸਾਰੇ ਸਾਂਝੇ ਕੀਤੇ ਜਾਂਦੇ ਨੇ। ਡਿਸਕਸ਼ਨ ਸ਼ਬਦ ਨੂੰ ਨਹੀਂ ਛੱਡਣਾ, ਇਹ ਬੈਸਟ ਆਨਸਰ ਦੇ ਵਿੱਚੋਂ ਹੈ, ਕਿਉਂਕਿ ਇਹ ਸੋਸ਼ਲ ਕੰਸਟਰਕਟਿਵਿਜ਼ਮ ਜਿਹੜਾ ਅੱਗੇ ਤੁਸੀਂ ਜਾ ਕੇ ਪੜ੍ਹਨਾ ਵੈਗੋਸਕੀ ਦਾ ਕੋਪਰੇਟਿਵ ਲਰਨਿੰਗ ਦਾ, ਉਹਦਾ ਬੇਸ ਹੈ। ਸੋ ਬੈਸਟ ਆਨਸਰ ਇੱਥੇ ਅਸੀਂ ਇਹਨੂੰ ਇਸ ਸ਼ਬਦ ਦੇ ਬੇਸ 'ਤੇ ਕੱਢ ਰਹੇ ਹਾਂ, ਡਿਸਕਸ਼ਨ ਔਰ ਵੋਇਸ। ਔਰ ਇਹ ਵੋਇਸ ਜਿਹੜੀ ਹੈ ਇਹ ਨੋਇਸ ਨਹੀਂ ਹੈ, ਨੋਇਸ ਨੈਗੇਟਿਵ ਹੈ, ਹਾਂ ਓਕੇ। ਵੋਇਸ ਜਿਹੜੀ ਹੈ ਪੋਜ਼ਿਟਿਵ ਹੈ,
ਦੂਸਰੀ ਗੱਲ, ਵੋਇਸ ਜਾਂ ਨੋਇਸ ਕੁਛ ਵੀ ਹੈ, ਜੇ ਉਹ ਮੀਨਿੰਗਫੁਲ ਹੈ, ਲਰਨਿੰਗ ਲਈ ਹੈ, ਸ਼ੇਅਰਿੰਗ ਅੱਛੀ ਹੋ ਰਹੀ ਹੈ, ਓਬਜੈਕਟਿਵ ਬੇਸਡ ਹੋ ਰਹੀ ਹੈ ਕਿ ਕੀ ਅਸੀਂ ਲਰਨ ਕਰਨਾ ਹੈ, ਉਸ ਨਾਲ ਸੰਬੰਧਿਤ ਬੱਚੇ ਕਰ ਰਹੇ ਨੇ, ਤਾਂ ਅੱਛੀ ਗੱਲ ਹੈ। ਦੈਟ ਇਜ਼ ਵਾਈ ਰਾਈਟ ਆਂਸਰ ਸੀ ਨੂੰ ਇੱਥੇ ਲਾ ਰਹੇ ਹਾਂ। ਦੇਅਰ ਇਜ਼ ਅ ਵੋਇਸ ਆਫ ਸਟੂਡੈਂਟ ਵੈਨ ਟੀਚਰ ਆਸਕਸ ਦੈਮ ਟੂ ਆਂਸਰ ਦਾ ਕੁਸ਼ਚਨ। ਸੋ ਇਹ ਉਹ ਉਤਲੀਆਂ ਗੱਲਾਂ ਆ ਗਈਆਂ। ਡਿਸਕਸ਼ਨ ਵਿੱਚ ਸਾਰੇ ਬੋਲਦੇ ਨੇ, ਇੱਥੇ ਇਕੱਲਾ ਬੰਦਾ ਬੋਲ ਰਿਹਾ ਹੈ, ਸਾਰੇ ਜਿੱਥੇ ਇੱਕ ਦੂਜੇ ਨਾਲ ਮੀਨਿੰਗਫੁਲੀ ਬੋਲ ਰਹੇ ਨੇ, ਉਹ ਆਪਸ਼ਨ ਨੂੰ ਚੂਜ਼ ਕਰਨਾ ਹੈ ਤੁਸੀਂ ਐਸ ਏ ਰਾਈਟ ਆਂਸਰ। ਫੋਰ ਟੀਚਰ ਵਿਚ ਆਫ ਦ ਫੋਲੋਇੰਗ ਮੈਥਡ ਵੁੱਡ ਬੀ ਕਰੈਕਟ ਔਰ ਰਾਈਟਿੰਗ ਅ ਬਲੈਕ ਬੋਰਡ, ਆਏਗਾ ਇੱਦਾਂ ਦੇ ਕੁਸ਼ਚਨ। ਰਾਈਟਿੰਗ ਬਲੈਕ ਬੋਰਡ, ਡਿਵੈਲਪਿੰਗ ਦ ਬਲੈਕ ਬੋਰਡ ਸਮਰੀ, ਕਿ ਸਾਰਾ ਬਲੈਕ ਬੋਰਡ ਹੈ, ਮੈਂ ਸਮਰੀ ਉੱਤੇ ਲਿਖ ਦੇਵਾਂ ਜੋ ਕਨਸੈਪਟ ਜਾਂ ਟੀਚ ਕਰ ਰਿਹਾ ਹਾਂ। ਦੈਨ ਆਸਕਿੰਗ ਦ ਸਟੂਡੈਂਟ ਟੂ ਰੀਡ ਇਟ, ਇਹ ਤਾਂ ਠੀਕ ਸੀ ਕਿ ਸਟੂਡੈਂਟ ਬਲੈਕ ਬੋਰਡ ਨੂੰ ਥੋੜ੍ਹੀ ਸਮਰੀ ਲਈ ਯੂਜ਼ ਕੀਤਾ ਜਾਂਦਾ ਹੈ। ਸਮਰੀ ਵੀ ਸੈਂਟੈਂਸ ਰੂਪ ਵਿੱਚ ਹੈ, ਇੱਥੇ ਪੁਆਇੰਟ ਬੇਸਿਕਲੀ ਜ਼ਿਆਦਾ ਲਿਖੇ ਜਾਂਦੇ ਨੇ, ਪਰ ਰੀਡ ਕਰਨਾ ਇਹ ਜ਼ਿਆਦਾ ਅੱਛੀ ਆਪਸ਼ਨ ਨਹੀਂ ਹੈ, ਹੈ ਨਾ। ਆਸਕਿੰਗ ਦਾ ਕੁਸ਼ਚਨ ਟੂ ਸਟੂਡੈਂਟ ਐਂਡ ਦੈਨ ਰਾਈਟਿੰਗ, ਮੈਂ ਤੁਹਾਨੂੰ ਕੁਸ਼ਚਨ ਪੁੱਛਿਆ, ਕੁਸ਼ਚਨ ਪੁੱਛ ਕੇ ਕਿਹਾ ਇਹਨੂੰ ਇੱਥੇ ਲਿਖੋ, ਇਹ ਬਹੁਤ ਛੋਟੇ ਪੱਧਰ 'ਤੇ ਕੁਛ ਸਿਖਾਉਣਾ ਹੈ, ਛੋਟੀਆਂ ਕਲਾਸਾਂ ਨੂੰ, ਪਹਿਲੀ ਦੂਜੀ ਨੂੰ ਕੁਛ ਲਿਖਣ ਲਈ ਕੋਈ ਐਕਟੀਵਿਟੀ ਕਰਨੀ, ਉੱਥੇ ਤੱਕ ਠੀਕ ਹੋ ਸਕਦਾ। ਨੋਰਮਲ ਯੂਜ਼ ਵਿੱਚ ਇਹ ਪੂਅਰ ਹੈ, ਇਸ ਨੂੰ ਵੀ ਡਾਊਨ, ਇਹ ਵੀ ਡਾਊਨ ਵਾਲਾ ਹੈ, ਇਹ ਵੀ ਡਾਊਨ ਵਾਲਾ ਹੈ, ਬੇਸ਼ੱਕ ਅੱਛੇ ਆਪਸ਼ਨ ਹੈ। ਅੱਛੇ ਦਾ ਮਤਲਬ ਹੈ ਕਿ ਹਾਂ ਇੱਦਾਂ ਵੀ ਕੀਤਾ ਜਾ ਸਕਦਾ ਹੈ, ਪਰ ਇਸ ਤੋਂ ਵਧੀਆ ਆਪਸ਼ਨ ਅਸੀਂ ਦੇਖਣ ਲੱਗੇ ਹਾਂ। ਰਾਈਟਿੰਗ ਦਾ ਇੰਪੋਰਟੈਂਟ ਪੁਆਇੰਟਸ, ਇਸ ਨੇ ਤੁਹਾਨੂੰ ਰਾਈਟ ਆਂਸਰ ਵੱਲ ਲੈ ਜਾਣਾ ਹੈ। ਅਬਾਊਟ ਦੀ ਕੰਸੈਪਟ, ਬਿਲਕੁਲ ਕੰਸੈਪਟ 'ਤੇ ਆ ਗਏ ਹਾਂ। ਟੂ ਬੀ ਟੋਟ ਐਂਡ ਕਲੀਅਰਲੀ, ਕਲੀਅਰਲੀ ਐਜ਼ ਪੋਸੀਬਲ, ਇੱਥੇ ਕਲੀਅਰਲੀ ਨਹੀਂ ਸੀਗਾ, ਸੋ ਇਹ ਰਾਈਟ ਇੱਥੇ ਲੱਗ ਗਿਆ ਹੈ, ਪਰ ਅਗਲਾ ਦੇਖ ਲਈਏ। ਰਾਈਟਿੰਗ ਦਾ ਫਾਸਟ, ਫਾਸਟ ਜ਼ਰੂਰੀ ਨਹੀਂ ਹੈ, ਕਲੈਰਿਟੀ ਜ਼ਰੂਰੀ ਹੈ, ਇੱਥੇ ਸਿਰਫ ਫਾਸਟ ਅਤੇ ਕਲੈਰਿਟੀ ਦੀ ਗੱਲ ਕੀਤੀ ਗਈ ਹੈ। ਇੱਥੇ ਇੰਪੋਰਟੈਂਟ ਪੁਆਇੰਟ ਹੈ, ਇਹ ਇੰਪੋਰਟੈਂਟ ਪੁਆਇੰਟ ਤੁਹਾਨੂੰ ਦੱਸ ਰਿਹਾ ਹੈ ਕਿ ਇੰਪੋਰਟੈਂਟ ਪੁਆਇੰਟ ਬੱਚਿਆਂ ਨੇ ਫਿਰ ਕਾਪੀ 'ਤੇ, ਫਿਰ ਦਿਮਾਗ ਪੱਕੀ ਕਾਪੀ 'ਤੇ ਲਿਖਣੇ ਹੁੰਦੇ ਹਨ। ਦੈਟ ਇਜ਼ ਵਾਈ ਇੰਪੋਰਟੈਂਟ ਪੁਆਇੰਟ ਦੇ ਬੇਸ 'ਤੇ ਅਸੀਂ ਇਸ ਨੂੰ ਰਾਈਟ ਆਂਸਰ ਚੁਣ ਲਿਆ ਹੈ। ਦ ਯੂਜ਼ ਆਫ ਟੀਚਿੰਗ ਲਰਨਿੰਗ ਮਟੀਰੀਅਲ ਬਾਏ ਟੀਚਰ ਇਨ ਏ ਕਲਾਸ ਇਜ਼ ਐਸੈਂਸ਼ੀਅਲ, ਕਲਾਸ ਵਿੱਚ ਅਧਿਆਪਕ ਦੁਆਰਾ, ਹੈ ਨਾ, ਅਧਿਆਪਨ ਸਿਖਲਾਈ ਸਮੱਗਰੀ ਦੀ ਵਰਤੋਂ ਕਿਸ ਲਈ ਜ਼ਰੂਰੀ ਹੈ। ਹੁਣ ਇੱਥੇ ਅਟੈਂਸ਼ਨ ਵੀ ਹੈ, ਆਊਟਕਮ ਵੀ ਹੈ, ਡਿਸਿਪਲਨ ਵੀ ਹੈ, ਅਟੈਂਡੈਂਸ ਵੀ ਹੈ, ਸਾਰਾ ਕੁਛ ਜ਼ਰੂਰੀ ਹੈ, ਲੇਕਿਨ ਬੈਸਟ ਕੀ ਹੈ? ਬੈਸਟ ਗੋਲ ਸਾਡਾ ਕੀ ਸੀ? ਜਿੰਨਾ ਗੋਲ ਅਚੀਵ ਹੋ ਰਿਹਾ ਹੈ, ਏਮ ਅਚੀਵ ਹੋ ਰਹੇ ਨੇ, ਓਬਜੈਕਟਿਵਸ ਅਚੀਵ ਹੋ ਰਹੇ ਨੇ, ਜਿੱਥੇ ਅਸੀਂ ਪਹੁੰਚਣਾ ਸੀ, ਅਸੀਂ ਸਟੂਡੈਂਟ ਨੂੰ ਅਟਰੈਕਟ ਕਰਨ, ਅਟੈਂਡੈਂਸ ਸ਼ੁਰੂਆਤੀ ਟਾਈਮ 'ਤੇ ਬਿਲਕੁਲ ਠੀਕ ਹੈ, ਅਟੈਂਸ਼ਨ ਚਾਹੀਦੀ ਹੈ, ਜਦੋਂ ਕੋਈ ਬੋਲ ਰਿਹਾ ਹੈ ਉਸਨੂੰ ਅਟੈਂਡ ਕੀਤਾ ਜਾਏਗਾ, ਕਿਉਂਕਿ ਕੋਗਨੇਟਿਵਿਜ਼ਮ ਕਹਿੰਦਾ ਹੈ ਜਿਸ ਨੂੰ ਅਟੈਂਡ ਕਰੋਗੇ ਉਹ ਹੀ ਸਮੱਗਰੀ ਮੈਮਰੀ ਵਿੱਚ, ਸ਼ਾਰਟ ਟਰਮ ਮੈਮਰੀ ਵਿੱਚ, ਸੋਰੀ ਲੌਂਗ ਟਰਮ ਮੈਮਰੀ ਵਿੱਚ ਜਾਂ ਸਬਕੌਂਸ਼ੀਅਸ ਮਾਇੰਡ ਵਿੱਚ ਜਾਏਗੀ। ਸੋ ਇਹ ਠੀਕ ਹੈ ਲੇਕਿਨ ਪੂਅਰ ਹੈ, ਇਸ ਨੂੰ ਛੋਟਾ ਟਿੱਕ ਦਿੱਤਾ ਅਸੀਂ, ਛੋਟਾ ਟਿੱਕ। ਮੇਨਟੇਨ ਡਿਸਿਪਲਨ ਬਿਲਕੁਲ ਜ਼ਰੂਰੀ ਹੈ, ਲੇਕਿਨ ਡਿਸਿਪਲਨ ਜੇ ਡਿਸਕਸ਼ਨ ਹੋ ਰਹੀ ਹੈ ਤਾਂ ਡਿਸਿਪਲਨ ਲੱਗੇਗਾ ਹਿੱਲਿਆ, ਪਰ ਹਿੱਲਿਆ ਨਹੀਂ ਹੁੰਦਾ। ਇੱਥੇ ਡਿਸਿਪਲਨ ਵੀ ਠੀਕ ਹੈ ਲੇਕਿਨ ਛੋਟਾ ਟਿੱਕ ਹੈ। ਇੱਥੇ ਲਰਨਿੰਗ ਅਤੇ ਆਊਟਕਮ ਦੋ ਵੱਡੇ ਸ਼ਬਦ ਆ ਗਏ, ਗੋਲ ਸਿੱਧਾ ਜਾ ਮਿਲਿਆ, ਦੈਟ ਇਜ਼ ਵਾਈ ਇਸ ਨੂੰ ਵੱਡਾ ਟਿੱਕ ਲਗਾ ਦਿੱਤਾ ਹੈ। ਇਨਸ਼ੋਰਿੰਗ ਸਟੂਡੈਂਟਸ ਅਟੈਂਡੈਂਸ, ਸਿਰਫ ਸਰੀਰ ਨੂੰ ਕਲਾਸ 'ਚ ਲੈ ਆਉਣਾ ਕਾਫੀ ਨਹੀਂ ਹੈ, ਦੈਟ ਇਜ਼ ਵਾਈ ਬੈਸਟ ਆਂਸਰ ਇਹ ਹੈ। ਵਿਦਿਆਰਥੀ ਸਿਖਲਾਈ ਦੇ ਨਤੀਜਿਆਂ ਵਿੱਚ ਵਾਧਾ ਕਰਨਾ, ਸਿਖਲਾਈ ਦੇ ਨਤੀਜੇ ਹੈ, ਇੱਥੇ ਪਾਸ ਪਰਸੈਂਟੇਜ ਨਹੀਂ ਹੈ, ਮਾਰਕਸ ਨਹੀਂ ਹੈ, ਮਾਰਕਸ ਨਹੀਂ ਹੈ, ਕੁਆਂਟੀਟੇਟਿਵ ਨਹੀਂ ਹੈ ਕਿ 70% ਮਾਰਕਸ ਆ ਗਏ ਹਨ, ਇਹ ਚੀਜ਼ਾਂ ਪੂਅਰ ਨੇ, ਰਿਜੈਕਟ ਨੇ, ਥੱਲੇ ਵਾਲੀਆਂ ਨੇ। ਹਾਂ ਜੇ ਕੋਈ ਬਹੁਤ ਜ਼ਿਆਦਾ ਪੂਅਰ ਆਪਸ਼ਨ ਹੈ, ਨੈਗੇਟਿਵ ਹੈ, ਪਨਿਸ਼ਮੈਂਟ ਹੈ, ਫਿਰ ਇਹ ਵੀ ਕਿਤੇ ਬੈਟਰ ਹੋ ਸਕਦਾ ਹੈ, ਅਸੀਂ ਕੰਪੇਅਰ ਕਰਨਾ ਹੋਏਗਾ ਚਾਰਾਂ ਦੇ ਨਾਲ। ਸੋ
ਅੱਗੇ ਚੱਲਦੇ ਹਾਂ ਅਨੁਸ਼ਾਸਨ ਤੋਂ ਅੱਗੇ। ਵਿੱਚ ਆਫ ਦੀ ਫੋਲੋਇੰਗ ਸਕਿੱਲਸ 1 ਤੋਂ 4 ਤੱਕ ਦਿੱਤੀਆਂ ਹੋਈਆਂ ਹਨ ਆਰ ਨੀਡਡ ਫੋਰ ਅ ਟੀਚਰ ਟੂ ਐਡਜਸਟ ਇਫੈਕਟਿਵਲੀ ਵਿਦ ਦੀ ਕਲਾਸਰੂਮ ਟੀਚਿੰਗ। ਅਧਿਆਪਕ ਨੂੰ ਕਲਾਸਰੂਮ ਅਧਿਆਪਕ ਦੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਅਨੁਕੂਲਨ ਬਣਾਉਣ ਲਈ ਹੇਠ ਲਿਖਿਆਂ ਵਿੱਚ ਕਿਹੜੇ ਹੁਨਰਾਂ ਦੀ ਕਰਨੀ ਚਾਹੀਦੀ ਹੈ? ਯੂਜ਼ ਆਫ ਟੈਕਨੋਲੋਜੀ ਇਨ ਟੀਚਿੰਗ ਲਰਨਿੰਗ, ਦੇਖੋ ਕਰਨੀ ਤਾਂ ਹੈ, ਪਹਿਲਾਂ ਸਾਰੀਆਂ ਪੜ੍ਹ ਲਈਏ। ਕੰਟੈਂਟ ਮਾਸਟਰੀ ਬਿਲਕੁਲ ਚਾਹੀਦੀ ਹੈ, ਕੰਟੈਂਟ ਮਾਸਟਰੀ ਬਿਲਕੁਲ ਚਾਹੀਦੀ ਹੈ, ਇੱਥੇ ਰੱਖ ਲਈਏ, ਇਹਨੂੰ ਉੱਪਰ ਵੀ ਜਾਣਾ ਹੈ। ਸਮੱਗਰੀ ਦੀ ਮੁਹਾਰਤ ਚਾਹੀਦੀ ਹੈ, ਨੌਲੇਜ ਆਫ ਦੀ ਸਟੂਡੈਂਟਸ ਨੀਡ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਬੈਸਟ ਹੈ ਤੁਸੀਂ ਚੂਜ਼ ਕਰਨਾ ਹੈ। ਇਹ ਦੋ ਸਾਫ਼ ਬਣ ਰਹੇ ਨੇ, ਪਹਿਲਾਂ ਇਹ ਦੇਖਣਾ ਹੈ ਕਿ ਇਹ ਨਹੀਂ, ਤੀਸਰਾ ਵੀ ਹੈ, ਇਨਫੋਰਮੇਸ਼ਨ ਆਫ ਟੈਕਨੋਲੋਜੀ। ਸਿਰਫ ਟੈਕਨੋਲੋਜੀ ਦੀ ਇਨਫੋਰਮੇਸ਼ਨ ਹੋਣਾ ਕਾਫੀ ਨਹੀਂ ਹੈ, ਇਹ ਵੀਕ ਬਣ ਰਿਹਾ ਹੈ। ਧਿਆਨ ਨਾਲ ਦੇਖੀਏ ਕਿ ਇਹ ਕੰਟੈਂਟ ਮਾਸਟਰੀ ਜੋ ਤੁਸੀਂ ਕੰਸੈਪਟ ਪੜ੍ਹਾਉਣਾ, ਫੰਡਾਮੈਂਟਲ ਰਾਈਟ ਪੜ੍ਹਾਉਣੇ ਤੁਹਾਨੂੰ ਆਉਂਦੇ ਹੋਣੇ ਚਾਹੀਦੇ ਆ, ਡਿਮਾਂਡ ਐਂਡ ਸਪਲਾਈ ਤੁਹਾਨੂੰ ਆਉਂਦੀ ਹੋਣੀ ਚਾਹੀਦੀ ਹੈ, ਬਿਲਕੁਲ। ਯੂਜ਼ ਹੈ ਆਫ ਟੈਕਨੋਲੋਜੀ ਇਨ ਟੀਚਿੰਗ ਲਰਨਿੰਗ, ਬਿਲਕੁਲ। ਅੱਜ ਕੀ ਹੈ, ਮੈਂ ਪੈਨਲ ਯੂਜ਼ ਕਰ ਰਿਹਾ ਹਾਂ, ਟੈਕਨੋਲੋਜੀ ਹੈ, ਦੋਨੇ ਠੀਕ ਨੇ। ਨੌਲੇਜ ਆਫ ਸਟੂਡੈਂਟ ਨੀਡ ਬਹੁਤ ਜ਼ਿਆਦਾ ਜ਼ਰੂਰੀ ਲੈਸਨ ਪਲੈਨ ਲਈ। ਸੋ ਇਹ 3 ਮੇਨ ਬਣਦੇ ਨੇ, ਆ ਸ਼ੱਕ ਵਾਲਾ ਹੈ। ਸੋ ਇਹਨਾਂ 'ਚੋਂ ਜੇ ਤੁਹਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਲੱਗ ਰਿਹਾ ਕਿ ਇਹ ਤੋਂ ਬਿਨਾਂ ਨਹੀਂ ਹੋ ਸਕਦੀ, ਮੈਂ ਇਹਨੂੰ ਲੈ ਕੇ ਚੱਲਣਾ ਸੀ ਕਿ ਚੌਥਾ ਜਿਹਦੇ ਵਿੱਚ ਹੈ ਉਹ ਜ਼ਰੂਰ ਲਵਾਂਗਾ, ਚੌਥਾ ਇਹਦੇ ਵਿੱਚ ਬਿਲਕੁਲ ਨਹੀਂ ਹੈ, ਇਸ ਲਈ ਮੈਂ ਪਹਿਲਾਂ ਇਹਨੂੰ ਡਿਲੀਟ ਕਰ ਦਾਂਗਾ। ਦੂਸਰਾ ਮੈਨੂੰ ਹੈ ਕਿ ਯੂਜ਼ ਆਫ ਐਜੂਕੇਸ਼ਨਲ, ਪਹਿਲਾ ਅਤੇ ਚੌਥਾ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਲੱਗ ਰਹੇ ਆ, ਦੂਜਾ ਵੀ ਲੱਗ ਰਿਹਾ। ਪਹਿਲਾ ਔਰ ਦੂਜਾ ਔਰ ਚੌਥਾ, ਪਹਿਲਾ ਦੂਜਾ ਚੌਥਾ, ਪਹਿਲਾ ਇੱਥੇ ਨਹੀਂ ਹੈ, ਪਹਿਲਾ ਇੱਥੇ ਨਹੀਂ ਹੈ, ਪਹਿਲਾ ਦੂਜਾ ਚੌਥਾ, ਡੀ ਨੂੰ ਮੈਂ ਰਾਈਟ ਆਂਸਰ ਇੱਥੇ ਚੁਣ ਲਵਾਂਗਾ। 41ਵਾਂ ਕੁਸ਼ਚਨ ਹੈ, 41st ਕੁਸ਼ਚਨ, ਐਟ ਸਕੂਲ ਲੈਵਲ ਗੇਮਸ ਐਂਡ ਸਪੋਰਟਸ ਹੈਲਪ ਦਾ ਸਟੂਡੈਂਟਸ, ਪੰਜਾਬੀ ਵਿੱਚ ਹੈ, ਸਕੂਲ ਪੱਧਰ 'ਤੇ ਕ੍ਰੀੜਾ ਅਤੇ ਖੇਡ ਵਿਦਿਆਰਥੀਆਂ ਦੀ ਕੀ ਮਦਦ ਕਰਦੀਆਂ ਹਨ? ਇੱਕ ਦੂਜੇ ਨਾਲ ਮੁਕਾਬਲੇਬਾਜ਼ ਬਣਨਾ ਹੈ। ਹਮੇਸ਼ਾ ਦੱਸ ਦੇਵਾਂ ਕਿ ਜਿੱਥੇ ਮੁਕਾਬਲਾ ਸ਼ਬਦ ਆਏਗਾ, ਕੰਪੀਟੀਸ਼ਨ ਆਏਗਾ, ਉਹ ਵੀਕ ਆਪਸ਼ਨ ਹੈ, ਗਲਤ ਆਪਸ਼ਨ, ਜ਼ਿਆਦਾ ਹੋਣ ਦੀ ਸੰਭਾਵਨਾ ਉੱਥੇ ਜ਼ਿਆਦਾ ਹੈ। ਸੋ ਇਸ ਨੂੰ ਬੀ ਕੰਪੀਟੀਟਿਵ ਵਿਦ ਈਚ ਅਦਰ, ਕੰਪੀਟੀਟਿਵ ਦੇ ਬੇਸ 'ਤੇ ਇਸ ਨੂੰ ਨੈਗੇਟਿਵ ਸਮਝ ਕੇ ਅਸੀਂ ਇਸ ਨੂੰ ਡਿਲੀਟ ਕਰ ਰਹੇ ਹਾਂ ਹਜੇ ਤੱਕ। ਐਨਸ਼ੋਰ ਵਿਕਟਰੀ ਐਟ ਦੀ ਕੋਸਟ, ਐਨੀ ਕੋਸਟ, ਦੇਖੋ ਕਿਸੇ ਵੀ ਕੀਮਤ ਵਿੱਚ ਯਕੀਨੀ ਬਣਾਉਣਾ ਜਿੱਤ ਨੂੰ, ਨਹੀਂ ਕਿਸੇ ਵੀ ਕੀਮਤ 'ਤੇ ਨਹੀਂ ਹੈ, ਅਸੀਂ ਦੂਸਰਿਆਂ ਦਾ ਧਿਆਨ ਰੱਖਦੇ ਹੋਏ ਦੇਖਣਾ ਹੈ, ਔਰ ਵਿਕਟਰੀ ਨਾਲੋਂ ਇੰਪੋਰਟੈਂਟ ਪ੍ਰੋਸੈਸ ਹੈ, ਸਫ਼ਰ ਕਿੱਦਾਂ ਦਾ ਵਧੀਆ ਕਰ ਰਹੇ ਹਾਂ ਤੁਸੀਂ। ਸੋ ਇਹ ਵੀਕ ਆਪਸ਼ਨ ਹੈ, ਡਾਊਨ ਰੱਖੀ ਹੈ, ਇੱਥੇ ਰਿਜੈਕਟ ਕਰ ਰਹੇ ਹਾਂ। ਲਰਨਟ ਦ ਸਪਿਰਿਟ ਆਫ ਕੋਪਰੇਸ਼ਨ ਐਂਡ ਫੇਅਰਨੈਸ, ਦੋ ਸ਼ਬਦ, ਕੋਪਰੇਸ਼ਨ ਐਂਡ ਫੇਅਰਨੈਸ ਪੰਜਾਬੀ ਵਿੱਚ ਹੈ, ਸਹਿਯੋਗ ਅਤੇ ਨਿਰਪੱਖਤਾ, ਇਹ ਦੋ ਸ਼ਬਦਾਂ ਨੇ, ਇਹਨਾਂ ਦੋਨਾਂ ਤੋਂ ਕਿਤੇ ਉੱਤੇ ਇਸ ਦਾ ਵੱਡਾ ਵੱਡਾ ਟਿੱਕ ਲਗਵਾ ਦਿੱਤਾ, ਇੱਥੇ ਵੱਡਾ ਟਿੱਕ ਲਗਵਾ ਦਿੱਤਾ, ਲੌਂਗ ਟੇਲ ਵੀ ਹੈ। ਲਰਨ ਦਾ ਬੇਸਿਕ ਰੂਲ ਆਫ ਗੇਮ ਐਂਡ ਸਪੋਰਟਸ, ਇਹ ਚੰਗੀ ਗੱਲ ਹੈ, ਲੇਕਿਨ ਅਲਟੀਮੇਟ ਗੋਲ ਜਿਹੜਾ ਹੈ ਬਾਅਦ ਵਾਲਾ, ਉਹ ਸਹਿਭਾਗਿਤਾ, ਕੋਪਰੇਸ਼ਨ ਅਤੇ ਨਿਰਪੱਖਤਾ ਹੈ। ਰਾਈਟ ਆਂਸਰ ਸੀ ਨੂੰ ਲਾ ਰਹੇ ਹਾਂ ਇੱਥੇ। ਅੱਗੇ ਚੱਲਦੇ ਹਾਂ, ਸਿਲੈਕਟ ਦਾ ਕਰੈਕਟ ਆਪਸ਼ਨ, ਮਲਟੀਪਲ ਚੋਇਸ ਟਾਈਪ ਆਫ ਕੁਸ਼ਚਨ ਆਰ, ਜਿਹੜੇ ਐਮ ਸੀ ਕਿਊ ਕੁਸ਼ਚਨ ਅਸੀਂ ਕਰਦੇ ਹਾਂ, ਲੈੱਸ ਓਬਜੈਕਟਿਵ ਦੈਨ ਐਸੇ ਟਾਈਪ, ਇਹ ਗੱਲ ਜਾਣ ਲੈਣੀ ਚਾਹੀਦੀ ਹੈ। ਵਰਲਡ ਵਿੱਚ ਅੱਜ ਤੱਕ ਕੋਈ ਵੀ ਟੈਸਟ ਲਿਆ ਜਾਂਦਾ ਹੈ ਉਹ ਐਮ ਸੀ ਕਿਊਜ਼ ਦੇ ਜ਼ਰੀਏ ਹੀ ਹੁੰਦਾ ਹੈ, ਬੇਸ਼ੱਕ ਉਹ ਕੰਪੀਟੀਟਿਵ ਹੋਵੇ, ਜੋਬ ਸਿਲੈਕਸ਼ਨ ਹੋਵੇ, ਜਾਂ ਕੋਈ ਐਂਟਰੈਂਸ ਟੈਸਟ ਕਿਸੇ ਹੋਰ ਤਰ੍ਹਾਂ ਦਾ ਹੋਵੇ, ਇਹ ਅਚੀਵਮੈਂਟ ਟੈਸਟ ਹੋਵੇ,
ਜਿਹੜਾ ਬਾਅਦ ਵਿੱਚ ਲਿਆ ਡਰਾਈਵਿੰਗ ਵਿੱਚ, ਤੁਸੀਂ ਦੇਖੋ ਕਿਸੇ ਵੀ ਫੀਲਡ ਵਿੱਚ MCQ ਯੂਜ਼ ਕੀਤੇ ਜਾਂਦੇ ਨੇ। ਕਾਰਨ ਕੀ ਹੈ ਕਿ ਉਹ ਸਭ ਤੋਂ ਜ਼ਿਆਦਾ ਓਬਜੈਕਟਿਵ ਹੁੰਦੇ ਨੇ, ਇਸ ਲਈ MCQ ਕੁਐਸਚਨ ਜਿੱਥੇ ਆਉਂਦੇ ਆ ਉੱਥੇ ਮੋਰ ਓਬਜੈਕਟਿਵ ਵਾਲਾ ਰਾਈਟ ਆਂਸਰ ਹੋਏਗਾ। ਇੱਥੇ ਲੈਸ ਸਬਜੈਕਟਿਵ ਹੈ, ਮੈਂ ਸਿਰਫ ਇੰਨਾ ਦੇਖਿਆ ਮੋਰ ਓਬਜੈਕਟਿਵ ਹੈ, ਮੈਨੂੰ ਇਹ ਰਾਈਟ ਆਂਸਰ ਮਿਲਿਆ ਹੈ। ਮੋਰ ਸਬਜੈਕਟਿਵ, ਮੋਰ ਸਬਜੈਕਟਿਵ, ਇਹ ਸਬਜੈਕਟਿਵ ਹੈ ਹੀ ਨਹੀਂ ਹੈ, ਹੈ ਨਾ। ਬੇਸ਼ੱਕ ਉਹਦੀ ਤੁਲਨਾ ਟਰੂ ਫਾਲਸ ਨਾਲ ਕੀਤੀ ਹੈ। ਇਸਕੋ ਦੇਖਨੇ ਕੇ ਲੀਏ ਆਪ MCQ ਕੁਐਸਚਨ ਕੋ ਕੰਪੇਅਰ ਕੀਜੀਏ ਟਰੂ ਔਰ ਫਾਲਸ ਸੇ। MCQ ਕੁਐਸਚਨ ਮੇਂ ਕਿਤਨੀ ਆਪਸ਼ਨਸ ਹੈ, 1, 2, 3, 4, ਔਰ ਟਰੂ ਔਰ ਫਾਲਸ ਮੇਂ ਕਿਆ ਹੈ, ਟਰੂ ਐਂਡ ਫਾਲਸ। ਅਬ ਜਬ ਇਹ ਕਿਸੀ ਨੇ ਗੈਸ ਵਰਕ ਲਗਾਉਣਾ ਹੈ ਤੋ ਟਰੂ ਕੋ ਮਾਨ ਲੀਜੀਏ ਚੂਜ਼ ਕਰ ਲਿਆ, ਤੋ ਇਧਰ ਇਸ ਆਪਸ਼ਨ ਕੋ ਚੂਜ਼ ਕਰ ਲਿਓ, ਤੋ ਯਹਾਂ ਪ੍ਰੋਬੇਬਿਲਿਟੀ ਕਿਤਨੀ ਹੈ, 50% ਹੈ ਪ੍ਰੋਬੇਬਿਲਿਟੀ ਕਿ ਗੈਸ ਤੁੱਕਾ ਲੱਗ ਸਕਦਾ ਹੈ, ਨੌਲੇਜ ਨਹੀਂ ਹੈ, ਰਾਈਟ ਨੌਲੇਜ ਪਰ ਪਹੁੰਚ ਗਏ। ਲੇਕਿਨ ਯਹਾਂ ਪ੍ਰੋਬੇਬਿਲਿਟੀ ਕਿਤਨੀ ਹੈ, 4 ਆਂਸਰ ਹੈ, ਦੈਟ ਇਜ਼ ਵਾਈ ਯਹਾਂ ਪ੍ਰੋਬੇਬਿਲਿਟੀ 1/4 ਹੋਈ, 25%, ਤੋ ਯਹਾਂ ਪਰ 1/2 ਆਧੀ ਹੋਈ, 50%, ਯਹਾਂ ਜ਼ਿਆਦਾ ਚਾਂਸ ਫੈਕਟਰ ਹੈ, ਦੈਟ ਇਜ਼ ਵਾਈ ਯੇ ਜ਼ਿਆਦਾ ਓਬਜੈਕਟਿਵ ਹੁਆ। ਕੌਨ ਸਾ, MCQ। ਇਸ ਤਰ੍ਹਾਂ ਸੇ ਕੁਐਸਚਨ ਡਿਵੈਲਪ ਕੀਆ ਗਿਆ ਹੈ। ਨੈਕਸਟ ਹੈ, ਇਨ ਕਲਾਸਰੂਮ ਦਾ ਇਫੈਕਟਿਵਨੈਸ ਆਫ ਟੀਚਿੰਗ ਇਜ਼ ਜਜਡ ਇਨ ਟਰਮ ਆਫ ਲਰਨਿੰਗ ਆਊਟਕਮ, ਯੂਜ਼ ਆਫ ਟੀਚਿੰਗ ਏਡਸ, ਸਟੂਡੈਂਟਸ ਇੰਟਰਸਟ, ਕੋਰਸ ਕਵਰੇਜ। ਇੱਕ ਕਲਾਸਰੂਮ ਵਿੱਚ ਅਧਿਆਪਨ ਦੀ ਪ੍ਰਭਾਵਸ਼ਾਲਤਾ ਦਾ ਨਿਰਣਾ ਕਿਸ ਅਨੁਸਾਰ ਕੀਤਾ ਜਾਂਦਾ ਹੈ, ਥੋੜ੍ਹਾ ਬਲੈਕ ਹੈ। ਸਿੱਖਣ ਦੇ ਨਤੀਜੇ, ਅਧਿਆਪਨ ਸਾਧਨ ਦੀ ਵਰਤੋਂ, ਕੋਰਸ ਦੀ ਸੰਪੂਰਨਤਾ ਅਤੇ ਵਿਦਿਆਰਥੀ ਦੀ ਦਿਲਚਸਪੀ। ਦੇਖੋ ਇਹ ਸਾਰੇ ਠੀਕ ਹਨ, ਲੇਕਿਨ ਬੈਸਟ ਕੀ ਹੈ, ਕੋਰਸ ਇਹ ਤੋਂ ਵੀਕ ਕਿਹੜਾ ਹੈ ਕਿ ਕੋਰਸ ਨੂੰ ਕਵਰ ਕਰਨਾ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੈ, ਜ਼ਰੂਰੀ ਹੈ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੈ। ਹਾਂ, ਇੰਟਰਸਟਿੰਗ ਬਣਾਉਣ ਲਈ, ਈਜ਼ੀ ਬਣਾਉਣ ਲਈ ਆਡੀਓ ਵਿਜ਼ੂਅਲ ਏਡ ਦਾ ਯੂਜ਼ ਕੀਤਾ ਜਾਂਦਾ ਹੈ, ਬਿਲਕੁਲ ਕੀਤਾ ਜਾਣਾ ਚਾਹੀਦਾ ਹੈ, ਪਰ ਬਣਨਾ ਕੀ ਚਾਹੀਦਾ ਹੈ, ਇੰਟਰਸਟ। ਸੋ ਸਭ ਤੋਂ ਚੌਥੇ ਰੈਂਕ 'ਤੇ ਇਹ ਆ ਰਿਹਾ ਹੈ, ਤੀਜੇ ਰੈਂਕ 'ਤੇ ਇਹ ਆ ਰਿਹਾ ਹੈ, ਦੂਜੇ 'ਤੇ ਇਹ ਆ ਰਿਹਾ ਹੈ। ਲੇਕਿਨ ਇਹ ਸਾਰਾ ਕੁਛ ਕਿਉਂ ਕਰਨਾ ਹੈ, ਤਾਂ ਜੋ ਮੈਕਸੀਮਮ ਲਰਨਿੰਗ ਹੋ ਸਕੇ, ਲਰਨਿੰਗ ਆਊਟਕਮ ਉਸਨੂੰ ਕਹਿੰਦੇ ਆ, ਲਰਨਿੰਗ ਦੇ ਨਤੀਜੇ। ਇਸ ਲਈ ਫਸਟ ਰੈਂਕ ਇਹ ਆ ਰਿਹਾ ਹੈ, ਰਾਈਟ ਆਂਸਰ ਇਹ ਹੈ। ਦੇਖਣਾ ਇੱਥੇ ਮੈਂ ਫਿਰ ਦੱਸ ਰਿਹਾ ਹਾਂ, ਪਾਸ ਪਰਸੈਂਟੇਜ ਨਹੀਂ ਹੈ, ਪਰਸੈਂਟੇਜ ਨਹੀਂ ਹੈ, ਇਸ ਲਈ ਇਹ ਜੇ ਹੁੰਦਾ ਇਹ ਗਲਤ ਸੀ। ਸੋ ਰਾਈਟ ਆਂਸਰ ਲਰਨਿੰਗ ਆਊਟਕਮ ਹੈ ਇੱਥੇ। ਨੈਕਸਟ ਚੱਲਦੇ ਹਾਂ, 44ਵਾਂ ਕੁਐਸਚਨ ਹੈ, ਥੋੜ੍ਹੀ ਬਲਰ ਹੈ। ਇਨ ਏ ਕਲਾਸਰੂਮ ਮੋਸਟ ਆਫ ਦੀ ਸਟੂਡੈਂਟਸ ਫਰੋਮ ਡਾਇਵਰਸ ਬੈਕਗਰਾਊਂਡ ਐਂਡ ਇਫੈਕਟਿਵ ਟੀਚਰ ਵੁੱਡ। ਇੱਕ ਕਲਾਸਰੂਮ ਹੈ, ਜ਼ਿਆਦਾਤਰ ਵਿਦਿਆਰਥੀ ਵਿਭਿੰਨ ਪਿਛੋਕੜਾਂ ਵਾਲੇ ਹੁੰਦੇ ਹਨ ਜਾਂ ਹਨ, ਅਤੇ ਟੀਚਰ ਨੂੰ ਕੀ ਕਰਨਾ ਚਾਹੀਦਾ ਹਨ, ਵਿਭਿੰਨ ਪਿਛੋਕੜ ਵਾਲੇ ਹੈ ਕਿ ਕਈਆਂ ਦੀ ਭਾਸ਼ਾ ਵੱਖਰੀ ਹੈ, ਕਈ ਅਰਬਨ ਏਰੀਆ ਤੋਂ ਆਉਂਦੇ ਹਨ, ਰੂਰਲ ਏਰੀਆ ਤੋਂ ਆਉਂਦੇ ਹਨ, ਕਈਆਂ ਦੀ ਨੌਲੇਜ ਜ਼ਿਆਦਾ ਹੈ, ਕਈਆਂ ਦੀ ਘੱਟ ਹੈ, ਕਈਆਂ ਦੇ ਮੰਮੀ ਪਾਪਾ ਪੜ੍ਹੇ ਲਿਖੇ ਹਨ, ਕਈਆਂ ਦੇ ਘੱਟ ਪੜ੍ਹੇ ਲਿਖੇ ਹਨ, ਹੈ ਨਾ। ਸੋ ਉਹ ਲਰਨਿੰਗ ਡਿਫਰੈਂਟ ਲੈ ਕੇ ਆਏ ਆ, ਉਹਨਾਂ ਦਾ ਪਿਛੋਕੜ ਡਿਫਰੈਂਟ ਹੈ। ਇਹ ਟੀਚਰ ਕੀ ਕਰੇਗਾ, ਮੋਟੀਵੇਟ ਦਾ ਸਟੂਡੈਂਟ ਟੂ ਵਰਕ ਹਾਰਡ ਸੋ ਦੈਟ ਆਲ ਆਫ ਦੈਮ ਹੈਵ ਕੰਪੇਰੇਬਲ ਅਕੈਡਮਿਕ ਅਚੀਵਮੈਂਟ। ਸਾਰਿਆਂ ਨੂੰ ਮੋਟੀਵੇਟ, ਜੋ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ, ਤਾਂ ਜੋ ਤੁਲਨਾਤਮਕ ਅਕੈਡਮਿਕ ਪ੍ਰਾਪਤੀ ਹੋ ਸਕੇ। ਅੱਛਾ, ਮੋਟੀਵੇਟ ਕਰਨਾ ਬਿਲਕੁਲ ਠੀਕ ਹੈ, ਗਲਤ ਨਹੀਂ ਹੈ, ਮੋਟੀਵੇਟ ਇਹ ਠੀਕ ਹੈ, ਇੱਥੇ ਰੱਖ ਕੇ ਮੋਟੀਵੇਟ ਕੀਤਾ, ਇਹ ਗੱਲ ਠੀਕ ਹੈ। ਲੇਕਿਨ ਏਮ ਕੀ ਹੈ, ਗੋਲ ਕੀ ਹੈ, ਇੱਥੇ ਗੋਲ ਲਿਖਿਆ ਮੈਂ, ਗੋਲ, ਹੈ ਨਾ,
ਜਾਂ ਏਮ ਲਿਖਿਆ। ਏਮ ਕੀ ਹੈ? ਏਮ ਹੈ ਕੰਪੇਰੇਬਲ, ਇੱਕ ਦੀ ਤੁਲਨਾ ਬਾਕੀਆਂ ਨਾਲ ਕਰਨੀ ਹੈ ਕਿ ਉਹ ਬਰਾਬਰ ਹੋ ਜਾਣ, ਮਤਲਬ ਇੱਕ। ਇਸ ਲਈ ਜਿਹੜਾ ਤੁਲਨਾ ਕਰਦਾ ਹੈ ਉਹ ਵਾਲੀ ਚੀਜ਼ ਜਿਹੜੀ ਹੈ ਅੱਛੀ ਨਹੀਂ ਸਮਝੀ ਜਾਂਦੀ ਸੋਸ਼ਲ ਕੰਸਟਰਕਟਿਵਿਜ਼ਮ ਜਾਂ ਅੱਛੀ ਟੀਚਿੰਗ ਲਰਨਿੰਗ ਪ੍ਰੋਸੈਸ ਵਿੱਚ। ਕੋਪਰੇਸ਼ਨ ਅੱਛਾ ਸਮਝਿਆ ਜਾਂਦਾ ਹੈ, ਇਸ ਲਈ ਪਹਿਲੇ ਨੂੰ ਰੱਦ ਕਰ ਰਹੇ ਹਾਂ। ਮੋਟੀਵੇਸ਼ਨ ਗੁੱਡ ਹੈ। ਇਗਨੋਰ ਦਾ ਕਲਚਰਲ ਬੈਕਗਰਾਊਂਡ ਆਫ ਸਟੂਡੈਂਟ ਐਂਡ ਫੋਕਸ ਔਨ ਹੋਲ ਕਲਾਸ। ਕਦੇ ਵੀ ਤੁਸੀਂ ਉਹਦੀ ਬੈਕਗਰਾਊਂਡ ਨੂੰ ਇਗਨੋਰ ਨਹੀਂ ਕਰ ਸਕਦੇ ਔਰ ਕਿਸੇ ਵੀ ਆਸਪੈਕਟ ਨੂੰ ਇਗਨੋਰ ਨਹੀਂ ਕਰ ਸਕਦੇ। ਕਲਚਰਲ ਬੈਕਗਰਾਊਂਡ ਹੀ ਨਹੀਂ ਤਾਂ ਦੱਸਣੀ ਹੈ ਉਹ ਪਿਛਲੀ ਲਰਨਿੰਗ ਪੀ ਕੇ ਜਿਹੜੀ ਹੈ, ਪ੍ਰੀਵੀਅਸ ਲਰਨਿੰਗ ਕਿਹੜੀ ਹੈ, ਪ੍ਰੀਵੀਅਸ ਐਕਸਪੀਰੀਅੰਸ ਕਿਹੜੇ ਹੈ, ਤਾਂ ਜੋ ਨਿਊ ਲਰਨਿੰਗ ਨੂੰ ਤੁਸੀਂ ਇਹਦੇ ਨਾਲ ਪ੍ਰੀਵੀਅਸ ਲਰਨਿੰਗ ਨਾਲ ਜੋੜ ਸਕੋ। ਇਹ ਬੈਸਟ ਪ੍ਰਿੰਸੀਪਲ ਆਫ ਟੀਚਿੰਗ ਲਰਨਿੰਗ ਦਾ ਹੁੰਦਾ ਹੈ, ਪ੍ਰੀਵੀਅਸ ਨੌਲੇਜ, ਪ੍ਰੀਵੀਅਸ ਲਰਨਿੰਗ, ਪ੍ਰੀਵੀਅਸ ਐਕਸਪੀਰੀਅੰਸ ਨਾਲ ਨਿਊ ਲਰਨਿੰਗ ਨੂੰ ਜੋੜ ਦੇਣਾ। ਸੋ ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਇਹ ਵੀ ਗਲਤ ਤਾਂ ਹੋ ਗਿਆ। ਜੋ ਵਿਦਿਆਰਥੀਆਂ ਦੇ ਸੱਭਿਆਚਾਰਕ ਗਿਆਨ ਨੂੰ ਨਜ਼ਰ ਅੰਦਾਜ਼ ਕਰਕੇ ਪੂਰੀ ਕਲਾਸ 'ਤੇ ਧਿਆਨ ਦੇਣਾ, ਇਹ ਗਲਤ ਹੈ। ਪੂਰੀ ਕਲਾਸ 'ਤੇ ਧਿਆਨ ਦੇਣਾ ਠੀਕ ਹੈ, ਅਦਰਵਾਈਜ਼ ਨਜ਼ਰ ਅੰਦਾਜ਼ ਨਹੀਂ ਕਰਨਾ। ਫੋਕਸ ਔਨ ਕਲਚਰਲ ਬੈਕਗਰਾਊਂਡ ਆਫ ਅ ਸਟੂਡੈਂਟ ਟੂ ਐਡਰੈਸ ਦੀਅਰ ਇੰਡੀਵਿਜੁਅਲ ਡਿਫਰੈਂਸਿਸ। ਦੇਖੋ ਇਹ ਬੈਸਟ ਬਣ ਗਿਆ, ਇੱਥੇ ਇਗਨੋਰ ਸੀ, ਇੱਥੇ ਫੋਕਸ ਹੋ ਗਿਆ, ਇਹ ਪੋਜ਼ਿਟਿਵ ਹੋ ਗਿਆ। ਹਾਂ, ਕਲਚਰਲ ਬੈਕਗਰਾਊਂਡ ਕਿ ਕੋਈ ਰੂਰਲ ਤੋਂ ਹੈ, ਅਰਬਨ ਤੋਂ ਹੋ, ਕਿਸੇ ਦੀ ਲੈਂਗੁਏਜ ਇਹ ਹੈ, ਕਿਸੇ ਦੀ ਪ੍ਰੋਬਲਮ ਇਹ ਹੈ, ਕੋਈ ਅਮੀਰ ਸੋਸ਼ੋ ਇਕਨੋਮਿਕ ਸਟੇਟਸ ਤੋਂ, ਕੋਈ ਗਰੀਬ ਤੋਂ ਹੈ, ਹੈ ਨਾ, ਉਹਨੂੰ ਧਿਆਨ ਵਿੱਚ ਰੱਖਿਆ ਹੈ। ਉਹਦੇ ਮੁਤਾਬਕ ਲੈਸਨ ਪਲਾਨ ਬਣੇਗਾ। ਲੈਸਨ ਪਲਾਨ ਵਿੱਚ ਇਹ ਜਿਹੜੀ ਚੀਜ਼ ਹੈ ਇਹ ਕੀ ਹੈ, ਇੰਡੀਵਿਜੁਅਲ ਡਿਫਰੈਂਸਿਸ ਦੇ ਬੇਸ ਨੂੰ ਸਾਨੂੰ ਟੀਚਰ ਨੂੰ ਸਪਸ਼ਟ ਕਰਦੀ ਹੈ। ਸੋ ਲੈਸਨ ਪਲਾਨ ਬਹੁਤ ਅੱਛਾ ਬਣੇਗਾ ਜਦੋਂ ਪਤਾ ਹੋਏਗਾ ਕਿ ਇੱਕ ਬੱਚਾ ਈਸ਼ਾਨ ਵਰਗਾ ਹੈ, ਇੱਕ ਦੋ ਬੱਚੇ ਬਹੁਤ ਗਿਫਟਡ ਨੇ ਇਸ ਮਾਮਲੇ 'ਚ, ਕੋਈ ਮੈਥ ਵਿੱਚ ਅੱਛਾ ਹੈ, ਕੋਈ ਪਿੱਛੋਂ ਮੰਮੀ ਪਾਪਾ ਤੋਂ ਇੱਦਾਂ ਪੜ੍ਹ ਕੇ ਆਉਂਦਾ ਹੈ, ਕੋਈ ਪਿੰਡ 'ਚ ਕੰਮ ਕਰ, ਬੜਾ ਅੱਛਾ ਉਹ ਬਣੇਗਾ ਜਦੋਂ, ਕਿਉਂਕਿ ਉਸ ਚੀਜ਼ ਨੂੰ ਤੁਸੀਂ ਐਜ਼ ਏ ਸੋਰਸਿਸ ਰਿਸੋਰਸ ਯੂਜ਼ ਕਰਨਾ ਹੈ। ਉਹ ਨੌਲੇਜ ਨੂੰ ਜਿਹੜੀ ਉਹ ਲੈ ਕੇ ਆਏ ਪਿੱਛੇ ਹੈ ਉਹਨੂੰ ਯੂਜ਼ ਕਰਨਾ ਹੈ। ਨਹੀਂ ਤਾਂ ਉਹ ਫਿਲਮ ਜਿਹੜੀ RTE Act 'ਤੇ ਬਣੀ ਸੀ, ਹਿਚਕੀ ਫਿਲਮ ਦੇਖੋ, ਉਹਦੇ ਵਿੱਚ ਉਹ ਸਲੰਮ ਤੋਂ ਬੱਚੇ ਆਉਂਦੇ ਨੇ ਅਤੇ ਸਲੰਮ ਤੋਂ ਜਿਹੜੇ ਕੰਮ ਉਹ ਆਲਰੇਡੀ ਕਰਕੇ ਆਏ ਆ, ਕਰਕੇ ਆਉਂਦੇ ਨੇ, ਉਸ ਕੰਮ ਦੇ ਨਾਲ ਉਸਦੇ ਨਵੇਂ ਪ੍ਰੋਫੈਸ਼ਨ ਨੂੰ ਜੋੜ ਦਿੱਤਾ ਜਾਂਦਾ ਹੈ, ਸਕਸੈਸ ਮਿਲ ਜਾਂਦੀ ਹੈ। ਸੋ ਜਿੱਥੇ ਇੰਡੀਵਿਜੁਅਲ ਡਿਫਰੈਂਸਿਸ ਦੇ ਬੇਸ 'ਤੇ ਪਲੈਨਿੰਗ ਹੋਏਗੀ ਉਹ ਬੈਸਟ ਹੋਏਗੀ, ਬੈਸਟ ਆਨਸਰ ਹੋਏਗਾ। ਇਸ ਨੂੰ ਸਮਝ ਲੈਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਦਾ ਹੋਰ ਕੋਈ ਆਪਸ਼ਨ ਵੀ ਆਉਂਦਾ ਹੈ ਇੰਡੀਵਿਜੁਅਲ ਡਿਫਰੈਂਸਿਸ 'ਤੇ ਉਹਦੀ ਕਲਚਰਲ ਬੈਕਗਰਾਊਂਡ 'ਤੇ, ਜ਼ਿਆਦਾ ਜ਼ਰੂਰੀ ਇਹਨਾਂ 'ਚੋਂ ਵਰਡ ਹੈ ਇੰਡੀਵਿਜੁਅਲ ਡਿਫਰੈਂਸਿਸ। ਸੋ ਬੈਸਟ ਆਨਸਰ ਇਹ ਬਣ ਗਿਆ, ਫਾਰਮ ਅ ਗਰੁੱਪ ਆਫ ਸਟੂਡੈਂਟ ਔਨ ਦੀ ਬੇਸਿਸ ਆਫ ਦੇਅਰ ਸੋਸ਼ੋ ਇਕਨੋਮਿਕ ਸਟੇਟਸ। ਦੇਖੋ ਗਰੁੱਪ ਲਰਨਿੰਗ ਬੈਟਰ ਹੈ। ਇੱਕ ਗਰੁੱਪ ਬਣਾਇਆ, ਦੂਸਰਾ ਗਰੁੱਪ ਬਣਾਇਆ, ਤੀਸਰਾ ਗਰੁੱਪ ਬਣਾਇਆ, ਤਾਂ ਜੋ ਇੰਟਰੈਕਟ ਕਰ ਸਕਣ, ਇਹ ਬੱਚੇ ਇੰਟਰੈਕਟ ਕਰ ਰਹੇ ਆ। ਪਰ ਇਹ ਸੋਸ਼ੋ ਇਕਨੋਮਿਕ ਸਟੇਟਸ ਦੇ, ਹਾਈ ਸੋਸ਼ੋ ਇਕਨੋਮਿਕ ਦਾ ਸਟੇਟਸ ਦਾ ਬਣਾ ਲਿਆ, ਇਹ ਐਵਰੇਜ ਸੋਸ਼ੋ ਇਕਨੋਮਿਕਸ ਦਾ, ਇਹ ਲੋਅ ਦਾ ਬਣਾ ਲਿਆ, ਸੋ ਇਹ ਗਲਤ ਹੋ ਜਾਏਗਾ। ਇਹ ਹੋਮੋਜੀਨੀਅਸ ਜਿਹੜੇ ਸੇਮਨੈਸ ਹੈ, ਸਿਮਿਲਰ ਹੈ, ਸੇਮ ਨਾਲ ਹੈ, ਉਹਨੂੰ ਹੋਮੋ ਕਹਿੰਦੇ ਆ, ਹੈ ਨਾ। ਸੇਮ ਸੈਕਸ, ਲੜਕਾ ਲੜਕੇ ਨਾਲ ਸੈਕਸ ਕਰ ਰਿਹਾ ਉਸਨੂੰ ਹੋਮੋ ਕਹਿੰਦੇ ਆ, ਲੜਕੀ ਲੜਕੀ ਨਾਲ ਕਰ ਰਹੀ ਉਸਨੂੰ ਲੇਜ਼ਬੀਨ, ਉਸਨੂੰ ਵੀ ਹੋਮੋ ਵਿੱਚ ਰੱਖਦੇ ਆ। ਹੋਮੋ ਦਾ ਮਤਲਬ ਸੇਮ ਹੈ, ਸੇਮ ਨਹੀਂ, ਇੱਥੇ ਹੈਟਰੋਜੀਨੀਟੀ ਕਲਾਸ ਵਿੱਚ ਚਾਹੀਦੀ ਹੈ ਕਿ ਇੱਕ ਲੜਕਾ ਬੱਚਾ ਜਿਹੜਾ ਹੈ ਉਹ ਲੜਕਾ ਹੈ, ਦੂਸਰੀ ਲੜਕੀ ਹੈ, ਅਤੇ ਹੁਣ ਇਹ ਜੈਂਡਰ ਦੇ ਬੇਸ 'ਤੇ ਹੈਟਰੋਜੀਨੀਟੀ ਆ ਗਈ। ਦੂਸਰਾ ਹੈ ਕਿ
ਇੱਕ ਬੱਚਾ ਹੁਸ਼ਿਆਰ ਹੈ, ਇੱਕ ਐਵਰੇਜ ਹੈ, ਇੱਕ ਲੋ। ਸੋ ਇਸ ਤਰ੍ਹਾਂ ਵਿਭਿੰਨਤਾ ਦੇ ਆਧਾਰ ਤੇ ਇਹ ਗਰੁੱਪ ਬਣਨੇ ਚਾਹੀਦੇ ਹਨ। ਮੈਂ ਐਡੀਸ਼ਨਲ ਤੁਹਾਡੇ ਨਾਲ ਨੌਲੇਜ ਸ਼ੇਅਰ ਕੀਤੀ ਹੈ ਜਿਹਦੇ ਬੇਸ ਤੇ ਕੁਐਸਚਨ ਅਗਲੇ ਤੁਹਾਡੇ ਐਂਟਰੈਂਸ ਟੈਸਟ ਆਣਗੇ ਉਹ ਠੀਕ ਹੋ ਸਕਦੇ ਨੇ। ਇਹਨੇ ਕਲਾਸ ਸਿਨੈਰੀਓ ਵਿਚ ਵਨ ਆਫ ਦੀ ਫੋਲੋਇੰਗ ਇਜ਼ ਮੋਸਟ ਐਪਰੋਪ੍ਰੀਏਟ ਸ਼ੋ ਲਰਨਿੰਗ ਐਟ ਦਾ ਪਾਰਟ ਆਫ ਸਟੂਡੈਂਟ। ਕਲਾਸਰੂਮ ਦੇ ਦ੍ਰਿਸ਼ ਵਿੱਚ ਹੇਠਾਂ ਦਿੱਤੇ ਵਿੱਚ ਕਿਹੜਾ ਸਭ ਤੋਂ ਸਹੀ ਢੰਗ ਨਾਲ ਵਿਦਿਆਰਥੀਆਂ ਦੀ ਸਿਖਲਾਈ ਦਰਸਾਉਂਦਾ ਹੈ। ਅਧਿਆਪਕ ਸਵਾਲ ਪੁੱਛਦਾ ਹੈ ਅਤੇ ਵਿਦਿਆਰਥੀ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਹਨ। ਮੈਂ ਪੁੱਛਿਆ ਅਤੇ ਉਹਨਾਂ ਨੇ ਜਵਾਬ ਦਿੱਤਾ, ਇਹਦਾ ਮਤਲਬ ਸੋਚਿਆ ਮੈਂ, ਇਹ ਦੇਖੋ। ਦੂਸਰਾ ਹੈ ਵਿਦਿਆਰਥੀ ਦੁਆਰਾ ਸਮੇਂ ਸਿਰ ਹੋਮਵਰਕ ਪੂਰਾ ਕਰਨਾ, ਠੀਕ ਹੈ। ਲੇਕਿਨ ਇੱਕ ਗੱਲ ਦੱਸ ਦਵਾਂ, ਅੱਛੀ ਟੀਚਿੰਗ ਲਰਨਿੰਗ ਪ੍ਰੋਸੈਸ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਸਟੂਡੈਂਟ ਥਿੰਕ ਓਵਰ ਕਰੇ, ਇੱਕ ਬੱਚਾ ਜੋ ਹੈ ਸੋਚਦਾ ਹੈ। ਉਸਦੀ ਬੈਸਟ ਨਿਸ਼ਾਨੀ ਕੀ ਹੈ ਕਿ ਬੱਚਾ ਕੁਐਸਚਨ, ਔਰ ਕੁਐਸਚਨ ਕਿਹੜਾ, ਉਹਦੇ ਮਨ 'ਚ ਡਾਊਟ ਪੈਦਾ ਹੁੰਦੇ ਹੈ, ਇਟ ਮੀਨਸ ਸੋਚ ਰਿਹਾ ਹੈ, ਉਹਨੂੰ ਸੋਲਵ ਕਰਨਾ ਚਾਹੁੰਦਾ, ਇਸ ਲਈ ਬਾਹਰ ਬਿਹੇਵੀਅਰ ਉਹਦਾ ਕੁਐਸਚਨ ਆਇਆ। ਕੁਐਸਚਨ ਬੱਚੇ ਵੱਲੋਂ ਆਉਣਾ ਚਾਹੀਦਾ ਹੈ, ਇਹਦਾ ਮਤਲਬ ਟੀਚਰ ਆਸਕ ਦਾ ਕੁਐਸਚਨ, ਸਟੂਡੈਂਟ ਆਨਸਰ ਦਾ ਕੁਐਸਚਨ। ਬੱਚੇ ਹੋ ਸਕਦਾ ਹੈ ਆਰਟੀਫਿਸ਼ਲ ਕੁਐਸਚਨ ਹੋਵੇ, ਆਰਟੀਫਿਸ਼ਲ ਜਵਾਬ ਹੋਵੇ, ਉਹਨਾਂ ਨੇ ਲਰਨ ਕੀਤਾ ਹੋਇਆ ਉਹ ਦੱਸ ਰਹੇ ਹੈ। ਟਾਈਮਲੀ ਕੰਪਲੀਟ ਦਾ ਹੋਮਵਰਕ ਕਰਨਾ ਚਾਹੀਦਾ ਹੈ, ਲੇਕਿਨ ਥਿੰਕਿੰਗ ਜ਼ਿਆਦਾ ਜ਼ਰੂਰੀ ਹੈ, ਇਸ ਲਈ ਵੀਕ ਆਪਸ਼ਨ ਹੈ। ਸਟੂਡੈਂਟ ਕੁਐਸਚਨ ਦਾ ਟੀਚਰ, ਹਾਂ ਹੁਣ ਮੇਰਾ ਓਰੀਜਨਲ ਕੁਐਸਚਨ ਹੈ, ਸਰ ਮੁਝੇ ਨਾ ਡਿਊਟੀ ਔਰ ਰਾਈਟ ਮੈਂ ਡਿਫਰੈਂਸ ਨਹੀਂ ਪਤਾ, ਕਨਫਿਊਜ਼ ਹੋ ਜਾਤਾ ਹੂੰ, ਤੋ ਯੇ ਓਰੀਜਨਲ ਹੈ ਨਾ, ਇਹ ਵਾਲਾ ਓਰੀਜਨਲ ਹੋ ਗਿਆ। ਹੀ ਔਰ ਸ਼ੀ ਜਿਹੜਾ ਟੀਚਰ ਹੈ ਉਸਦਾ ਆਨਸਰ ਦੇਵੇ। ਬਲੈਕਬੋਰਡ ਵਰਕ ਬਾਏ ਟੀਚਰ, ਇਹ ਕੁਛ ਨਹੀਂ ਹੈ, ਹਾਂ ਯੂਜ਼ ਹੋਣਾ ਚਾਹੀਦਾ ਹੈ, ਲੇਕਿਨ ਇੱਥੇ ਵੀਕ ਹੈ। ਦੈਟ ਇਜ਼ ਵਾਈ ਇੱਥੇ ਅਸੀਂ ਬੈਸਟ ਆਨਸਰ ਕਿਹੜਾ ਆਇਆ ਕਿ ਸਟੂਡੈਂਟ ਕੁਐਸਚਨ ਕਰਦਾ ਹੈ, ਸਟੂਡੈਂਟ ਕੁਐਸਚਨ ਕਰਦਾ ਹੈ, ਕੁਐਸਚਨ ਬਾਏ ਸਟੂਡੈਂਟ ਇਜ਼ ਬੈਸਟ, ਇਹ ਵਾਲਾ ਰਾਈਟ ਆਨਸਰ ਆ ਗਿਆ। ਨੈਕਸਟ ਹੈ ਸਾਡੇ ਕੋਲ ਕੁਐਸਚਨ 46th, ਐਨ ਅਥੋਰੀਟੇਰੀਅਨ ਟੀਚਿੰਗ ਸਟਾਈਲ, ਇੱਕ ਤਾਨਾਸ਼ਾਹੀ ਸਿੱਖਿਆ ਸ਼ੈਲੀ ਹੈ। ਤਾਨਾਸ਼ਾਹ ਹੈ ਕਿ ਮਤਲਬ ਕਿ ਮੈਂ ਜੋ ਚਾਹੁੰਦਾ ਹਾਂ ਉਹ ਮੈਂ ਕਰਾਂਗਾ, ਮੈਂ ਆਹ ਡਿਸਾਈਡ ਕਰਾਂਗਾ, ਮੈਂ ਲੈਸਨ ਪਲਾਨ ਕਰਾਂਗਾ, ਮੈਂ ਇਵੈਲਿਊਏਸ਼ਨ ਕਰਾਂਗਾ, ਮੈਂ ਜਿਹਨੂੰ ਚਾਹੇ ਜਿਸ ਤਰ੍ਹਾਂ ਮਰਜ਼ੀ ਨੈਗੇਟਿਵਲੀ ਪੋਜ਼ਿਟਿਵਲੀ ਟ੍ਰੀਟ ਕਰਾਂਗਾ। ਸੋ ਇਹ ਤਾਨਾਸ਼ਾਹ ਹੈ, ਮੈਂ ਜੋ ਚਾਹਾਂਗਾ। ਸੋ ਤਾਨਾਸ਼ਾਹ ਕੀ ਹੈ, ਉਹ ਟੀਚਰ ਸੈਂਟਰਡ ਹੋ ਗਈ, ਸਿੰਪਲ ਹੈ। ਚਾਈਲਡ ਸੈਂਟਰ ਬਿਲਕੁਲ ਨਹੀਂ, ਉਹਦੇ ਓਪੋਜ਼ਿਟ ਜੇ ਪੁੱਛਿਆ ਜਾਂਦਾ ਚਾਈਲਡ ਸੈਂਟਰਡ ਹੈ, ਸਕੂਲ ਸੈਂਟਰਡ ਨਹੀਂ ਹੈ, ਪਾਠਕ੍ਰਮ ਦੀ ਗੱਲ ਨਹੀਂ, ਗੱਲ ਹੈ ਟੀਚਰ ਸੈਂਟਰਡ ਹੈ। ਨੈਕਸਟ ਹੈ ਮਿਸਟਰ ਰਜੇਸ਼, ਸਾਇੰਸ ਟੀਚਰ ਆਫ ਕਲਾਸ 8th, ਓਬਜ਼ਰਵ ਦੈਟ ਹਿਜ਼ ਸਟੂਡੈਂਟਸ ਆਰ ਨੋਟ ਇੰਟਰਸਟਡ ਇਨ ਲਰਨਿੰਗ ਮਿਸਟਰ ਰਜੇਸ਼ ਸ਼ੁੱਡ, ਇੱਕ ਟੀਚਰ ਹੈ ਜਿਹੜਾ 8th ਕਲਾਸ ਨੂੰ ਪੜ੍ਹਾ ਰਿਹਾ ਹੈ ਅਤੇ ਉਹਦੇ ਬੱਚੇ ਇੰਟਰਸਟ ਨਹੀਂ ਲੈ ਰਹੇ ਕਲਾਸ ਵਿੱਚ, ਅਤੇ ਰਜੇਸ਼ ਉਹਨਾਂ ਦਾ ਨਾਮ ਹੈ, ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਮਾਪਿਆਂ ਨੂੰ ਸੂਚਿਤ ਕਰਨ ਲਈ ਇਹ ਬੁਲਾਵੇ। ਦੇਖੋ ਉਹ ਆਪਸ਼ਨ ਹਮੇਸ਼ਾ ਹੀ ਗਲਤ ਹੋਏਗੀ ਜਦੋਂ ਇਹ ਟੀਚਰ ਹੈ, ਔਰ ਇਹ ਟੀਚਰ ਹੈ, ਇੱਥੇ ਪ੍ਰੋਬਲਮ ਹੈ, ਕੋਈ ਪ੍ਰੋਬਲਮ ਦਾ ਸਲਿਊਸ਼ਨ ਲੱਭਣਾ ਹੈ, ਔਰ ਸਲਿਊਸ਼ਨ ਉਹ ਜੇ ਖੁਦ ਲੱਭ ਰਿਹਾ ਹੈ ਇਹ ਬੈਸਟ ਆਨਸਰ ਹੋਏਗਾ, ਬੈਸਟ ਚੀਜ਼ ਹੈ, ਬੈਟਰ ਚੀਜ਼ ਹੈ। ਔਰ ਜੇ ਉਹ ਆਪਸ਼ਨ ਲੱਭਣਾ ਦੂਜਿਆਂ ਦੇ ਸਿਰ 'ਤੇ ਸੁੱਟ ਰਿਹਾ ਹੈ, ਕਿ ਦੂਜਿਆਂ ਦੇ ਸਿਰ 'ਤੇ, ਮੈਂ ਕਿਉਂ ਦੱਸ ਰਿਹਾ ਹਾਂ, ਅਗਲੇ ਕੁਐਸਚਨ ਤੁਸੀਂ ਇਸ ਦੇ ਬੇਸ 'ਤੇ ਸੋਲਵ ਕਰ ਸਕਦੇ ਹੋ। ਉਹ ਕੌਣ ਹੈ, ਬੇਸ਼ੱਕ ਉਹ ਪੇਰੈਂਟਸ ਹੈ, ਉਹ ਕੋਈ ਹੋਰ ਟੀਚਰ ਹੈ, ਇਹ ਕੋਈ ਹੋਰ ਟੀਚਰ ਹੈ, ਪੇਰੈਂਟਸ ਹੈ, ਹੈੱਡ ਹੈ,
ਕੋਈ ਵੀ ਹੈ, ਹਾਂ ਜੇ ਕੋਈ ਸਾਈਕੋਲੋਜੀਕਲ ਪ੍ਰੋਬਲਮ ਹੈ ਅਤੇ ਬਹੁਤ ਜ਼ਿਆਦਾ ਵੱਧ ਗਈ ਹੈ ਅਤੇ ਉਹ ਫਿਰ ਸਾਈਕੋਲੋਜਿਸਟ ਨੂੰ, ਸਾਈਕੋਥੈਰੇਪਿਸਟ ਨੂੰ, ਫਿਜ਼ੀਓਥੈਰੇਪਿਸਟ ਨੂੰ, ਮੈਡੀਕਲ ਸਾਇੰਟਿਸਟ ਨੂੰ ਬੁਲਾਉਂਦਾ ਹੈ ਤਾਂ ਉਹ ਬੈਟਰ ਸਹੀ ਹੈ। ਲੇਕਿਨ ਆਪਣੀ ਪ੍ਰੋਬਲਮ ਸੋਲਵ ਕਰਨ ਲਈ ਜੋ ਦੂਸਰਿਆਂ ਨੂੰ ਬੁਲਾਇਆ ਜਾਂਦਾ ਹੈ, ਇਹਦਾ ਮਤਲਬ ਹੈ ਮੈਂ ਨਹੀਂ ਸੋਲਵ ਕਰਨਾ ਚਾਹੁੰਦਾ। ਇਹ ਤੁਹਾਡਾ ਐਪਟੀਟਿਊਡ ਟੈਸਟ ਹੈ, ਇਹਦੇ ਵਿੱਚ ਤੁਸੀਂ ਇਹੀ ਦੇਖਣਾ ਕਿ ਮੈਂ ਪ੍ਰੋਬਲਮ ਨੂੰ ਸੋਲਵ ਕਰ ਸਕਾਂ। ਦੈਟ ਇਜ਼ ਵਾਈ ਪਹਿਲਾ ਆਪਸ਼ਨ ਜਿਹੜਾ ਹੈ ਜਿਹੜਾ ਇਹ ਕਾਲ ਟੂ ਪੇਰੈਂਟਸ ਵਾਲਾ ਹੈ ਨਾ, ਇਹਦੇ ਬੇਸ 'ਤੇ ਇਸ ਨੂੰ ਗਲਤ ਕਰ ਦਿੰਦੇ ਹਾਂ। ਫੋਕਸ ਔਨ ਹਿਜ਼ ਟੀਚਿੰਗ ਟੂ ਫੈਸਿਲਿਟੇਟ ਸਟੂਡੈਂਟ ਲਰਨਿੰਗ। ਹੁਣ ਆਇਆ ਕਿ ਹੁਣ ਆਪਣੇ ਆਪ 'ਤੇ ਉਹ ਫੋਕਸ ਕਰ ਰਿਹਾ ਹੈ, ਕਾਹਦੇ ਲਈ ਹੈ, ਏਮ ਵੀ ਨਾਲ ਦੇਖਣਾ ਹੈ, ਕਰਨਾ ਕੀ ਹੈ, ਫੈਸਿਲੀਟੇਟ ਸਟੂਡੈਂਟਸ ਲਰਨਿੰਗ। ਇਹ ਬੈਸਟ ਹੈ, ਬੈਸਟ ਚੀਜ਼ ਹੈ ਕਿ ਲਰਨਿੰਗ ਨੂੰ ਫੈਸਿਲੀਟੇਟ ਕਰਨ ਲਈ ਮੈਂ ਆਪਣੇ ਆਪ 'ਤੇ ਫੋਕਸ ਕਰ ਰਿਹਾ ਹਾਂ, ਇਸ ਲਈ ਵੱਡਾ ਟਿੱਕ ਇੱਥੇ ਲੈ ਰਿਹਾ। ਗਿਵ ਐਗਜ਼ਾਮਪਲ ਆਫ ਮੈਰੀਟੋਰੀਅਸ ਸਟੂਡੈਂਟ ਟੂ ਅਦਰ, ਹੁਸ਼ਿਆਰ ਬੱਚਿਆਂ ਦੀਆਂ ਨਲੈਕ ਬੱਚਿਆਂ ਨੂੰ ਦੇ ਰਹੀ, ਇਹ ਬਿਲਕੁਲ ਗਲਤ ਹੈ। ਇਸ ਤਰ੍ਹਾਂ ਦੀ ਐਗਜ਼ਾਮਪਲ ਨਹੀਂ ਦੇਣੀ, ਛੋਟੇ ਬੱਚਿਆਂ 'ਚ ਇਨਫੀਰੀਟੀ ਕੰਪਲੈਕਸ ਪੈਦਾ ਨਹੀਂ ਕਰਨਾ, ਇਸ ਤਰ੍ਹਾਂ ਕਿਸੇ ਦੀਆਂ ਐਗਜ਼ਾਮਪਲ ਨਹੀਂ ਦੇਣਾ, ਪੇਰੈਂਟਸ ਨੂੰ ਵੀ ਨਹੀਂ ਦੇਣੀਆਂ ਚਾਹੀਦੀਆਂ ਵੈਸੇ, ਹੈ ਨਾ। ਦੂਜੇ ਜਮਾਤਾਂ 'ਚ ਹੋਣਹਾਰ ਵਿਦਿਆਰਥੀਆਂ ਦੀਆਂ ਉਦਾਹਰਨਾਂ ਦੇਵੇ, ਨਹੀਂ ਉਦਾਹਰਨਾਂ ਦੇਣੀਆਂ, ਉਦਾਹਰਨ ਦੇਣੀ ਆ, ਉਸ ਦੀ ਹੀ ਉਦਾਹਰਨ ਦੇਣੀ ਹੈ। ਇੱਥੇ ਕਾਂਟਾ ਲੱਗਿਆ ਗਲਤੀ ਨਾਲ, ਇਹ ਟਿੱਕ ਹੈ। ਵਿਦਿਆਰਥੀਆਂ ਨੂੰ ਸੁਚੇਤ ਰਹਿਣ ਲਈ ਨਸੀਹਤ ਦੇਵੇ, ਨਸੀਹਤਾਂ ਨਹੀਂ ਦੇਣੀਆਂ, ਕੰਮ ਦੇਣਾ ਹੈ, ਮਟੀਰੀਅਲ ਦੇਣਾ ਹੈ, ਕੁਛ ਕਰਨ ਲਈ ਦੇਣਾ ਹੈ। ਇੱਥੇ ਆਪਣੇ ਆਪ 'ਤੇ ਫੋਕਸ ਕਰਿਆ ਹੈ, ਦੈਟ ਇਜ਼ ਏ ਬੈਸਟ ਹੈ, ਬੀ ਇਜ਼ ਰਾਈਟ ਆਂਸਰ ਹੇਅਰ। ਨੈਕਸਟ ਹੈ 48th ਕੁਸ਼ਚਨ ਹੈ, ਮਨੋਹਰ ਇਹ ਸਟੂਡੈਂਟ ਆਫ 9th ਕਲਾਸ। ਤੁਸੀਂ ਧਿਆਨ ਨਾਲ ਦੇਖੋ ਜਿੰਨੇ ਕੁਸ਼ਚਨ ਆ ਰਹੇ ਆ, 9th ਕਲਾਸ, 8th ਕਲਾਸ, 10th ਕਲਾਸ, ਇਹੀ ਕਿਉਂ ਆ ਰਿਹਾ? ਕਿਉਂਕਿ ਤੁਸੀਂ ਇਹਨਾਂ ਦੇ ਟੀਚਰ ਬਣਨਾ ਹੈ। ਕੁਰੈਕਟਲੀ ਸੋਲਵ ਸਮ ਕੁਸ਼ਚਨ ਇਨ ਅ ਡਿਫਰੈਂਟ ਵੇ। ਇੱਕ ਸਟੂਡੈਂਟ ਨੇ ਵੱਖਰੀ ਤਰ੍ਹਾਂ ਨਾਲ ਕਿਸੇ ਕੁਸ਼ਚਨ ਨੂੰ ਹੱਲ ਕਰ ਲਿਆ, ਮਤਲਬ ਕੀ ਸੀ? ਨੋਰਮਲੀ ਕੀ ਹੁੰਦਾ ਹੈ ਕਿ ਇਹ ਕੁਸ਼ਚਨ ਹੈ, ਇਹ ਮੰਨ ਲਓ ਕੁਸ਼ਚਨ ਹੈ, ਓਕੇ, ਅਤੇ ਕੁਸ਼ਚਨ ਦਾ ਸਟੈਪ ਜਿਹੜਾ ਹੈ ਇਹ 1 ਹੈ, 2 ਹੈ, 3 ਹੈ, 4 ਹੈ, 5 ਹੈ। ਇਸ ਨੂੰ ਲੀਨੀਅਰ ਅਪਰੋਚ ਕਹਿੰਦੇ ਹਾਂ ਕਿ ਜਿਹੜਾ ਸਟੈਪ ਹੈ ਉਹਨਾਂ ਨੂੰ ਹੀ ਫੋਲੋ ਕੀਤਾ ਜਾਵੇ। ਲੇਕਿਨ ਕਿਤੇ ਕੋਈ ਵਿਦਿਆਰਥੀ ਹੈ, ਉਸਨੇ ਕੋਈ ਮੈਥ ਦਾ ਸਮ ਪਹਿਲਾ ਸਟੈਪ ਨਹੀਂ, ਕੋਈ ਪ੍ਰੋਸੈਸ ਹੀ, ਨਿਊ ਸਟੈਪਸ ਜਾਂ ਮੈਥਡ, ਹੈ ਨਾ, ਮੈਥਡ ਨਾਲ ਸੋਲਵ ਕਰ ਲਿਆ। ਹੁਣ ਇਹ ਬੱਚਾ ਕੀ ਹੈ, ਡਾਈਵਰਜੈਂਟ ਥਿੰਕਿੰਗ ਵਾਲਾ ਹੈ। ਇਹ ਕੁਸ਼ਚਨ ਆਉਂਦਾ ਹੈ ਡਾਈਵਰਜੈਂਟ ਥਿੰਕਿੰਗ, ਜਿਸ ਨੂੰ ਕੀ ਕਹਿੰਦੇ ਆ, ਕ੍ਰੀਏਟਿਵ ਸਟੂਡੈਂਟ। ਸੋ ਕ੍ਰੀਏਟਿਵ ਨੂੰ ਕਿਹਾ ਜਾਵੇ ਕਿ ਬਿਲਕੁਲ ਤੂੰ ਹੋਰ ਇਸ ਤਰ੍ਹਾਂ ਕਰ। ਦੇਖੀਏ ਕੀ ਵਧੀਆ ਸੁਜੈਸ਼ਨ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਹੁਣ ਕਲਾਸ ਵਿੱਚ ਪੜ੍ਹਾਇਆ ਗਿਆ ਸੀ, ਜਿਹੜੇ ਸਟੈਪ ਪੜ੍ਹਾਏ ਗਏ ਸੀ, ਉਸ ਤਰ੍ਹਾਂ ਉਹਨੇ ਪ੍ਰੋਬਲਮ ਨੂੰ ਸੋਲਵ ਨਹੀਂ ਕੀਤਾ, ਉਸ ਬੱਚੇ ਨੇ ਡਿਫਰੈਂਟ ਤਰੀਕੇ ਨਾਲ ਪ੍ਰੋਬਲਮ ਨੂੰ ਸੋਲਵ ਕੀਤਾ, ਮਤਲਬ ਜਾਂ ਬੁੱਕ ਵਿੱਚ ਜਿਸ ਤਰ੍ਹਾਂ ਦਿੱਤਾ ਗਿਆ ਸੀ ਉਸ ਤਰ੍ਹਾਂ ਸੋਲਵ ਨਹੀਂ ਕੀਤਾ, ਟੀਚਰ ਨੇ ਜਿਸ ਤਰ੍ਹਾਂ ਦੱਸਿਆ ਸੀ ਉੱਦਾਂ ਸੋਲਵ ਨਹੀਂ ਕੀਤਾ। ਇਟ ਮੀਨਸ ਉਹ ਟ੍ਰੈਡੀਸ਼ਨਲ ਲਾਈਨ 'ਤੇ ਨਹੀਂ ਚੱਲਿਆ। ਸੁਰਜੀਤ ਪਾਤਰ ਸਾਹਿਬ ਕਹਿੰਦੇ ਨੇ, ਮੈਂ ਰਾਹਾਂ 'ਤੇ ਨਹੀਂ ਟੁਰਦਾ, ਮੈਂ ਟੁਰਦਾ ਹਾਂ ਤਾਂ ਰਾਹ ਬਣਦੇ, ਮੈਂ ਰਾਹਾਂ 'ਤੇ ਨਹੀਂ ਚੱਲਦਾ, ਜਿਹੜੇ ਟ੍ਰੈਡੀਸ਼ਨ ਨੇ ਬਣਾਏ ਉਹ ਰਾਹਾਂ 'ਤੇ ਮੈਂ ਨਹੀਂ ਚੱਲਦਾ, ਮੈਂ ਤੁਰਦਾ ਹਾਂ, ਮੈਂ ਜਿੱਧਰ ਮਰਜ਼ੀ ਤੁਰਦਾ ਹਾਂ ਪਰ ਮੈਂ ਇੱਦਾਂ ਦਾ ਤੁਰਦਾ ਹਾਂ ਕਿ ਉਹ ਨਵਾਂ ਰਾਹ ਬਣ ਜਾਂਦਾ ਹੈ। ਉਸ ਤਰ੍ਹਾਂ ਦੀ ਗੱਲ ਹੈ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁਗਾਂ ਤੱਕ ਕਾਫਲੇ ਆਉਂਦੇ, ਇਹ ਸੱਚ ਦੇ ਗਵਾਹ ਬਣਦੇ। ਐਨਕਰੇਜਡ ਟੂ ਕੰਸਲਟ ਸਮ ਮੋਰ ਬੁੱਕ ਔਨ ਦੀ ਸਬਜੈਕਟ ਟੂ ਪ੍ਰਮੋਟ ਲਰਨਿੰਗ। ਇਹ ਅੱਛੀ ਗੱਲ ਹੈ ਕਿ ਬੱਚੇ ਨੂੰ ਐਨਕਰੇਜ ਕੀਤਾ ਜਾ ਰਿਹਾ ਹੈ, ਇਹ ਪੋਜ਼ਿਟਿਵ ਹੈ। ਮੋਰ ਬੁੱਕ ਪ੍ਰਮੋਟ ਲਰਨਿੰਗ ਸੁਜੈਸਟ ਟੂ ਫੋਲੋ ਦਾ ਸੇਮ ਮੈਥਡੋਲੋਜੀ ਐਜ ਡਿਸਕਸਡ ਬਾਈ ਟੀਚਰ ਟੂ ਗੈਟ ਗੁੱਡ ਮਾਰਕਸ
ਐਂਡ ਐਗਜ਼ਾਮੀਨੇਸ਼ਨ, ਤਿੰਨ ਚੀਜ਼ਾਂ ਜਿਹੜੀਆਂ ਤੁਸੀਂ ਅਵੋਇਡ ਕਰਨੀਆਂ। ਸੇਮ ਸੇਮ ਚੀਜ਼ ਸਾਰਿਆਂ ਲਈ ਸੇਮ ਚੀਜ਼ ਰੱਖਣੀ ਨਹੀਂ ਹੈ, ਡਿਫਰੈਂਟ ਮੈਥਡੋਲੋਜੀ, ਡਿਫਰੈਂਟ ਰਿਸੋਰਸਿਸ, ਡਿਫਰੈਂਟ। ਸੋ ਇੱਥੇ ਗਲਤ ਹੋ ਗਿਆ, ਐਗਜ਼ਾਮੀਨੇਸ਼ਨ 'ਤੇ ਫੋਕਸ ਕਰਨਾ ਜਾਂ ਗਲਤ ਹੈ, ਮਾਰਕਸ 'ਤੇ ਫੋਕਸ ਕਰਨਾ ਕੁਆਂਟੀਟੇਟਿਵ ਅਪਰੋਚ 'ਤੇ ਗਲਤ ਹੈ, ਪੂਅਰ ਹੈ, ਇਸ ਨੂੰ ਰਿਜੈਕਟ ਕਰ ਦਿੱਤਾ, ਪੱਕੀ ਗੱਲ ਹੈ। ਓਕੇ, ਡਿਸਕਰੇਜ ਦਾ ਟੂ ਕੰਸਲਟ ਐਨੀ ਅਦਰ ਬੁੱਕ ਔਨ ਦੀ ਸਬਜੈਕਟ, ਡਿਸਕਰੇਜ ਤਾਂ ਕਰਨਾ ਹੀ ਨਹੀਂ ਹੈ ਕਿ ਹੋਰ ਬੁੱਕ ਨਹੀਂ ਦੇਖਣੀ, ਇਹ ਵੀ ਪੂਅਰ ਹੋ ਗਿਆ। ਆਸ ਟੂ ਟਾਕ ਵਿਦ ਦ ਟੀਚਰ ਆਫਟਰ ਕਿ ਕਲਾਸ ਤੋਂ ਬਾਅਦ ਮੈਨੂੰ ਉਹ ਮਿਲੇ, ਇਹਦੇ ਨਾਲ ਕੋਈ ਸਲਿਊਸ਼ਨ ਨਹੀਂ ਹੈ। ਇਹ ਬੈਸਟ ਹੈ ਕਿ ਐਨਕਰੇਜ ਟੂ ਕੰਸਲਟ ਸਮ ਮੋਰ ਬੁੱਕਸ ਔਨ ਦੀ ਸਬਜੈਕਟ ਟੂ ਪ੍ਰਮੋਟ ਲਰਨਿੰਗ, ਕਿਉਂਕਿ ਉਹਦੇ ਵਿੱਚ ਉਹਦੀ ਸਪੈਸ਼ਲ ਥਿੰਕਿੰਗ ਚੱਲ ਰਹੀ ਹੈ, ਉਸ ਥਿੰਕਿੰਗ 'ਤੇ ਐਕਸਪਰਟਸ ਕੀ ਕਹਿੰਦੇ ਨੇ, ਨਵੀਆਂ ਪ੍ਰੋਬਲਮ ਉਹਨੂੰ ਦੇਖਣ ਨੂੰ ਮਿਲਣਗੀਆਂ, ਉਹਦੇ ਸਲਿਊਸ਼ਨ ਕਰਨਗੇ, ਅਤੇ ਉਹ ਐਬਿਲਿਟੀ ਉਹਦੇ ਵਿੱਚ ਹੋਰ ਡਿਵੈਲਪ ਹੋਏਗੀ। ਦੈਟ ਇਜ਼ ਵਾਈ ਇਹ ਆਂਸਰ ਜਿਹੜਾ ਹੈ ਬੈਸਟ ਆਂਸਰ ਹੈ, ਮੇਰੇ ਖਿਆਲ ਪੰਜਾਬੀ 'ਚ ਪਤਾ ਲੱਗ ਗਿਆ ਹੋਏਗਾ। ਉਸ ਵਿਸ਼ੇ ਨਾਲ ਸੰਬੰਧਿਤ ਕੁਝ ਹੋਰ ਕਿਤਾਬਾਂ ਸੁਝਾਉਣੀਆਂ ਚਾਹੀਦੀਆਂ ਹਨ ਕਿ ਜੋ ਸਿੱਖਣ ਨੂੰ ਉਤਸ਼ਾਹਿਤ ਕਰੇ, ਠੀਕ ਹੈ, ਪੋਜ਼ਿਟਿਵ ਹੈ ਸਾਰਾ। ਨੈਕਸਟ ਹੈ, ਵਿਚ ਵਨ ਆਫ ਦੀ ਫੋਲੋਇੰਗ ਡਿਸਕ੍ਰਾਈਬ ਦ ਬੈਸਟ ਐਕਟ ਆਫ ਪਾਰਟ ਆਫ ਦੀ ਟੀਚਰ ਇਨ ਕਲਾਸ, ਹੇਠ ਲਿਖਿਆ ਵਿੱਚੋਂ ਕਿਹੜਾ ਕਲਾਸ ਵਿੱਚ ਇੱਕ ਅਧਿਆਪਕ ਦੀ ਸਭ ਤੋਂ ਵਧੀਆ ਕਾਰਜ ਦਾ ਵਰਣਨ ਕਰਦਾ ਹੈ। ਸਮੱਗਰੀ ਦਾ ਇੱਕ ਦਿਸ਼ਾਵੀ ਪਰਫੇਕ ਅਤੇ ਕੇਂਦਰਿਤ, ਮੈਂ ਹੁਣੇ ਦੱਸ ਕੇ ਆਇਆ ਹਾਂ, ਫੋਕਸ ਔਨ ਯੂਨੀਡਾਇਮੈਂਸ਼ਨਲ, ਇੱਕ ਡਾਇਮੈਂਸ਼ਨ। ਫੋਰ ਐਗਜ਼ਾਮਪਲ, ਬੋਰਡ 'ਤੇ ਚੱਲ ਕੇ ਦੱਸਦਾ ਹਾਂ, ਆਫ ਏ ਕੰਟੈਂਟ, ਫੋਰ ਐਗਜ਼ਾਮਪਲ ਕੰਟੈਂਟ ਹੈ, ਕੰਟੈਂਟ ਕੋਈ ਵੀ ਤੁਸੀਂ ਲਾ ਲਓ ਕਿ ਸਾਡੇ ਫੰਡਾਮੈਂਟਲ ਰਾਈਟ ਹੈ, ਮੈਂ ਐਫ ਆਰ ਲਿਖਿਆ, ਇਹਦਾ ਮਤਲਬ ਹੈ ਫੰਡਾਮੈਂਟਲ ਰਾਈਟ। ਫੰਡਾਮੈਂਟਲ ਰਾਈਟ ਨੂੰ ਦੇਖਣ ਦਾ ਇੱਕ ਤਰੀਕਾ ਕੀ ਹੈ ਕਿ ਉਸ ਨੂੰ ਪੋਲੀਟੀਕਲ ਪੱਖੋਂ ਦੇਖਿਆ ਜਾਵੇ, ਪੋਲੀਟੀਕਲ ਪਰਸਪੈਕਟਿਵ ਨਾਲ ਦੇਖਿਆ ਜਾਵੇ। ਫੰਡਾਮੈਂਟਲ ਰਾਈਟ ਨੂੰ ਦੂਸਰਾ ਪਰਸਪੈਕਟਿਵ ਕੀ ਹੈ, ਕਲਰ ਬਦਲ ਲੈਂਦੇ ਹਾਂ, ਇਸ ਨੂੰ ਇਕਨੋਮਿਕਸ ਪੁਆਇੰਟ ਆਫ ਵਿਊ ਨਾਲ ਵੀ ਦੇਖਿਆ ਜਾ ਸਕਦਾ ਹੈ, ਕੀ ਇਸ ਨੂੰ ਹਿਸਟੋਰੀਕਲ ਪੁਆਇੰਟ ਆਫ ਵਿਊ ਨਾਲ ਵੀ ਦੇਖਿਆ ਜਾ ਸਕਦਾ ਹੈ, ਕੀ ਇਸ ਨੂੰ ਜਿਹੜਾ ਹੈ ਫਿਲਸੋਫਿਕਲ ਪੁਆਇੰਟ ਆਫ ਵਿਊ ਨਾਲ ਵੀ ਦੇਖਿਆ ਜਾ ਸਕਦਾ ਹੈ, ਕੀ ਇਸ ਨੂੰ ਸੋਸ਼ੀਓਲੋਜੀਕਲ ਪੁਆਇੰਟ ਆਫ ਵਿਊ ਨਾਲ ਵੀ ਦੇਖਿਆ ਜਾ ਸਕਦਾ ਹੈ। ਸੋ ਇੱਕ ਹੀ ਚੀਜ਼ ਨੂੰ ਕਿੰਨੇ ਪਰਸਪੈਕਟਿਵ ਨਾਲ ਦੇਖਿਆ ਜਾ ਸਕਦਾ ਹੈ। ਔਰ ਨਿਊ ਐਜੂਕੇਸ਼ਨ ਪੋਲਿਸੀ ਜਿਹਨੂੰ ਮਲਟੀ ਡਿਸਿਪਲਿਨਰੀ ਦੀ ਗੱਲ ਕਰ ਰਹੀ ਹੈ, ਇੰਟੀਗ੍ਰੇਟਡ ਟੀਚਿੰਗ ਦੀ ਗੱਲ ਕਰ ਰਹੀ ਹੈ, ਉਹੀ ਹੈ ਕਿ ਇੱਕ ਚੀਜ਼ ਨੂੰ ਵਿਭਿੰਨ ਪੱਖਾਂ ਤੋਂ ਦੇਖਿਆ ਜਾਵੇ। ਫੋਰ ਐਗਜ਼ਾਮਪਲ, ਤੁਸੀਂ ਪੋਲੀਟੀਕਲ ਸਾਇੰਸ ਦੇ ਟੀਚਰ ਹੋ ਅਤੇ ਫੰਡਾਮੈਂਟਲ ਰਾਈਟ ਟੀਚ ਕਰਨਾ ਹੈ, ਤੁਸੀਂ ਤਿੰਨ ਟੀਚਰਾਂ ਨੂੰ ਇਕਨੋਮਿਕਸ ਦੇ ਨੂੰ, ਫਿਲੋਸਫੀ, ਹਿਸਟਰੀ ਨੂੰ ਬੁਲਾ ਸਕਦੇ ਹੋ ਕਿ ਅੱਜ ਫੰਡਾਮੈਂਟਲ ਰਾਈਟ ਹੈ, ਤੁਸੀਂ ਆਪਣੇ ਪਰਸਪੈਕਟਿਵ ਤੋਂ ਡਿਸਕਸ ਹੋ। ਇਸ ਤਰ੍ਹਾਂ ਦੀ ਟੀਚਿੰਗ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਸੋ ਯੂਨੀਡਾਇਮੈਂਸ਼ਨ ਨੂੰ, ਇੱਥੇ ਮੈਂ ਯੂਨੀਡਾਇਮੈਂਸ਼ਨ ਦੇ ਸੰਦਰਭ ਵਿੱਚ ਇੱਕ ਦਿਸ਼ਾਵੀ ਹੈ ਨਾ, ਇੱਕ ਦਿਸ਼ਾਵੀ ਇੱਥੇ ਆਪਾਂ ਗਲਤ ਕਰਦਾ, ਕਿਉਂਕਿ ਇਹ ਵੀਕ ਹੈ, ਕਮਜ਼ੋਰ ਹੈ। ਵਿਦਿਆਰਥੀ ਨੂੰ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਅੰਕ ਪ੍ਰਾਪਤ, ਅੰਕ ਵੀਕ ਹੈ, ਅੰਕ ਜੇ ਇੱਥੇ ਆ ਗਿਆ, ਮੋਟੀਵੇਟ ਸਟੂਡੈਂਟ ਹਾਈ ਮਾਰਕਸ ਇਨ ਐਗਜ਼ਾਮ, ਮੋਟੀਵੇਟ ਠੀਕ ਹੈ, ਪੋਜ਼ਿਟਿਵ ਹੈ, ਓਕੇ, ਹਾਇਰ ਮਾਰਕਸ ਅਤੇ ਐਗਜ਼ਾਮੀਨੇਸ਼ਨ ਲਈ ਸਭ ਕੁਝ ਕਰਨਾ ਇਹ ਗਲਤ ਹੈ, ਵੀਕ ਹੈ। ਯੂਜ਼ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਟੂ ਐਕਸਪਲੇਨ ਦਾ ਕੰਸੈਪਟ, ਦੇਖੋ PPT ਯੂਜ਼ ਕਰਨਾ ਵਧੀਆ ਗੱਲ ਹੈ, ਤੁਹਾਨੂੰ ਇਹ ਨਹੀਂ ਪਤਾ, ਮੈਂ ਵੀ ਇਹ ਯੂਜ਼ ਕਰ ਰਿਹਾ PPT, ਜਾਂ ਯੂਟਿਊਬ ਵਾਲੇ ਵੀ ਕਰਦੇ ਨੇ। PPT ਵੀ ਇੱਕ ਪ੍ਰੈਜੈਂਟ ਕੰਟੈਂਟ ਨੂੰ ਕਰਨ ਵਾਲਾ ਔਰ ਟੀਚਰ ਡੋਮੀਨੇਟਡ ਨੋਰਮਲੀ ਇਹ ਬਣਦਾ ਹੈ, ਕੰਟੈਂਟ ਡੋਮੀਨੇਟਡ, ਟੀਚਰ ਡੋਮੀਨੇਟਡ, ਨੋਰਮਲ ਨੌਲੇਜ ਡੋਮੀਨੇਟਡ ਔਰ ਟ੍ਰਾਂਸਮਿਸ਼ਨ ਡੋਮੀਨੇਟਡ, ਟੈਕਸਟ ਬੁੱਕ ਡੋਮੀਨੇਟਡ। ਸੋ ਇਹ
ਤਿੰਨ ਜਿਹੜੇ ਪੰਜ ਸ਼ਬਦ ਮੈਂ ਬੋਲੇ ਆ ਇਹ ਪੂਅਰ ਜਾਂ ਗਲਤ ਮੰਨੇ ਜਾਂਦੇ ਆ ਅੱਜ ਦੀ ਟੀਚਿੰਗ ਲਰਨਿੰਗ 'ਚ, ਇਸ ਇਹ ਵੀ ਰਿਜੈਕਟ ਹੋ ਗਿਆ। ਪ੍ਰੋਵਾਈਡ ਓਪਰਚੁਨਿਟੀ ਫੋਰ ਡਿਸਕਸ਼ਨ, ਆਹ ਦੇਖੋ ਡਿਸਕਸ਼ਨ ਇੱਕ ਸ਼ਬਦ ਨਹੀਂ ਕਰਤਾ ਨਾ, ਡਿਸਕਸ਼ਨ ਦੇ ਵਿੱਚ ਕੀ ਹੈ, ਇੱਕ ਬੱਚਾ ਹੈ ਉਹ ਆਪਣੇ ਵਿਚਾਰ ਦੱਸਦਾ ਹੈ, ਦੂਸਰੇ ਬੱਚੇ ਨੂੰ ਦੱਸਦਾ ਹੈ, ਇਹਦੀ ਵੀ ਸੁਣੀ ਜਾਂਦੀ ਹੈ, ਇਹਦੀ ਵੀ ਸੁਣੀ ਜਾਂਦੀ ਹੈ, ਔਰ ਇਹਨਾਂ ਦੋਨਾਂ ਦੀ ਥਿੰਕਿੰਗ ਹੌਲੀ ਹੌਲੀ ਡਿਸਕਸ ਕਰਕੇ ਚੇਂਜ ਹੁੰਦੀ ਹੈ, ਜਿਸ ਨੂੰ ਇੰਟਰ ਸਬਜੈਕਟਿਵਿਟੀ ਕਹਿੰਦੇ ਹਨ। ਸੋ ਇੰਟਰ ਸਬਜੈਕਟਿਵਿਟੀ ਵਿਗਾਸਕੀ ਦਾ ਪ੍ਰਿੰਸੀਪਲ ਹੈ, ਜਿਹਦੇ ਨਾਲ ਬੈਟਰ ਥਿੰਕਿੰਗ, ਅਸੀਂ ਬੈਸਟ ਥਿੰਕਿੰਗ ਵੱਲ ਜਾਂਦੇ ਹਾਂ, ਔਰ ਦੋਨਾਂ ਦੀ ਥਿੰਕਿੰਗ ਇੰਪਰੂਵ ਹੋ ਰਹੀ ਹੈ। ਡਿਸਕਸ਼ਨ ਬਹੁਤ, ਦੈਟ ਇਜ਼ ਵਾਈ ਇਹਦੇ ਬੇਸ 'ਤੇ ਅਸੀਂ ਡਿਸਕਸ਼ਨ ਵਾਲਾ ਰਾਈਟ ਆਂਸਰ ਚੁਣ ਲਿਆ, ਕਿਹੜਾ ਡੀ ਆਂਸਰ ਇੱਥੇ ਬਿਲਕੁਲ ਰਾਈਟ ਚੁਣ ਲਿਆ ਹੈ ਬਿਨਾਂ ਕਿਸੇ ਸ਼ੱਕ ਦੇ। 50ਵਾਂ ਕੁਸ਼ਚਨ ਹੈ, ਇਨ ਕਲਾਸ ਦੇ ਆਰ ਆਰ ਸਮ ਸਟੂਡੈਂਟ ਹੂ ਕੀਪ ਔਨ ਆਸਕਿੰਗ ਕੁਸ਼ਚਨ ਇਨ ਕਲਾਸ, ਟੀਚਰ ਸ਼ੁੱਡ। ਕੁਝ 10ਵੀਂ ਕਲਾਸ ਵਿੱਚ ਹੈ, ਦੇਖਿਆ 10ਵੀਂ ਕਲਾਸ ਆ ਗਈ, 10ਵੀਂ ਕਲਾਸ ਵਿੱਚ ਬੀ ਐਡ ਲਈ ਇਹ ਕਲਾਸਾਂ ਹੀ ਜ਼ਰੂਰੀ ਨੇ। 10ਵੀਂ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਤਰ੍ਹਾਂ ਕੁਸ਼ਚਨ ਆਏ ਹੈ। 10ਵੀਂ ਜਮਾਤ ਵਿੱਚ ਕੁਝ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਜਮਾਤ ਵਿੱਚ ਸਵਾਲ ਪੁੱਛਦੇ ਰਹਿੰਦੇ ਹਨ, ਕੁਝ ਵਿਦਿਆਰਥੀ ਪੁੱਛਦੇ ਰਹਿੰਦੇ ਹਨ, ਕੀ ਕਰਨਾ ਚਾਹੀਦਾ ਟੀਚਰ ਨੂੰ? ਉਹਨਾਂ ਵਿਦਿਆਰਥੀਆਂ ਨੂੰ ਲੈਕਚਰ ਦੌਰਾਨ ਸਾਰੀ ਕਲਾਸ ਨੂੰ ਪਰੇਸ਼ਾਨ ਨਾ ਕਰਨ ਦੀ ਨਸੀਹਤ ਦਿੱਤੀ ਜਾਣੀ ਚਾਹੀਦੀ ਹੈ। ਇਹਦਾ ਮਤਲਬ ਹੈ ਕਿ ਤੁਸੀਂ ਉਹਨਾਂ ਦੇ ਕੁਐਸਚਨ ਨੂੰ, ਥਿੰਕਿੰਗ ਨੂੰ ਸਲੰਪ ਕਰ ਰਹੇ ਹੋ, ਡਾਊਨ ਕਰ ਰਹੇ ਹੋ। ਮੈਂ ਕੀ ਕਿਹਾ ਸੀ, ਥਿੰਕਿੰਗ ਨੂੰ ਡਾਊਨ ਨਹੀਂ ਕਰਨਾ, ਥਿੰਕਿੰਗ ਨੂੰ ਪ੍ਰਮੋਟ ਕਰਨਾ ਹੈ। ਲੈਕਚਰ ਦੇ ਦੌਰਾਨ ਕਲਾਸ ਨੂੰ ਪਰੇਸ਼ਾਨ ਨਾ ਕਰਨ ਦੀ ਨਸੀਹਤ ਦੇਣੀ ਹੈ। ਇਸ ਮਿੰਟ ਰੋਂਗ ਹੋ ਗਿਆ। ਉਹਨਾਂ ਵਿਦਿਆਰਥੀਆਂ ਨੂੰ ਸੁਤੰਤਰ ਤੌਰ 'ਤੇ ਜਵਾਬ ਲੱਭਣ ਲਈ ਉਤਸ਼ਾਹਿਤ ਕਰਨਾ, ਆਹ ਦੇਖੋ ਸੁਤੰਤਰ ਤੌਰ 'ਤੇ ਬੇਟਾ ਤੁਸੀਂ ਆਪਣੇ ਜਵਾਬ ਲੱਭੋ। ਉਹਦੇ ਨਾਲ ਕੀ ਹੈ ਕਿ ਉਹ ਡਿਫਰੈਂਟ ਰਿਸੋਰਸਿਸ, ਕੋਈ ਬੁੱਕ ਇਹ ਪੜ੍ਹੇਗਾ ਹੈ ਨਾ, ਕੋਈ ਯੂਟਿਊਬ ਚੈਨਲ 'ਤੇ ਜਾਏਗਾ, ਉਹ ਕੋਈ ਜਿਹੜਾ ਹੈ ਕਿਸੇ ਐਕਸਪਰਟ ਨਾਲ ਗੱਲ ਕਰੇਗਾ, ਐਕਸਪਰਟ ਲਾ ਲਓ ਟੀਚਰ ਨਾਲ ਗੱਲ ਕਰੇਗਾ, ਕੋਈ ਪੇਰੈਂਟਸ ਨਾਲ ਗੱਲ ਕਰੇਗਾ, ਔਰ ਕੋਈ ਜਿਹੜਾ ਹੈ ਨੈੱਟ ਸਰਚ ਕਰੇਗਾ ਹੈ ਨਾ, ਕਿੰਨੇ ਸੋਰਸ ਉਹ ਯੂਜ਼ ਕਰੇਗਾ, ਕਿੰਨੇ ਤਰ੍ਹਾਂ ਦੀ ਨੌਲੇਜ ਹੋਏਗੀ ਔਰ ਥਿੰਕਿੰਗ ਉਸਦੀ ਡਿਵੈਲਪ ਹੋਏਗੀ। ਮਲਟੀਪਲ ਸੋਰਸ ਯੂਜ਼ ਕਰਨੇ ਬੈਸਟ ਹੁੰਦੇ ਹਨ। ਸੋ ਇਸ ਨੂੰ ਰਾਈਟ ਆਂਸਰ ਦੇ ਤੌਰ 'ਤੇ ਹਜੇ ਤੱਕ ਰੱਖਦੇ ਹਾਂ। ਉਹਨਾਂ ਵਿਦਿਆਰਥੀਆਂ ਨੂੰ ਪ੍ਰਸ਼ਨ ਕਰਨਾ ਜਾਰੀ ਰੱਖਣ ਦੀ ਉਤਸ਼ਾਹ, ਬਸ ਪੁੱਛੀ ਜਾਓ ਪੁੱਛੀ ਜਾਓ, ਪ੍ਰਸ਼ਨ ਪੁੱਛ ਰਹੇ ਹਾਂ, ਉਹ ਪਹਿਲਾ ਸਟੈਪ ਸੀ ਥਿੰਕਿੰਗ ਦਾ, ਪਤਾ ਲੱਗ ਗਿਆ ਸੋਚ ਰਹੇ, ਲੇਕਿਨ ਹੁਣ ਅੱਗੇ ਉਸਨੂੰ ਥਿੰਕਿੰਗ ਨੂੰ ਡਿਵੈਲਪ ਕਰਨਾ ਹੈ, ਉਸ ਲਈ ਉਹਨਾਂ ਨੂੰ ਜਵਾਬ ਲੱਭਣ ਲਈ ਉਤਸ਼ਾਹਿਤ ਕਰਨਾ ਜ਼ਿਆਦਾ ਵਧੀਆ ਹੈ। ਬੀ ਰਾਈਟ ਬੈਸਟ ਆਂਸਰ ਹੈ। ਉਹਨਾਂ ਵਿਦਿਆਰਥੀਆਂ ਨੂੰ ਕਲਾਸ ਤੋਂ ਬਾਅਦ ਮਿਲਣ ਲਈ ਸਲਾਹ ਦੇਣੀ ਚਾਹੀਦੀ ਹੈ। ਨਹੀਂ ਠੀਕ ਹੈ, ਮਿਲਣ ਦੀ ਸਲਾਹ ਹੈ, ਪਰ ਇੱਥੇ ਪਤਾ ਨਹੀਂ ਸਲਾਹ ਵਿੱਚ ਕੀ ਕਰਨਾ ਹੈ, ਮਿਲ ਕੇ ਕੀ ਕਰਨਾ, ਵੇਗ ਹੈ, ਇਸ ਲਈ ਉਹਨੂੰ ਰਿਜੈਕਟ ਕਰਦੇ ਹਾਂ। ਉਹਨੇ ਵੈਰੀ ਫਸਟ ਡੇ ਕਲਾਸ ਟੀਚਰ, ਪਹਿਲੇ ਦਿਨ ਹੈ ਤੁਸੀਂ ਕਲਾਸ ਵਿੱਚ ਗਏ, ਬੀ ਐਡ ਦੇ ਇੰਟਰਨਸ਼ਿਪ 'ਚ ਹੈ, ਤੁਹਾਡੀ ਟੀਚਿੰਗ ਪ੍ਰੈਕਟਿਸ ਲੱਗਦੀ ਹੈ ਜਾਂ ਇੰਟਰਨਸ਼ਿਪ ਲੱਗਦੀ ਹੈ, ਇੱਕ ਸਕੂਲ 'ਚ ਜਾਂਦੇ ਹੋ, ਪਹਿਲੇ ਦਿਨ ਕਲਾਸ 'ਚ ਜਾਂਦੇ ਹੋ, ਕੀ ਕਰਨਾ ਚਾਹੀਦਾ ਹੈ? ਐਕਸਪਲੇਨ ਦਾ ਰੂਲ ਐਂਡ ਰੈਗੂਲੇਸ਼ਨ ਆਫ ਦ ਸਕੂਲ ਆਫ ਦ ਸਟੂਡੈਂਟ, ਹੈ ਨਾ, ਪਹਿਲੇ ਦਿਨ ਰੂਲ ਦੱਸਣ ਲੱਗ ਪਓਗੇ, ਅਜੀਬ ਗੱਲ ਹੈ। ਪਹਿਲਾਂ ਰਿਸ਼ਤਾ ਤਾਂ ਬਣਾ ਲਓ, ਇੱਕ ਦੂਜੇ ਨੂੰ ਸਮਝ ਤਾਂ ਲਈਏ, ਸਭ ਤੋਂ ਪਹਿਲਾਂ ਸਮਝਣਾ ਹੁੰਦਾ ਹੈ, ਜਿਸ ਤਰ੍ਹਾਂ ਕੌਂਸਲਿੰਗ 'ਚ ਵੀ, ਹੈ ਨਾ। ਇੰਟਰੋਡਿਊਸ ਹਿਮਸੈਲਫ ਐਂਡ ਆਸਕ ਦ ਸਟੂਡੈਂਟ ਟੂ ਡੂ ਦ ਸੇਮ, ਆਪਣੀ ਜਾਣ ਪਛਾਣ ਕਰਵਾਏ ਅਤੇ ਵਿਦਿਆਰਥੀਆਂ ਨੂੰ ਵੀ ਅਜਿਹਾ ਕਰਨ ਲਈ ਕਹੇ, ਚਲੋ ਮੈਂ ਇਹ ਹਾਂ, ਇਹ ਹੈ ਮੇਰੀ ਬੈਕਗਰਾਊਂਡ ਹੈ, ਮੈਂ ਆਹ ਸਬਜੈਕਟ ਹੈ ਔਰ ਮੇਰੇ ਇੱਦਾਂ ਦੇ ਇੰਟਰਸਟ ਹੈ, ਮੈਂ ਆਹ ਚੀਜ਼ਾਂ ਮੇਰੀਆਂ ਹੋਬੀ ਹੈ, ਮੈਂ ਇੱਦਾਂ ਬੜਾ ਅੱਛਾ ਲਰਨ ਕਰਦਾ। ਇੰਟਰੋਡਕਸ਼ਨ ਕੁਛ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਟੀਚਰ ਨੇ ਦੇਣੀ ਹੈ। ਇੱਦਾਂ ਹੀ ਬੱਚੇ ਨੂੰ ਪੁੱਛਿਆ ਜਾਵੇ, ਬੇਟਾ ਤੁਹਾਡੀ ਕੀ ਹੋਬੀ ਹੈ, ਤੁਸੀਂ ਲਰਨਿੰਗ ਸਭ ਤੋਂ ਜ਼ਿਆਦਾ ਅੱਛੀ ਤਰ੍ਹਾਂ ਕਿੱਦਾਂ ਕਰਦੇ ਹੋ, ਤੁਹਾਡੀਆਂ ਜਿਹੜੀਆਂ ਖੂਬੀਆਂ ਕੀ ਹੈ। ਇੰਟਰੋਡਕਸ਼ਨ 'ਚ ਪੋਜ਼ਿਟਿਵ 'ਤੇ ਜ਼ਿਆਦਾ ਫੋਕਸ ਕੀਤਾ ਜਾਵੇ, ਪ੍ਰੋਬਲਮ 'ਤੇ ਇਕੱਲੇ ਇਕੱਲੇ ਨਾਲ, ਇਹ ਵੀ ਕੁਐਸਚਨ ਹੈ। ਨੈਕਸਟ ਹੈ ਕਿ ਇਹ ਬੈਸਟ ਬਣ ਗਿਆ ਅਜੇ ਤੱਕ ਦਾ, ਵਿਦਿਆਰਥੀਆਂ ਨਾਲ ਪਾਠਕ੍ਰਮ ਦੀ, ਚਲੋ ਜੀ ਪੜ੍ਹਨਾ ਸ਼ੁਰੂ ਕਰੀਏ ਜਾਂ ਪਾਠਕ੍ਰਮ ਦੀ ਗੱਲ ਕਰੀਏ, ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਈਏ, ਨਹੀਂ, ਇੰਟਰੋਡਕਸ਼ਨ ਕਰਨੀ ਸਭ ਤੋਂ ਪਹਿਲਾਂ, ਪਹਿਲਾ ਕੰਮ ਇਹ ਹੋਏਗਾ, ਬੈਸਟ ਹੈ। 52ਵਾਂ ਕੁਸ਼ਚਨ ਹੈ ਸਾਡੇ ਕੋਲ, ਵਾਈਲ ਟੀਚਿੰਗ ਏ ਕੰਸੈਪਟ ਸਕੁਏਅਰ
ਟੂ ਸਟੂਡੈਂਟ ਬੈਸਟ ਵੇ ਟੂ ਡੂ ਇਟ ਇਜ਼ ਦੈਟ ਦਾ ਟੀਚਰ ਸ਼ੁੱਡ ਵਿਦਿਆਰਥੀਆਂ ਨੂੰ ਵਰਗ ਸਮਝਾਉਣਾ ਹੈ ਦਾ ਸਮਝਾਉਂਦੇ ਸਮੇਂ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਧਿਆਪਕ ਨੂੰ ਚਾਹੀਦਾ ਹੈ ਕਲਾਸ ਵਿੱਚ ਵਰਗ ਦਾ ਭਾਸ਼ਣ ਦੇਵੇ। ਦੇਖੋ ਮੈਂ ਇਹ ਅੱਗੇ ਵੀ ਕਿਹਾ ਸੀ, ਭਾਸ਼ਣ ਜਿਹੜਾ ਹੈ ਇਹ ਵਨ ਸਾਈਡਡ ਹੈ, ਇਹ ਰਹਾ ਇਹ ਓਕੇ, ਇਹ ਤੁਸੀਂ ਦਿੱਤਾ ਭਾਸ਼ਣ ਇਹਨੂੰ, ਇਹ ਬੋਲੀ ਜਾ ਰਹੇ ਸੁਣੀ ਜਾ ਰਹੇ ਆ, ਤਾਂ ਇਹ ਬੋਰ ਹੋ ਰਹੇ ਆ, ਬੋਰ ਹੋ ਰਹੇ ਆ ਬਹੁਤ, ਹੈ ਨਾ। ਇਹ ਵਨ ਸਾਈਡਡ ਜਿਹੜੀ ਅਪਰੋਚ ਹੈ ਟੀਚਿੰਗ ਦੀ ਉਹ ਗਲਤ ਹੈ, ਪੂਅਰ ਹੈ, ਔਰ ਟੂ ਸਾਈਡਡ ਬੈਸਟ ਹੈ ਵੀ ਇਹ ਵੀ ਬੋਲੇ ਇਹ ਵੀ ਸੁਣੇ, ਜਾਂ ਮਲਟੀਪਲ ਕਿ ਇਹ ਵੀ ਬੋਲੇ ਇਹ ਵੀ ਸੁਣੇ, ਇਹ ਵੀ ਬੋਲੇ ਇਹ ਵੀ ਸੁਣੇ, ਇਹ ਵਾਲੀ ਬੈਸਟ ਹੈ। ਸੋ ਇੱਥੇ ਇਹ ਰਿਜੈਕਟ ਹੋ ਗਈ। ਕਲਾਸ ਵਿੱਚ ਵਰਗ ਦੇ ਭਾਸ਼ਣ ਦੇਣਾ, ਕਲਾਸ ਵਿੱਚ ਇੱਕ ਵਰਗ ਦੀ ਤਸਵੀਰ ਪੇਸ਼ ਕਰਨਾ, ਆਹ ਦੇਖੋ ਵੀ ਵਰਗ ਹੁੰਦਾ ਆ, ਦੇਖ ਲਓ ਇੱਕ, ਠੀਕ ਹੈ ਕਿ ਡੈਮੋਸਟ੍ਰੇਸ਼ਨ ਹੋ ਗਈ ਹੈ, ਭਾਸ਼ਣ ਨਾਲੋਂ ਇਹ ਬੈਟਰ ਹੈ, ਲੇਕਿਨ ਡਿਸਕਸ, ਆਹ ਦੇਖੋ ਫਿਰ ਡਿਸਕਸ ਆ ਗਿਆ, ਜਿੱਥੇ ਡਿਸਕਸ ਆ ਗਿਆ ਉੱਥੇ ਬੈਸਟ ਬਣ ਗਿਆ। ਐਂਡ ਪ੍ਰੈਜੈਂਟ ਅ ਪਿਕਚਰ ਆਫ ਸਕੇਅਰ ਐਂਡ ਅਦਰ ਗ੍ਰਾਮੈਟੀਕਲ ਫਿਗਰਸ, ਡਿਸਕਸ ਕੀਤਾ, ਪ੍ਰੈਜੈਂਟ ਪਿਕਚਰ ਕੀਤੀ ਸਕੇਅਰ ਦੀ, ਔਰ ਨਾਲ ਲੱਗਦੀਆਂ ਹੋਰ ਤਸਵੀਰਾਂ, ਮੰਨ ਲਓ ਇੱਕ ਇਹ ਦਿੱਤੀ, ਇੱਕ ਰੈਕਟੈਂਗਲ ਇਹ ਦਿੱਤਾ, ਇੱਕ ਇਹ ਵਾਲੀ ਤਸਵੀਰ ਦਿੱਤੀ, ਇਸ ਤਰ੍ਹਾਂ। ਹਾਂ, ਪ੍ਰੈਜੈਂਟ ਅ ਪਿਕਚਰ ਆਫ ਸਕੇਅਰ ਐਂਡ ਆਸਕ ਦਾ ਸਟੂਡੈਂਟ ਟੂ ਡਰਾ ਇਟ, ਹੁਣ ਬੈਸਟ ਕਿਹੜਾ ਹੈ ਇਹਦੇ ਵਿੱਚ, ਜਿਹਦੇ ਵਿੱਚ ਜ਼ਿਆਦਾ ਐਕਟੀਵਿਟੀ ਹੋ ਰਹੀ ਆ ਉਹਦੇ ਬੇਸ 'ਤੇ ਵੀ ਤੁਸੀਂ ਰਾਈਟ ਆਂਸਰ ਸੋਚ ਸਕਦੇ ਹੋ। ਜਦੋਂ ਤੁਸੀਂ ਬੱਚੇ ਨੂੰ ਇਹ ਹੈ ਉਹਨੂੰ ਡਰਾ ਕਰਨ ਲਈ ਕਿਹਾ ਹੈ ਕਿ ਇਸ ਨੂੰ ਡਰਾ ਕਰ, ਹੈ ਨਾ, ਤਾਂ ਉਹ ਲਰਨ ਤਾਂ ਕਰ ਰਿਹਾ ਹੈ, ਲੇਕਿਨ ਕੁਛ ਡਿਸਕਸ ਨਹੀਂ ਹੋਇਆ ਇਹ ਕੀ ਹੈ। ਫੋਰ ਐਗਜ਼ਾਮਪਲ ਡਿਸਕਸ਼ਨ ਵਿੱਚ ਹੈ, ਅੱਛਾ ਇਹਦੇ ਵਿੱਚੋਂ ਚਾਰ ਭੁਜਾਵਾਂ ਵਾਲੇ ਕਿੰਨੇ ਹਨ, ਤਿੰਨ ਭੁਜਾਵਾਂ ਵਾਲੇ ਕਿੰਨੇ ਹਨ, ਕੋਨੇ ਦੇਖੋ ਲੱਭੋ, ਅੱਛਾ ਇੱਕ ਦੂਜੇ ਨੂੰ ਦੱਸੋ, ਅੱਛਾ ਤਾਂ ਫਿਰ ਮੈਂ ਆਹ ਪਿਕਚਰ ਦਿਖਾਉਣਾ। ਹੁਣ ਗੱਲਾਂ ਜਿਹੜੀਆਂ ਹਨ ਦੋ ਤਰਫੀਆਂ ਵੀ ਹੋ ਰਹੀਆਂ ਹਨ, ਪਿਕਚਰ ਵੀ ਦਿਖਾਈ ਜਾ ਰਹੀ ਆ, ਇਹ ਜ਼ਿਆਦਾ ਕੁਛ ਇਹਦੇ ਵਿੱਚ ਹੋ ਰਿਹਾ ਹੈ। ਇਹਦੇ ਵਿੱਚ ਡੈਮੋਸਟ੍ਰੇਸ਼ਨ ਵੀ ਹੈ, ਅੱਖਾਂ ਦਾ ਪ੍ਰਯੋਗ ਵੀ ਹੈ, ਦਿਮਾਗ ਦਾ ਪ੍ਰਯੋਗ ਵੀ ਹੈ, ਔਰ ਮਲਟੀ ਸੈਂਸਰੀ ਹੋ ਗਿਆ ਨਾ, ਜ਼ੁਬਾਨ ਦਾ ਪ੍ਰਯੋਗ ਵੀ ਹੈ। ਦੈਟ ਇਜ਼ ਵਾਈ ਇਸ ਨੂੰ ਰਾਈਟ ਆਂਸਰ ਦੇ ਤੌਰ 'ਤੇ ਅਸੀਂ ਪ੍ਰੈਫਰ ਕਰਾਂਗੇ ਮਲਟੀ ਸੈਂਸਰੀ ਅਪਰੋਚ ਦੇ ਬੇਸ 'ਤੇ। ਨੈਕਸਟ ਹੈ 53, ਇਹ ਡਾਇਆਗ੍ਰਾਮ ਸਪੀਕਸ ਮੋਰ ਦੈਨ 100 ਵਰਡਸ, ਇਹ ਸਟੇਟਮੈਂਟ ਮੀਨਸ ਦੈਟ ਦਾ ਟੀਚਰ ਸ਼ੁੱਡ ਯੂਜ਼, ਇਹ ਕੁਸ਼ਚਨ ਬੜੀ ਵਾਰ ਰਿਪੀਟ ਹੋਇਆ ਹੈ ਪਿਛਲੇ 3-4 ਸਾਲਾਂ ਤੋਂ ਆ ਰਿਹਾ ਹੈ ਬਾਰ ਬਾਰ। ਸੋ ਇਹ ਇੱਕ ਮੈਟਾਫਰ ਦੇ ਤੌਰ 'ਤੇ ਯੂਜ਼ ਹੋ ਰਿਹਾ ਹੈ, ਇੱਕ ਰੇਖਾ ਚਿੱਤਰ 100 ਸ਼ਬਦਾਂ ਤੋਂ ਵੱਧ ਬੋਲਦੇ ਹਨ। ਇਸ ਕਥਨ ਦੇ ਅਨੁਸਾਰ ਅਧਿਆਪਕ ਨੂੰ ਕੀ ਚਾਹੀਦਾ ਹੈ, ਅਧਿਆਪਕ ਵਿੱਚ ਰੇਖਾ ਚਿੱਤਰ ਦੀ ਵਰਤੋਂ ਕਰੇ। ਸੋ ਜਦੋਂ ਮੈਟਾਫਰ ਯੂਜ਼ ਹੁੰਦਾ ਹੈ ਸੇਮ ਮੀਨਿੰਗ ਨਹੀਂ ਲਈ ਜਾਂਦੇ, ਡਾਇਆਗ੍ਰਾਮ ਦਾ ਮਤਲਬ ਇੱਥੇ ਡਾਇਆਗ੍ਰਾਮ ਸਿਰਫ ਨਹੀਂ ਲਿਆ ਜਾਏਗਾ, ਕਿੱਥੇ ਹੈ ਡਾਇਆਗ੍ਰਾਮ ਯੂਜ਼, ਹੈ ਨਾ, ਇਹ ਗਲਤ ਹੋ ਗਿਆ। ਯੂਜ਼ ਟੀਚਿੰਗ ਏਡ ਹੈ, ਇਹਦਾ ਮਤਲਬ ਹੈ ਡਾਇਆਗ੍ਰਾਮ ਰੀਪ੍ਰਜੈਂਟ ਕਿਹਨੂੰ ਕਰ ਰਿਹਾ ਇੱਥੇ, ਟੀਚਿੰਗ ਏਡ ਨੂੰ, ਇਹ ਬੈਟਰ ਹੈ, ਹੈ ਨਾ। ਸਪੀਕ ਮੋਰ ਐਂਡ ਮੋਰ ਇਨ ਕਲਾਸ, ਇੱਥੇ ਸਪੀਕਰ ਨੂੰ ਨਹੀਂ ਕਿਹਾ, ਜ਼ਿਆਦਾ ਜ਼ਿਆਦਾ ਤਾਂ ਬੋਲਣਾ ਹੈ ਹੀ ਨਹੀਂ ਹੈ, ਜ਼ਿਆਦਾ ਟੀਚਰ ਵਧੀਆ ਕੀ ਹੈ, ਜਿਸ ਨੇ ਮਟੀਰੀਅਲ ਦਿੰਦਾ ਹੈ, ਗੋਲ ਸੈੱਟ ਕਰਵਾਉਂਦਾ ਹੈ, ਇੰਟਰੈਕਟ ਕਰਵਾਉਂਦਾ ਹੈ, ਡਿਸਕਸ਼ਨ ਕਰਵਾਉਂਦਾ ਹੈ, ਔਰ ਬੱਚਿਆਂ ਨੂੰ ਜਿੱਥੇ ਪ੍ਰੋਬਲਮ ਆਉਂਦੀ ਉੱਥੇ ਫੈਸਿਲੀਟੇਟ ਕਰਦਾ ਹੈ, ਇਹ ਬੈਸਟ ਟੀਚਿੰਗ ਹੈ। ਮੈਂ ਇੱਕ ਵੀਡੀਓ ਦਿਖਾਵਾਂਗਾ ਜਿਹੜੀ ਬੈਸਟ ਟੀਚਿੰਗ ਦੀ ਹੈ, ਉਸਦੇ ਬੇਸ 'ਤੇ ਤੁਸੀਂ ਇਹ ਕੁਸ਼ਚਨ ਸੋਲਵ ਕਰ ਸਕਦੇ ਹੋ। ਨੋਟ ਸਪੀਕ ਟੂ ਮੱਚ ਇਨ ਕਲਾਸ, ਨਹੀਂ ਇਹ ਤਾਂ ਨੀਡ ਦੇ ਮੁਤਾਬਕ ਹੈ, ਸੋ ਇਹ ਗਲਤ ਹੋ ਗਿਆ। ਯੂਜ਼ ਟੀਚਿੰਗ ਏਡ ਇਨ ਦੀ ਕਲਾਸ, ਇਹ ਬੈਸਟ ਹੋ ਗਿਆ ਇਸਦਾ ਆਂਸਰ। 54th ਹੈ, ਵਿਚ ਆਫ ਦੀ ਫੋਲੋਇੰਗ ਫੈਕਟਰ ਡਜ਼ ਨੋਟ ਇੰਪੈਕਟ ਟੀਚਿੰਗ, ਲਰਨਿੰਗ ਥਰੂ ਐਕਸਪੀਰੀਅੰਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਐਕਸਪੀਰੀਅੰਸ ਸ਼ਬਦ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਟੀਚਰਸ ਨੌਲੇਜ ਬਹੁਤ ਜ਼ਿਆਦਾ, ਸੋਸ਼ੋ ਇਕਨੋਮਿਕ ਬੈਕਗਰਾਊਂਡ ਆਫ ਦ ਟੀਚਰ ਐਂਡ ਸਟੂਡੈਂਟ ਇੰਪੋਰਟੈਂਟ ਹੈ,
ਅਜੇ ਤੱਕ ਕਲਾਸਰੂਮ ਐਕਟੀਵਿਟੀ ਦੈਟ ਐਨਕਰੇਜ ਲਰਨਿੰਗ, ਇਹ ਵੀ ਹੈ, ਇਹ ਤਾਂ ਸਾਰੇ ਠੀਕ ਹੋ ਗਏ, ਹੁਣ ਇਹਦਾ ਮਤਲਬ ਹੈ ਵੀਕ ਲੱਭਣਾ ਪਏਗਾ। ਵਿਚ ਆਫ ਦੀ ਫੋਲੋਇੰਗ ਫੈਕਟਰ ਡਜ਼ ਨੋਟ ਇੰਪੈਕਟ ਟੀਚਿੰਗ, ਮੈਂ ਲਰਨਿੰਗਸ ਦੇਖ ਰਿਹਾ ਸੀ, ਟੀਚਿੰਗ ਹੈ, ਇਹ ਟੀਚਰ ਦਾ ਆਸਪੈਕਟ ਆ ਗਿਆ, ਟੀਚਿੰਗ ਹੈ, ਲਰਨਰ ਹੈ, ਲਰਨਿੰਗ ਦਾ ਸਟੂਡੈਂਟ ਦਾ ਆਸਪੈਕਟ ਆ ਗਿਆ, ਟੀਚਰ ਦੀ ਨੌਲੇਜ ਇਹ ਬਿਲਕੁਲ ਕਰੇਗੀ, ਡਬਲ ਟਿੱਕ ਆ ਗਿਆ, ਜਿਹੜਾ ਹੈ ਲਰਨਿੰਗ ਥਰੂ ਐਕਸਪੀਰੀਅੰਸ, ਬਿਲਕੁਲ ਟੀਚਿੰਗ ਜਿਹੜੀ ਹੈ ਐਕਸਪੀਰੀਅੰਸ ਦੇ ਜ਼ਰੀਏ ਕਰਵਾਈ ਜਾਵੇ, ਬੱਚਿਆਂ ਨੂੰ ਐਕਸਪੀਰੀਅੰਸ ਦਿੱਤਾ ਜਾਵੇ, ਇਹ ਦੋ ਠੀਕ ਹੋ ਗਏ, ਇੱਕ ਦੋ। ਕਲਾਸਰੂਮ ਐਕਟੀਵਿਟੀਜ਼ ਦੈਟ ਅਨ ਕਰੇ, ਬਿਲਕੁਲ ਰਾਈਟ ਆਨਸਰ ਆਹ ਬਣ ਰਿਹਾ, ਸੋਸ਼ੋ ਇਕਨੋਮੀ ਵੀਕ ਹੈ, ਵੀਕ ਹੈ, ਸੋਸ਼ੋ ਇਕਨੋਮਿਕ ਬੈਕਗਰਾਊਂਡ ਆਫ ਦੇ ਟੀਚਰਸ ਐਂਡ ਸਟੂਡੈਂਟਸ, ਕਿ ਅਮੀਰ ਗਰੀਬ ਹੈ ਉਹ ਟੀਚਿੰਗ ਨੂੰ ਇਹ ਵਾਲਾ ਫੈਕਟਰ ਪ੍ਰਭਾਵਿਤ ਕਰੇ, ਇਹ ਨਹੀਂ ਹੈ, ਇਸ ਲਈ ਰਾਈਟ ਆਨਸਰ ਅਸੀਂ ਚੁਣ ਰਹੇ ਹਾਂ ਸੀ ਨੂੰ। ਅੱਛਾ, ਟੂ ਪ੍ਰਮੋਟ ਲਰਨਿੰਗ ਅਮੰਗਸਟ ਸਟੂਡੈਂਟ ਏ ਟੀਚਰ ਸ਼ੁੱਡ, ਵਿਦਿਆਰਥੀਆਂ ਵਿੱਚ ਸਿੱਖਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਧਿਆਪਕ ਨੂੰ ਚਾਹੀਦਾ ਹੈ ਜਮਾਤ ਵਿੱਚ ਵੱਧ ਤੋਂ ਵੱਧ ਸਵਾਲ ਪੁੱਛੇ, ਪ੍ਰਮੋਟ ਲਰਨਿੰਗ, ਸਿਰਫ ਸਵਾਲ ਪੁੱਛਣਾ ਕਾਫੀ ਨਹੀਂ ਹੈ, ਅੱਛੀ ਗੱਲ ਹੈ ਲੇਕਿਨ ਕਾਫੀ ਨਹੀਂ ਹੈ। ਗਿਵ ਆਨਸਰ ਵਿੱਚ ਕੈਨੋਟ ਬੀ ਕੁਐਸਚਨ ਬਾਏ ਦਾ ਸਟੂਡੈਂਟ, ਉਹ ਸਵਾਲਾਂ ਦਾ ਜਵਾਬ ਦੇਣਾ, ਅਜਿਹੇ ਸਵਾਲਾਂ ਦਾ ਜਵਾਬ ਦੇਵੇ ਬਾਰੇ ਦੱਸੇ ਜੋ ਵਿਦਿਆਰਥੀ ਪ੍ਰਸ਼ਨ ਨਾ ਉਠਾ ਸਕਣ, ਇਹ ਗੱਲ ਹੀ ਨਹੀਂ, ਰੀਅਲਿਸਟਿਕ ਨਹੀਂ ਹੈ, ਜੋ ਬੱਚਿਆਂ ਦਾ ਲੈਵਲ ਹੈ ਜਿੱਦਾਂ ਦੇ ਉਹਨਾਂ ਦੇ ਕੁਐਸਚਨ ਹੈ ਉਸ ਤਰ੍ਹਾਂ ਦੇ ਹੀ ਜਵਾਬ ਦਿੱਤੇ, ਡਿਸਕਸ਼ਨ ਹੋਣੀ ਚਾਹੀਦੀ ਹੈ, ਜਵਾਬ ਦਿੱਤੇ ਜਾਣੇ ਚਾਹੀਦੇ ਹੈ, ਗਲਤ ਹੋ ਗਿਆ। ਵਿਦਿਆਰਥੀਆਂ ਨੂੰ ਅਰਥਪੂਰਨ ਸਵਾਲ ਪੁੱਛੇ, ਇਹ ਜ਼ਿਆਦਾ ਜ਼ਰੂਰੀ ਹੈ, ਇਹ ਮੀਨਿੰਗਫੁੱਲ, ਆਸਕ ਤਾਂ ਹੈ ਹੀ ਹੈ ਲੇਕਿਨ ਮੀਨਿੰਗਫੁੱਲ ਨੇ ਵੱਡਾ ਕਰ ਦਿੱਤਾ ਇਸ ਨੂੰ। ਆਸਕ ਦਾ ਕੁਐਸਚਨ ਵਿੱਚ ਕੈਨ ਬੀ ਆਨਸਰਡ ਬਾਏ ਦਾ ਸਟੂਡੈਂਟ, ਨੋ, ਮੀਨਿੰਗਫੁੱਲ ਵਰਡ ਨੇ ਰਾਈਟ ਆਨਸਰ ਤੁਹਾਨੂੰ ਈਜ਼ੀ, ਬਹੁਤ ਈਜ਼ੀ ਕਰ ਦਿੱਤਾ। ਸੋ ਇਹਨਾਂ ਸ਼ਬਦਾਂ ਤੋਂ ਵੀ ਤੁਸੀਂ ਲੱਭ ਸਕਦੇ ਹੋ। ਇਨ ਏ ਕਲਾਸਰੂਮ ਇੰਟਰੈਕਸ਼ਨ ਬਿਟਵੀਨ ਟੀਚਰ ਐਂਡ ਸਟੂਡੈਂਟ ਸ਼ੁੱਡ ਜਨਰੇਟ ਕੰਟਰੋਵਰਸੀ, ਵਿਵਾਦ, ਵਿਰੋਧ, ਇਨਫੋਰਮੇਸ਼ਨ, ਜਾਣਕਾਰੀ, ਗਾਰਗੋਮ ਆਈਡੀਆਜ਼ ਬੈਸਟ ਵਿਚਾਰ। ਸੋ ਇਹਨਾਂ ਦੀਆਂ ਡੈਫੀਨੇਸ਼ਨਾਂ, ਇਹ ਵਿਰੋਧ ਵਾਲੀ ਚੀਜ਼ ਹੈ, ਜਾਣਕਾਰੀ ਲੋਅਰ ਵਾਲੀ ਚੀਜ਼ ਹੈ, ਇਨਫੋਰਮੇਸ਼ਨ ਹੁੰਦੀ ਹੈ ਡਾਟਾ ਅਤੇ ਇਨਫੋਰਮੇਸ਼ਨ ਜਿਹਦੇ ਵਿੱਚ ਹਜੇ ਮੀਨਿੰਗ ਨਹੀਂ ਭਰੇਗਾ, ਠੀਕ। ਆਈਡੀਆਜ਼ ਜਿਹੜੇ ਹੈ ਉਹ ਕ੍ਰੀਏਟਿਵ ਆਈਡੀਆਜ਼ ਵੀ ਹੋ ਸਕਦੇ ਆ, ਐਨ ਆਈਡੀਆ ਕੈਨ ਚੇਂਜ ਯੂਅਰ ਲਾਈਫ, ਸੇਵ ਯੂਅਰ ਲਾਈਫ, ਪ੍ਰਮੋਟ ਯੂਅਰ ਲਾਈਫ, ਇਹ ਗੱਲ ਠੀਕ ਹੈ। ਸੋ ਵਿਚਾਰ ਨੌਲੇਜ ਤੋਂ, ਵਿਜ਼ਡਮ ਤੋਂ ਆਉਂਦੇ ਬਣਦੇ ਨੇ, ਆਰਗੂਮੈਂਟ ਵੀ ਵਿਰੋਧ ਹੈ, ਕੰਟਰੋਵਰਸੀ ਹੈ, ਵਿਰੋਧ ਵਿਚਾਰ ਨੇ। ਸੋ ਰਾਈਟ ਆਨਸਰ ਆਪਾਂ ਲਾਇਆ ਹੈ ਜਿਹੜਾ ਹੈ ਆਈਡੀਆਜ਼। ਮਿਸਟਰ ਅਨਿਲ 10th ਏ ਕਲਾਸ ਸੈਕਸ਼ਨ ਵੀ ਦੱਸਿਆ ਵੀ ਓਬਜ਼ਰਵ ਦੈਟ ਵਨ ਆਫ ਏ ਸਟੂਡੈਂਟ ਇਜ਼ ਡਿਪਰੈਸਡ, ਫਸਟ ਆਫ ਆਲ ਮਿਸਟਰ ਅਨਿਲ ਛੁੱਡ, ਇੱਕ ਟੀਚਰ ਹੈ, ਉਸਨੇ ਦੇਖਿਆ ਕਿ ਉਹਦਾ ਇੱਕ ਵਿਦਿਆਰਥੀ ਜਿਹੜਾ ਉਦਾਸ ਹੈ, ਡਿਪਰੈਸ਼ਨ, ਉਦਾਸ, ਤਾਂ ਸਭ ਤੋਂ ਪਹਿਲਾਂ ਉਹਨੂੰ ਕੀ ਕਰਨਾ ਚਾਹੀਦਾ, ਇਸ ਵਿਦਿਆਰਥੀ ਬਾਰੇ ਸਕੂਲ ਦੇ ਪ੍ਰਿੰਸੀਪਲ ਨੂੰ ਸੂਚਿਤ ਕਰੇ। ਹੁਣ ਕੀ ਕੀਤਾ, ਦੂਜੇ 'ਤੇ ਗੱਲ ਸੁੱਟਣ ਚਲੇ ਗਏ ਆ ਤੁਸੀਂ, ਨਹੀਂ ਅਜਿਹਾ ਕਰਨਾ। ਕਾਲ ਹਿਜ਼ ਪੇਰੈਂਟਸ ਟੂ ਦਾ ਸਟੂਡੈਂਟਸ ਐਂਡ ਡਿਸਕਸ ਦਾ ਮੈਟਰ, ਇੱਥੇ ਡਿਸਕਸ ਮੈਟਰ ਹੋਰ ਕੁਛ ਹੈ, ਕਲਾਸਰੂਮ ਡਿਸਕਸ਼ਨ ਦੀ ਗੱਲ ਨਹੀਂ ਹੋ ਰਹੀ ਹੈ ਇੱਥੇ, ਉਹ ਨਹੀਂ ਸਮਝ ਲੈਣਾ। ਹਾਂ, ਪੇਰੈਂਟਸ ਨੂੰ ਬੁਲਾ ਰਹੇ ਹਾਂ, ਫਿਰ ਦੂਜੇ 'ਤੇ ਸੁੱਟ ਰਹੇ ਹਾਂ। ਆਸ ਦਾ ਸਟੂਡੈਂਟ ਟੂ ਵਿਜ਼ਿਟ ਦਾ ਸਕੂਲ ਕਾਊਂਸਲਰ, ਆਸ ਦਾ ਸਟੂਡੈਂਟ ਦਾ ਰੀਜ਼ਨ ਫੋਰ ਹਿਜ਼ ਡਿਪਰੈਸ਼ਨ, ਆਹ ਬੈਸਟ ਹੈ, ਰੀਜ਼ਨ ਫਾਊਂਡ ਆਊਟ ਕਰ ਰਹੇ ਹਾਂ। ਇਹਦੇ ਵਿੱਚ ਤੁਸੀਂ ਸ਼ਾਮਿਲ ਹੋ, ਤੁਸੀਂ ਇੱਕ ਮਾਪੇ ਬਣ ਕੇ, ਪੇਰੈਂਟ ਬਣ ਕੇ, ਫਰੈਂਡ ਬਣ ਕੇ, ਉਹਨਾਂ ਦਾ ਦੋਸਤ ਬਣ ਕੇ ਰੀਜ਼ਨ ਫਾਇੰਡ ਆਊਟ ਕਰ ਰਹੇ ਹਾਂ, ਦਿਸ ਇਜ਼ ਗੁੱਡ ਫਸਟ ਸਟੈਪ, ਕਿਉਂ ਸ਼ਾਇਦ ਤੁਸੀਂ ਹੀ ਪ੍ਰੋਬਲਮ ਨੂੰ ਸੋਲਵ ਕਰ ਲਓ, ਹੈ ਨਾ। ਇੱਥੇ ਹੈ ਕਿ ਸਕੂਲ ਦਾ ਸਲਾਹਕਾਰ ਨੂੰ ਮਿਲਣ, ਇਹ ਇੱਥੇ ਕੀ ਹੈ, ਡੀ ਹੈ, ਵਿਦਿਆਰਥੀ ਨੂੰ ਉਸਦੀ ਉਦਾਸੀ ਦਾ ਕਾਰਨ ਪੁੱਛੇ। ਨੈਕਸਟ ਹੈ, ਵਿੱਚ ਵਨ ਆਫ ਦੀ ਫੋਲੋਇੰਗ ਕੇਸਿਸ ਦਾ ਸਟੂਡੈਂਟਸ ਨੀਡ ਕਾਊਂਸਲਿੰਗ, ਇਹ ਸਟੂਡੈਂਟ ਹੂ ਹੈਜ਼ ਓਪਟਡ ਸਾਇੰਸ ਇਨ ਕਲਾਸ 10th but not aware about learning resources
ਇੱਕ ਸਟੂਡੈਂਟ ਇੱਕ ਵਿਦਿਆਰਥੀ ਜਿਹਨੂੰ 11ਵੀਂ ਜਮਾਤ ਵਿੱਚ ਵਿਗਿਆਨ ਦੀ ਚੋਣ ਕੀਤੀ ਹੈ ਪਰ ਸਿਖਲਾਈ ਦੇ ਸਾਧਨ ਬਾਰੇ ਜਾਣੂ ਨਹੀਂ ਹੈ, ਉਹ ਚੋਣ ਕਰ ਚੁੱਕਾ ਹੈ, ਹਜੇ ਕਾਉਂਸਲਿੰਗ ਦੀ ਘੱਟ ਜ਼ਰੂਰਤ ਹੈ, ਚੋਣ ਕਰਨਾ ਜ਼ਿਆਦਾ ਹੈ। ਇੱਕ ਵਿਦਿਆਰਥੀ ਜੋ 10ਵੀਂ ਜਮਾਤ 'ਚ ਫੇਲ ਹੋਇਆ ਹੈ, ਇਹ ਗੰਭੀਰ ਸਮੱਸਿਆ ਹੈ। ਦੇਖੋ, ਕਾਉਂਸਲਿੰਗ ਕਦੋਂ ਚਾਹੀਦੀ ਹੁੰਦੀ ਹੈ? ਕਾਉਂਸਲਿੰਗ 'ਚ ਇਮੋਸ਼ਨਲ ਗਰਾਊਂਡ 'ਤੇ ਜ਼ਿਆਦਾ ਜ਼ਰੂਰੀ ਹੁੰਦੀ ਹੈ। ਜਦੋਂ ਬੱਚਾ ਡਿਸਟਰਬ ਹੈ, ਉਦਾਸ ਹੈ, ਸੈਡ ਹੈ, ਇੰਟਰਸਟ ਨਹੀਂ ਹੈ, ਐਡਜਸਟਮੈਂਟ ਨਹੀਂ ਹੈ, ਪ੍ਰੋਬਲਮ ਹੈ, ਉਸ ਤੋਂ ਬਾਅਦ ਬੱਚੇ ਅਤੇ ਕਾਉਂਸਲਰ ਜਾਂ ਟੀਚਰ ਉਹਨੂੰ ਬੈਠ ਕੇ ਇੰਟਰਵਿਊ ਵਾਂਗ ਬੈਠਦੇ ਨੇ ਅਤੇ ਉਸ ਪ੍ਰੋਬਲਮ 'ਤੇ ਫੋਕਸ ਕਰਕੇ ਸਲਿਊਸ਼ਨ ਲੱਭਣ ਦੀ ਕੋਸ਼ਿਸ਼ ਇਕੱਠੇ ਕਰਦੇ ਨੇ, ਉਹ ਚੀਜ਼ ਹੈ। ਹੁਣ ਇੱਥੇ ਫੇਲ ਵੱਡੀ ਘਟਨਾ 'ਚੋਂ ਕਿਹੜੀ ਹੈ? ਫੇਲ ਹੋਣਾ ਹੈ, ਹੈ ਨਾ। ਇੱਕ ਵਿਦਿਆਰਥੀ ਜਿਸਨੇ ਗਲਤੀ ਨਾਲ 11ਵੀਂ ਵਿੱਚ ਵਿਗਿਆਨ ਸਟਰੀਮ ਦੀ ਚੋਣ ਕਰ ਲਈ ਹੈ ਅਤੇ ਹੁਣ ਉਹ ਸਟਰੀਮ ਬਦਲਣਾ ਚਾਹੁੰਦਾ ਹੈ, ਤੇ ਠੀਕ ਹੈ, ਬਦਲ ਲਵੇ, ਇਹਦੇ 'ਚ ਗੰਭੀਰਤਾ ਵਾਲੀ ਗੱਲ ਜ਼ਿਆਦਾ ਨਹੀਂ ਹੈ। ਹੈ ਕਿ ਕਿਹੜੀ ਸਟਰੀਮ ਵੱਲ ਜਾਣਾ ਹੈ, ਉਸਦੇ ਐਪਟੀਟਿਊਡ ਟੈਸਟ ਲੈ ਜਾ ਸਕਦੇ ਹਾਂ ਅਤੇ ਉਸਨੂੰ ਗਾਈਡ ਕੀਤਾ ਜਾ ਸਕਦਾ ਹੈ। ਇੱਥੇ ਕਾਉਂਸਲਿੰਗ ਦੀ ਇਮੋਸ਼ਨਲ ਗਰਾਊਂਡ ਵਿੱਚ ਜਾਣ ਦੀ ਜ਼ਰੂਰਤ ਦਿਖਾਈ ਨਹੀਂ ਦੇ ਰਹੀ। ਇੱਕ ਵਿਦਿਆਰਥੀ ਜਿਸਨੂੰ 10ਵੀਂ ਜਮਾਤ ਤੋਂ ਬਾਅਦ ਸਟਰੀਮ ਦੀ ਚੋਣ ਕਰਨੀ ਪੈਂਦੀ ਹੈ, ਬਹੁਤ ਅੱਛਾ ਕੁਐਸਚਨ ਹੈ, ਸਾਰੇ ਅੱਛੇ ਲੱਗ ਰਹੇ ਨੇ, ਲੇਕਿਨ ਸਭ ਤੋਂ ਗੰਭੀਰ ਮਾਮਲਾ ਇਹਦੇ ਵਿੱਚ ਇੱਕ ਵਿਦਿਆਰਥੀ ਜੋ 10ਵੀਂ 'ਚੋਂ ਫੇਲ ਹੋਇਆ ਹੈ, ਉਸ ਦੀ ਕਾਉਂਸਲਿੰਗ ਦੀ ਜ਼ਰੂਰਤ ਹੈ। ਉਹ ਕਿਉਂਕਿ ਉਸਨੂੰ ਪਹਿਲਾਂ ਇਮੋਸ਼ਨਲ ਗਰਾਊਂਡ 'ਤੇ ਦੇਖਣਾ ਹੋਏਗਾ, ਠੀਕ ਕਰਨਾ ਹੋਏਗਾ ਕਿ ਡਿਪਰੈਸ਼ਨ ਸੁਸਾਈਡ ਵੱਲ ਨਾ ਚਲਾ ਜਾਵੇ। ਦੂਸਰਾ, ਉਸਨੂੰ ਰੀਜ਼ਨ ਫਾਈਂਡ ਆਊਟ ਕਰਨੇ ਹੋਣਗੇ। ਕਈ ਵਾਰੀ ਹੋ ਸਕਦਾ ਹੈ ਬੱਚੇ ਦੇ ਜੈਨੂਇਨ ਰੀਜ਼ਨ ਹੋਣ, ਸੋਸ਼ੋ ਇਕਨੋਮਿਕ ਸਟੇਟਸ ਹੈ, ਪਿੰਡਾਂ ਦੇ ਬੱਚੇ ਹੈ, ਕੰਮ ਕਰਨਾ ਪੈਂਦਾ, ਸਲੰਮ 'ਚੋਂ ਆਉਂਦਾ, ਹੈ ਨਾ, ਉਹ ਕੋਲ ਰਿਸੋਰਸ ਘੱਟ ਸੀ, ਉਹਦੀ ਫੈਮਿਲੀ ਡਿਸਟਰਬ, ਬੜੇ ਕਾਰਨ ਹੈ, ਉਹ ਦੇਖ ਕੇ ਅਤੇ ਫਿਰ ਉਸਨੂੰ ਕਰਨਾ ਕਿ ਅੱਗੇ ਤੋਂ ਆਪਾਂ ਆਹ ਗੱਲਾਂ ਦਾ ਧਿਆਨ ਰੱਖਾਂਗੇ, ਇਸ ਤਰ੍ਹਾਂ ਕੀਤਾ ਜਾਏਗਾ, ਵਗੈਰਾ ਵਗੈਰਾ, ਇਹ ਕਾਉਂਸਲਿੰਗ ਹੋਏਗੀ। ਨੈਕਸਟ ਹੈ, ਇਹਨੇ ਕਲਾਸਰੂਮ ਟੀਚਰ ਯੂਜ਼ ਵਿਜ਼ੂਅਲ ਏਡ ਟੂ ਮੇਕ ਲਰਨਿੰਗ ਸਿੰਪਲ, ਕੁਇਕਰ, ਮੋਰ ਨੌਲੇਜੀਏਬਲ। ਬਿਲਕੁਲ ਸਾਰੇ ਠੀਕ ਹਨ, ਸਿੰਪਲ ਬਣਾਉਣਾ ਹੈ, ਤੇਜ਼ ਵੀ ਕਰਨਾ ਹੈ, ਮੋਰ ਨੌਲੇਜੀਏਬਲ ਕਰਨਾ ਹੈ, ਲੇਕਿਨ ਇੰਟਰਸਟ ਜਦੋਂ ਬਣਾਤਾ, ਮੋਟੀਵੇਟ ਬੱਚਾ ਹੋ ਗਿਆ ਇੰਟਰਸਟ, ਫਿਰ ਲਰਨਿੰਗ ਖੁਦ ਬ ਖੁਦ ਹੋ ਜਾਣੀ ਹੈ। ਦੈਟ ਇਜ਼ ਵਾਈ ਆਪਾਂ ਇੰਟਰਸਟਿੰਗ ਨੂੰ ਜਿਹੜਾ ਹੈ ਪ੍ਰੈਫਰ ਕਰਾਂਗੇ ਐਜ਼ ਏ ਰਾਈਟ ਆਂਸਰ। ਲਾਸਟ ਕੁਐਸਚਨ ਹੈ, ਮਿਸਟਰ ਰਵੀ ਕੁਮਾਰ 10ਵੀਂ ਬੀ 9ਵੀਂ ਬੀ ਕਲਾਸ ਟੀਚਰ ਆਫ ਸਕੂਲ ਕਮਸ ਟੂ ਨੋ ਦੈਟ ਪੇਰੈਂਟਸ ਆਫ ਵਨ ਆਫ ਹਿਸ ਸਟੂਡੈਂਟ ਇਜ਼ ਸੈਪਰੇਟਡ, ਰਵੀ ਕੁਮਾਰ ਸ਼ੁੱਡ ਇਮੀਡੀਏਟਲੀ ਫੋਕਸ ਔਨ। ਇੱਕ ਟੀਚਰ ਨੂੰ ਪਤਾ ਲੱਗਦਾ ਹੈ ਕਿ 9ਵੀਂ ਦੇ ਇੱਕ ਬੱਚਾ ਹੈ ਜਿਹੜਾ ਕਿ ਉਸਦੇ ਜਿਹੜੇ ਪੇਰੈਂਟਸ ਦਾ ਡਿਵੋਰਸ ਹੋ ਗਿਆ ਜਾਂ ਸੈਪਰੇਟ ਹੋ ਗਿਆ, ਮੰਮੀ ਪਾਪਾ ਅਲੱਗ ਹੋ ਗਏ, ਹੈ ਨਾ, ਸਕੂਲ ਵਿੱਚ ਜਮਾਤਾ ਹੈ ਰਵੀ, ਪਤਾ ਲੱਗਦਾ ਹੈ ਕਿ ਉਸਦਾ ਇੱਕ ਵਿਦਿਆਰਥੀ ਦੇ ਮਾਪੇ ਵੱਖ ਹੋ ਗਏ ਹਨ। ਸੋ ਇਹ ਬੜੀ ਦੁੱਖ ਵਾਲੀ ਗੱਲ ਹੁੰਦੀ ਹੈ, ਉਦਾਸੀ ਵਾਲੀ ਗੱਲ ਹੈ, ਇਹ ਟੈਨਸ਼ਨ ਵਾਲੀ ਗੱਲ ਹੈ, ਉਸ ਬੱਚੇ 'ਤੇ ਕੀ ਬੀਤਦੀ ਹੈ ਇਹ ਸਮਝਣਾ ਪੈਣਾ ਹੈ। ਸੋ ਰਵੀ ਕੁਮਾਰ ਤੁਰੰਤ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ, ਵਿਦਿਆਰਥੀ ਦੀ ਮਾਨਸਿਕ ਸਿਹਤ 'ਤੇ, ਉਸਦੀ ਮੈਂਟਲ ਹੈਲਥ 'ਤੇ, ਅਕੈਡਮਿਕ ਪਰਫੋਰਮੈਂਸ 'ਤੇ, ਹੋਮਵਰਕ 'ਤੇ, ਡੇਲੀ ਅਟੈਂਡੈਂਸ 'ਤੇ, ਸਭ ਤੋਂ ਪਹਿਲਾਂ ਬੱਚੇ ਦੀ ਮਾਨਸਿਕ ਹਾਲਤ, ਹੈ ਨਾ, ਹਾਏ ਉਸਨੂੰ ਬਹੁਤ ਜ਼ਰੂਰਤ ਹੈ। ਉਸ ਵਕਤ ਮਾਪੇ ਬਣਨਾ ਹੈ, ਦੱਸਣਾ ਹੈ ਜ਼ਿੰਦਗੀ 'ਚ ਇਹ ਸੰਘਰਸ਼ ਹੈ, ਇਸ ਲਈ ਅਸੀਂ ਲੜਨਾ ਹੈ, ਅਸੀਂ ਕੋਸ਼ਿਸ਼ ਕਰਨਾ ਹੈ, ਪੋਜ਼ਿਟਿਵਿਟੀ ਨਾਲ ਭਰਨਾ ਹੈ, ਅਗਲੇ ਸਟਰਗਲ ਲਈ ਤਿਆਰ ਕਰਨਾ ਹੈ। ਸੋ ਮੈਂਟਲ ਹੈਲਥ ਕਿ ਉਸਨੂੰ ਆਸਰਾ ਦੇਣਾ ਹੈ, ਉਹ ਸਟ੍ਰੈਸ ਵਿੱਚ ਜ਼ਿਆਦਾ, ਡਿਪਰੈਸ਼ਨ ਵਿੱਚ ਜ਼ਿਆਦਾ ਨਾ ਚੱਲ ਜਾਵੇ, ਕੁਝ ਪੋਜ਼ਿਟਿਵ ਗੱਲਾਂ ਜਾਂ ਰਿਅਲਿਸਟਿਕ ਗੱਲਾਂ ਕਰਕੇ। ਸੋ ਇਹ ਟੀਚਿੰਗ ਪੋਟੈਂਸ਼ੀਅਲ ਦਾ ਪੇਪਰ ਸੀ, ਅਸੀਂ ਦੇਖ ਲਿਆ ਹੈ ਕਿ ਸਭ ਤੋਂ ਵੱਖਰਾ ਪੇਪਰ ਹੈ ਐਕਚੁਅਲ ਟੀਚਿੰਗ ਪੋਟੈਂਸ਼ੀਅਲ ਦਾ ਪੇਪਰ, ਇਹ ਹੁੰਦਾ ਹੈ ਜਿਹੜਾ ਤੁਹਾਨੂੰ ਚੈਲੰਜ ਕਰਦਾ ਹੈ, ਔਰ ਮੇਰੇ ਖਿਆਲ ਟੀਚਰ ਐਜੂਕੇਟਰ ਵੀ ਸਾਰੇ ਸਵਾਲਾਂ ਦਾ ਸਹੀ ਜਵਾਬ ਨਹੀਂ ਦੇ ਸਕਦੇ, ਇਹ ਸੱਚ ਹੈ। ਸੋ
ਜੇਕਰ ਅੱਗੇ ਤੋਂ ਇਸ ਤਰ੍ਹਾਂ ਦਾ ਆਉਂਦਾ ਹੈ ਤਾਂ ਇਸ ਵੀਡੀਓ ਦੇ ਵਿੱਚ ਜਿੰਨੀਆਂ ਮੈਂ ਰਿਲੇਟਡ ਨਾਲ ਐਕਸਰਸਾਈਜ਼ ਅਤੇ ਉਹ ਬੇਸ ਦੱਸੇ ਨੇ ਜਿਨ੍ਹਾਂ ਦੇ ਬੇਸ 'ਤੇ ਅਸੀਂ ਅੱਛੀ ਟੀਚਿੰਗ ਜਾਂ ਅੱਛੀ ਲਰਨਿੰਗ ਜਾਂ ਅੱਛੇ ਲਰਨਰ ਜਾਂ ਅੱਛੇ ਕਾਉਂਸਲਿੰਗ ਮੈਂਟਲ ਹੈਲਥ ਹੈ ਨਾ ਜਿਸ ਤਰ੍ਹਾਂ ਦੇ ਰਿਲੇਟਡ ਕੁਸ਼ਚਨ ਆਏ ਸੀ ਉਹਨਾਂ ਦੀ ਪਹਿਚਾਣ ਕਰ ਸਕਦੇ ਹਾਂ ਕਿ ਰਾਈਟ ਚੀਜ਼ ਇਹ ਹੈ। ਇਸ ਦੇ ਨਾਲ ਰਿਲੇਟਡ ਵੀਡੀਓ ਕਿ ਬੇਸ ਕੀ ਹੁੰਦਾ ਹੈ ਬੈਸਟ ਆਂਸਰ ਨੂੰ ਚੂਜ਼ ਕਰਨ ਦਾ ਵੀ ਕੱਢਾਂਗਾ, ਲੇਕਿਨ ਇਸ ਵਿੱਚ ਕਾਫੀ ਮੈਂ ਦੱਸਿਆ ਹੈ। ਰਿਲੇਟਡ ਐਕਸਰਸਾਈਜ਼ ਸੈੱਟ ਜਿਹੜੇ ਨੇ, ਪ੍ਰੈਕਟਿਸ ਸੈੱਟ, ਇਸ ਤਰ੍ਹਾਂ ਦੇ ਕੁਸ਼ਚਨ ਅਗਲੇ ਤੁਹਾਨੂੰ ਮਿਲ ਜਾਣਗੇ। ਨੀਚੇ ਲਿੰਕ ਦਿੱਤਾ ਹੋਏਗਾ। ਬਾਕੀ ਮੈਂਟਲ ਐਬਿਲਿਟੀ ਦੇ ਜਿਹੜੇ ਆ ਪ੍ਰੋਬਲਮ ਬੇਸਡ ਹੋਏਗਾ, ਇੱਕ ਵੀਡੀਓ ਲੰਬਾ ਜਿਹੜਾ ਹੈ ਬਹੁਤ ਜ਼ਿਆਦਾ ਲੰਬਾ ਹੋ ਜਾਏਗਾ, ਇਸ ਲਈ ਉਹ ਸ਼ਾਇਦ ਡਿਸਕਸ ਇਸ ਤਰ੍ਹਾਂ ਨਾ ਕਰੀਏ। ਜੇ ਤੁਸੀਂ ਕਹੋਗੇ ਉਸ ਤਰ੍ਹਾਂ ਵੀ ਕਰ ਲਾਂਗੇ। ਪਿਛਲਾ ਜਿਹੜਾ ਹੈ ਜਨਰਲ ਅਵੇਅਰਨੈਸ ਦਾ, ਜਨਰਲ ਨੌਲੇਜ ਦਾ, ਉਹ ਪਿੱਛੇ ਲਿੰਕ ਦਿੱਤਾ ਹੋਇਆ ਹੋਏਗਾ, ਉਹ ਵੀ ਦੇਖੋ। ਉਹਦੇ ਨਾਲ ਦੇ ਸੈੱਟ ਜਿਹੜੇ ਨੇ ਪੁਰਾਣੇ, ਸੱਤ ਸੈੱਟ, 6-7 ਸੈੱਟ ਹੈ, ਉਹ ਬਿਲਕੁਲ ਉਹੀ ਤੁਹਾਨੂੰ ਦੇਖਣੇ ਪੈਣਗੇ। ਨਵੇਂ ਸੈੱਟ ਵੀ ਆ ਰਹੇ ਨੇ। ਔਰ ਜਿਹੜੀ ਇਹ ਗੱਲ ਯਾਦ ਰੱਖਣੀ ਹੈ ਕਿ ਜਨਰਲ ਨੌਲੇਜ ਵਿੱਚ ਕਰੰਟ ਅਫੇਅਰ ਜਾਂ ਹੂ ਇਜ਼ ਹੂ ਬਾਰੇ ਜਿਹੜੇ ਹੈ ਉਹ ਵੱਖਰਾ ਵੀਡੀਓ ਆਏਗਾ, ਕਿਉਂਕਿ ਉਹ ਡੇਲੀ ਅਪਡੇਟ ਹੁੰਦਾ ਹੈ। ਉਸ ਪੁਰਾਣੇ ਵੀਡੀਓ ਤੁਸੀਂ ਨਹੀਂ ਦੇ ਸਕਦੇ, ਇਸ ਲਈ ਮੈਂ ਇਹਨਾਂ ਵੀਡੀਓ ਵਿੱਚ ਉਹਨਾਂ ਨੂੰ ਘੱਟ ਪਾਵਾਂਗਾ, ਤਾਂ ਜੋ ਫੈਕਚੁਅਲ ਬੇਸਡ ਨੌਲੇਜ ਜਿਹੜੀ ਹੈ, ਫੈਕਟ ਬੇਸਡ ਨੌਲੇਜ ਹੈ, ਉਹ ਅਪਡੇਟ ਸਾਡੀ ਰਹੇ ਅਤੇ ਅਸੀਂ ਸਹੀ ਸਵਾਲਾਂ ਦੇ ਜਵਾਬ ਦੇ ਸਕੀਏ। ਮੈਂ ਕੁਛ ਇੱਕ ਮੈਮਰੀ ਬੇਸਡ ਟੈਕਨੀਕ ਵੀ ਨਾਲ ਨਾਲ ਦੱਸ ਰਿਹਾ ਹਾਂ, ਜਿਸ ਨਾਲ ਇਨਫੋਰਮੇਸ਼ਨ ਔਖੀ ਨੂੰ ਯਾਦ ਕਿੱਦਾਂ ਕੀਤਾ ਜਾ ਸਕਦਾ ਹੈ। ਤੁਹਾਡੇ ਅਗਲੇ ਕੰਪੀਟੀਸ਼ਨਸ ਲਈ ਵੀ ਇਹ ਚੀਜ਼ਾਂ ਕੰਮ ਆ ਸਕਦੀਆਂ ਹਨ, ਕੁਝ ਤੁਹਾਡੀ ਡਿਮਾਂਡ ਹੈ, ਦੱਸ ਸਕਦੇ ਹੋ। ਥੈਂਕ ਯੂ ਡਾਕਟਰ ਧੀਰਜ ਸਿੰਘ, ਲਰਨ ਟੂ ਐਕਚੁਲਾਈਜ਼।